ਅਰਸ਼ਕ ਹੋ ਆਪਣੇ ਮਨ ਕੋ ਅਰਸ਼ਕ ਹੋ ਆਪਣੇ ਮਨ ਕੋ ਇਹ ਲਾਲਚੋਂ ਗੁਣ ਕਾ ਉਚਰੋ ਇਹ ਲਾਲਚੋਂ ਗੁਣ ਕਾ ਉਚਰੋ ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਭੰ ਗੁਰਪ੍ਰਸਾਦ ਦੇ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸਤਨਾਕੁ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਾਗ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਸ਼੍ਰੀ ਅਮਰਦਾਸ ਨਿਤਹਿਰਦਾ ਧਿਆਵੋ ਹਿਰਦਾ ਧਿਆਵੋ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਆਰ ਜਨ ਬੇਗਨਨ ਕੇ ਨਾਸਕ ਬੇਗਨਨ ਕੇ ਨਾਸਕ ਰਘੂ ਗੋਬਿੰਦ ਸੁਭ ਸੁਮਤ ਪਰਕਾਸ਼ਕ ਸ੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਵੋ ਬੋਰੀ ਸੇਗ ਬਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗ ਦੀ ਇਸ ਵਿੱਚ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਧਧ ਬੰਦੋ ਕਰ ਅਨੁਰਾਗ ਸੇ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤ ਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਦਿਨ ਕਲਗੀ ਧਰਥਰੇ ਸਿੱਧ ਕੀ ਸਿੱਖ ਤੀਰਾ ਮੁਕਮ ਸਿੰਘ ਅਰ ਦਇਆ ਸਿੰਘ ਹਿੰਮਤ ਸਿੰਘ ਧੀਰਾ ਇੱਕ ਦਿਨ ਕਲਗੀ ਧਰਥਰੇ ਸਿੱਧ ਕੀ ਸਿੱਖ ਤੀਰਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੀਵ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਜੇ ਦਰਬਾਰ ਅੰਦਰ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਮਾਨਿ ਬਿਰਤੀਆਂ ਇਕਾਗਰ ਕਰੀਏ ਜਿੰਨਾ ਸਮਾਂ ਮੇਰੇ ਸਤਿਗੁਰੂ ਜੀ ਦੇ ਨਾਲ ਮਿਲਿਆ ਹੈ ਆਓ ਚੱਲ ਕੇ ਆਿਆਂ ਦਾ ਲਾਹਾ ਪ੍ਰਾਪਤ ਹੋ ਸਕੇ ਗੁਰੂ ਚਰਨਾਂ ਦੇ ਅੰਦਰ ਦਾਸ ਜੀ ਤੇ ਆਪ ਸੰਗਤ ਦੀ ਹਾਜ਼ਰੀ ਲੱਗੇ ਗੱਜ ਕੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਿੱਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਭਾਈ ਫਤਿਹ ਬੁਲਾਵੇ ਫਤਿਹ ਪਾਵੇ ਜਿਸ ਦੀ ਜ਼ੁਬਾਨ ਫਤਿਹ ਤਿਸ ਦੀ ਮੈਦਾਨ ਫਤਿਹ ਫਤਿਹ ਬੁਲਾਉਣ ਲੱਗਿਆ ਕਦੇ ਵੀ ਟਲਾਈ ਨਾ ਵਰਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਸਿਮਰਨ ਦੀ ਮਾਲਾ ਦੇ ਬੋਤੀ ਨੇ ਜਿਹੜੇ ਫਤਿਹ ਦੇ ਰਾਹੀ ਸਾਨੂੰ ਪ੍ਰਾਪਤ ਹੋਇਆ ਕਰਦੇ ਨੇ ਤੋ ਸਤਿਗੁਰੂ ਜੀ ਕਿਰਪਾ ਕਰਨ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਆਪਾਂ ਸਰਵਣ ਕੀਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਨਿਰਵਿਘਨਤਾ ਸਹਿਤ ਸੇਵਾ ਲਈ ਹੈ ਪੰਥ ਦੇ ਕੌਮ ਦੇ ਉਹ ਮਹਾਨ ਸਿੰਘ ਸ਼ਹੀਦ ਤੀਜੇ ਘੱਲੂ ਘਾਰੇ ਦੇ ਰੂਪ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਹਾਂ ਅੱਜ ਦੇ ਸਮਾਗਮਾਂ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਤੇ ਨਾਲ ਹੀ ਮੇਰੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸ਼ਿਦੀਪੁਰਬ ਜਿਨ੍ਹਾਂ ਦੇ ਪਰਥਾਏ ਸੰਗਤਾਂ ਨੇ ਸੇਵਾਵਾਂ ਕਰਕੇ ਗੁਰੂ ਚਰਨਾਂ ਦੀਆਂ ਸੇਵਾਵਾਂ ਲਈਆਂ ਨੇ ਸੋ ਪਿਛਲੇ 2 ਦਿਨਾਂ ਤੋਂ ਆਪਾਂ ਸਤ ਕਰਦੇ ਬਾਤ ਨਹੀਂ ਪਈਔਰ ਬਸ ਕੀ ਹੈ ਕੀ ਦੇਖ ਕੇ ਕੀ ਜਾਣਦੀ ਕਿ ਕਰ ਕੌਣ ਸਕਦਾ ਹੈ ਤੇ ਅਰਦਾਸ ਤੇਰੀ ਦੀ ਕਿਵੇਂ ਹੈ ਸੋ ਇਸ ਤੋਂ ਭਾਵ ਸੰਗਤ ਜੀ ਇਹੋ ਹੀ ਸੀ ਕਿ 2 ਦਿਨ ਪਹਿਲਾਂ ਆਪਾਂ ਪ੍ਰਸੰਗ ਇਸੇ ਕਰਕੇ ਪ੍ਰਾਰੰਭ ਕੀਤਾ ਸੀ ਸ਼ਹੀਦ ਅਤੇ ਸ਼ਹੀਦੀ ਦਾ ਰੁਤਬਾ ਐਵੇਂ ਪ੍ਰਾਪਤ ਨਹੀਂ ਹੋ ਜਾਂਦਾ ਕਿਸੇ ਜਗ੍ਹਾ ਤੇ ਜਾਣਾ ਹੋਵੇ ਨਾ ਕਿਸੇ ਮੰਜ਼ਲ ਤੇ ਆਪਾਂ ਜਾਣਾ ਹੋਵੇ ਤੇ ਘਰੋਂ ਚੱਲਣਾ ਪਵੇਗਾ ਜੇ ਘਰੋਂ ਚੱਲਾਂਗੇ ਨਹੀਂ ਤੇ ਉਸ ਮੰਜ਼ਲ ਤੇ ਪਹੁੰਚਾਂਗੇ ਨਹੀਂ ਭਾਵੇਂ ਚੱਲ ਕੇ ਜਾਈਏ ਭਾਵੇਂ ਗੱਡੀ ਮੋਟਰ ਦੇ ਰਹਿਨ ਜਾਈਏ ਕਿਸੇ ਜਗ੍ਹਾ ਤੇ ਪਹੁੰਚਣ ਵਾਸਤੇ ਚੱਲਣਾ ਪੈਂਦਾ ਏ ਤੇ ਸ਼ਹਾਦਤ ਦਾ ਰੁਤਬਾ ਵੀ ਘਰ ਬੈਠਿਆਂ ਪ੍ਰਾਪਤ ਨਹੀਂ ਹੁੰਦਾ ਗੁਰੂ ਦੇ ਬਚਨਾਂ ਦੇ ਉੱਪਰ ਚੱਲਦਿਆਂ ਗੁਰੂ ਦੀ ਦਿੱਤੀ ਹੋਈ ਸਿੱਖੀ ਨੂੰ ਕਮਾਉਂਦਿਆਂ ਗੁਰੂ ਕੀ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕਰਕੇ ਸੇਵਾ ਤੇ ਕਮਾਈ ਕਰਨੀ ਪੈਂਦੀ ਹੈ ਫੇਰ ਸਤਿਗੁਰੂ ਤਰ ਉੱਠ ਕੇ ਸ਼ਹਾਦਤ ਦੀ ਦਾਤ ਸ਼ਹੀਦੀ ਦਾ ਰਤਬਾ ਪ੍ਰਦਾਨ ਕਰਦਾ ਹੈ ਤੇ ਮਹਾਂਪੁਰਖ ਬਚਨ ਸੁਨਾਇਆ ਕਰਦੇ ਸੰਨ ਭਾਈ ਕੋਈ ਕਿੱਡਾ ਵੀ ਜਪੀ ਤੱਪੀ ਕਿਉਂ ਨਾ ਹੋਵੇ ਕਿੱਡਾ ਵੀ ਗੁਰੂ ਕਾ ਪਿਆਰਾ ਨਾਮ ਬੰਦਗੀ ਵਾਲਾ ਕਿਉਂ ਨਾ ਹੋਵੇ ਦິນਾਂ ਦੇ ਧੁਰ ਦਰਗਾਹ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਹਾਦਤ ਦੇ ਜਾਮ ਲਿਖੇ ਨੇ ਉਹਨਾਂ ਨੂੰ ਹੀ ਮਿਲਦੇ ਨੇ ਕਈ ਵਾਰ ਮੈਦਾਨੇ ਜੰਗ 'ਚ ਜੂਝ ਕੇ ਵੀ ਮੁੜ ਆਈ ਦਾ ਇਹ ਸ਼ਹਾਦਤ ਪ੍ਰਾਪਤ ਨਹੀਂ ਹੁੰਦੀ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਸੋ ਆਓ ਸਤਿਗੁਰੂ ਕਿਰਪਾ ਕਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਸਿੰਘਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸ਼ਹੀਦ ਕੌਣ ਹੁੰਦੇ ਨੇ ਸ਼ਹੀਦ ਕਿਹਨਾਂ ਨੂੰ ਕਿਹਾ ਜਾਂਦਾ ਹੈ ਸ਼ਹੀਦਾਂ ਦੀ ਕਰਾਮਾਤ ਕੀ ਹੈ ਗੁਰੂ ਦੇ ਬਚਨ ਸਰਵਣ ਕਰਕੇ ਆਪਾਂ ਇਹ ਜਾਣਨ ਦਾ ਯਤਨ ਕਰੀਏ ਤੇ ਤੀਜਾ ਕੱਲੂਕਾਰਾ ਸਤਿਕਾਰਯੋਗ ਭਾਈ ਜਸਪਾਲ ਸਿੰਘ ਜੀ ਆਪ ਜੀ ਨੂੰ ਦੱਸ ਕੇ ਗਏ ਨੇ 1 ਜੂਨ ਤੋਂ ਲੈ ਕਰਕੇ 6 ਜੂਨ ਤੱਕ ਦਾ ਉਹ ਸਾਕਾ ਜਿਹੜਾ ਸਿੱਖ ਪੰਥ ਦੇ ਉੱਪਰ ਵਾਪਰਿਆ ਹੈ अनेका ਸਿੰਘਾਂ ਨੇ ਸਿੰਘਣੀਆਂ ਨੇ ਬੱਚਿਆਂ ਨੇ ਨੌਜਵਾਨਾਂ ਨੇ ਸੰਗਤਾਂ ਨੇ ਸ਼ਹਾਦਤਾਂ ਭਾਈ ਪ੍ਰਾਪਤ ਕੀਤੀਆਂ ਤੇ ਬਹੁਤ ਵੇਰਾਂ ਮੇਰੇ ਵੀਰ ਕਈ ਵਾਰੇ ਮਨ 'ਚ ਸੋਚਦੇ ਨੇ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਉਹਦੇ ਉੱਪਰ ਕਾਲਾ ਜਿਹਾ ਟੈਗ ਲਾ ਕੇ ਰੋਸ ਪ੍ਰਗਟ ਕੀਤਾ ਜਾਂਦਾ ਹੈ ਜਗਾ ਜਗਾ ਦੇ ਉੱਪਰ ਮੁਜ਼ਾਰੇ ਕੀਤੇ ਜਾਂਦੇ ਨੇ ਕਿ ਭਾਈ ਅਸੀਂ ਰੋਸ ਪ੍ਰਗਟ ਕਰ ਰਹੇ ਹਾਂ ਤੇ ਖਾਲਸਾ ਜੀ ਇਸ ਗੱਲ ਦੀ ਯਾਦ ਰੱਖਿਓ ਸਿੱਖਾਂ ਦਾ ਰੋਸ ਉਹਨਾਂ ਦੇ ਸ਼ਹੀਦਾਂ ਪ੍ਰਤੀ ਨਹੀਂ ਹੈ ਸਾਡਾ ਕੀਤਾ ਹੋਇਆ ਰੋਸ ਉਹਨਾਂ ਸ਼ਹੀਦਾਂ ਦੇ ਪ੍ਰਤੀ ਨਹੀਂ ਹੈ ਕਿਉਂਕਿ ਉਹਨਾਂ ਨੇ ਸ਼ਹਾਦਤ ਹੱਸ ਕੇ ਪ੍ਰਵਾਨ ਕੀਤੀ ਹੈ ਰੋਸ ਹੈ ਤੇ ਉਹਨਾਂ ਮਾਸੂਮਾਂ ਦਾ ਜਿਨ੍ਹਾਂ ਦਾ ਖੜਕੂ ਸਿੰਘਾਂ ਦੇ ਨਾਲ ਸਬੰਧ ਕੋਈ ਨਹੀਂ ਸੀ ਸਤਿਗੁਰੂ ਦੇ ਪੁਰਬ ਮਨਾਉਣ ਵਾਸਤੇ ਸੰਗਤਾਂ ਹਾਜ਼ਰ ਹੋਈਆਂ ਸਨ ਜਿਨ੍ਹਾਂ ਦੇ ਵਿੱਚ ਬੀਬੀਆਂ ਵੀ ਸਨ ਬੱਚੇ ਵੀ ਸਨ ਬਜ਼ੁਰਗ ਵੀ ਸਨ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀ ਤੇ ਸਰਕਾਰ ਨੇ ਗੋਲੀਆਂ ਮਾਰ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਉਹਨਾਂ ਦੀ ਹੋਈ ਉਸ ਕੁਰਬਾਨੀ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲ ਸਕਿਆ ਯਾਦ ਰੱਖਿਓ ਇਨਸਾਫ਼ ਅਸੀਂ ਸ਼ਹੀਦਾਂ ਦਾ ਨਹੀਂ ਮੰਗਦੇ ਕਿ ਸਰਕਾਰ ਸਾਡੇ ਸ਼ਹੀਦਾਂ ਦਾ ਇਨਸਾਫ ਕਰੇ ਭਾਈ ਸ਼ਹੀਦ ਦੀ ਪਦਵੀ ਤੇ ਬਹੁਤ ਉੱਚੀ ਹੈ ਸਰਕਾਰਾਂ ਕੌਣ ਨੇ ਜੋ ਸ਼ਹੀਦਾਂ ਦਾ ਇਨਸਾਫ ਕਰ ਸਕਦੀਆਂ ਨੇ ਸ਼ਹੀਦਾਂ ਨੇ ਖਿੜੇ ਮੱਥੇ ਹੱਸ ਕੇ ਸ਼ਹਾਦਤ ਪ੍ਰਵਾਨ ਕੀਤੀ ਹੈ ਰੋਸ ਉਹਨਾਂ ਮਾਸੂਮਾਂ ਦਾ ਹੈ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਸੀ ਤੇ ਸੰਗਤ ਜੀ ਵਿਦਵਾਨ ਇਹਦੇ ਅਰਥ ਕਰਦੇ ਨੇ ਸ਼ਹੀਦ ਅਤੇ ਸ਼ਹਾਦਤ ਦੋ ਲਫ਼ਜ਼ ਬਣ ਜਾਂਦੇ ਨੇ ਸ਼ਹੀਦ ਦਾ ਅਰਥ ਕੀਤਾ ਜਾਂਦਾ ਹੈ ਗਵਾਹ ਤੇ ਸ਼ਹਾਦਤ ਦਾ ਅਰਥ ਕੀਤਾ ਜਾਂਦਾ ਹੈ ਗਵਾਹੀ ਤੇ ਆਪ ਜੀ ਜਾਣਦੇ ਹੋ ਕਿ ਦੁਨੀਆ ਦੇ ਧੰਦਿਆਂ ਦੇ ਅੰਦਰ ਵੀ ਕਿਤੇ ਕੋਈ ਐਸਾ ਸਮਾਂ ਬਣ ਜਾਵੇ ਤੇ ਕਿਸੇ ਦੀ ਗਵਾਹੀ ਦੀ ਲੋੜ ਪੈਂਦੀ ਹੈ ਤੇ ਮਨ ਬਿਰਤੀ ਇਕਾਗਰ ਕਰਕੇ ਜਰਾ ਸੋਚਿਆ ਜੇ ਕਦੇ ਕੋਈ ਵੀ ਕਿਸੇ ਦੇ ਵਿਰੋਧ ਵਿੱਚ ਗਵਾਹੀ ਨਹੀਂ ਦਿੰਦਾ ਹਮੇਸ਼ਾ ਹੱਕ 'ਚ ਗਵਾਹੀ ਦਿੱਤੀ ਜਾਂਦੀ ਹੈ ਤੇ ਜੇ ਤੁਹਾਡੇ ਹੱਕ 'ਚ ਗਵਾਹੀ ਦਿੱਤੀ ਜਾਂਦੀ ਹੈ ਸਾਹਮਣੇ ਵਾਲੇ ਦਾ ਵਿਰੋਧ ਹੋ ਜਾਂਦਾ ਹੈ ਪਰ ਗਵਾਹ ਕਦੇ ਵਿਰੋਧੀ ਦੇ ਨਾਲ ਨਹੀਂ ਆਉਂਦਾ ਕਿਸੇ ਦੇ ਹੱਕ ਦੇ ਵਿੱਚ ਭੁਗਤਣਾ ਆਉਂਦਾ ਹੈ ਜਿਹੜਾ ਗਵਾਹ ਹੋਇਆ ਕਰਦਾ ਹੈ ਉਹ ਵਿਰੋਧੀ ਦੇ ਕਰਕੇ ਨਹੀਂ ਆਇਆ ਕਰਦਾ ਜਿਹੜਾ ਉਹਦਾ ਸਾਥੀ ਹੈ ਜਿਹਨੂੰ ਉਹਨੇ ਬਚਾਉਣਾ ਹੈ ਉਹਦੇ ਹੱਕ 'ਚ ਗਵਾਹੀ ਦੇਣ ਆਉਂਦਾ ਹੈ ਤਾਂ ਦੂਜੇ ਨੂੰ ਸਜ਼ਾ ਹੁੰਦੀ ਹੈ ਸੋ ਕਹਿਣ ਤੋਂ ਭਾਵ ਸ਼ਹੀਦ ਅਤੇ ਸ਼ਹਾਦਤ ਹੱਕ ਦੇ ਵਿੱਚ ਗਵਾਹੀ ਦੇਣ ਵਾਲਾ ਉਹ ਪੁਰਖ ਹੈ ਜਿਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖੰਡੇ ਬਾਟੇ ਦੀ ਪੌਲ ਸ਼ਕੀ ਤੇ ਗੁਰੂ ਦੇ ਖਾਲਸਾ ਪੰਥ ਦੇ ਹੱਕ ਦੇ ਵਿੱਚ ਆਪਣੀ ਸ਼ਹਾਦਤ ਦੇ ਕਰਕੇ ਇਹ ਗਵਾਹੀ ਪੇਸ਼ ਕਰ ਦਿੱਤੀ ਕਿ ਸੱਚੇ ਪਾਤਸ਼ਾਹ ਮੇਰਾ ਮੁਝ ਮੇ ਕਿਛ ਨਹੀਂ ਜੋਕ ਚ ਹੈ ਸੋ ਤੇਰਾ ਤੇਰਾ ਤੁਦ ਕੋ ਸੌਂਪਤੇ ਕੀ ਲੱਗਿਆ ਕੀ ਲੱਗਿਆ ਮੇਰਾ ਜਿੰਨੇ ਅੰਮ੍ਰਿਤਧਾਰੀ ਭੈਣ ਭਰਾ ਬੈਠੇ ਹੋ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਈਦਾ ਤੇ ਪਹਿਲਾ ਬਚਨ ਪੁੱਛਿਆ ਜਾਂਦਾ ਹੈ ਭਾਈ ਕਿਸ ਵਾਸਤੇ ਆਇਓ ਇਹ ਆਪਾਂ ਦੱਸਦੇ ਹਾਂ ਜੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ ਆਏ ਹਾਂ ਹਾਜ਼ਰ ਹੋਏ ਹਾਂ ਪੇਸ਼ ਹੋਏ ਹਾਂ ਤੇ ਪਹਿਲਾ ਸਵਾਲ ਪੁੱਛਿਆ ਜਾਂਦਾ ਹੈ ਭਾਈ ਜੇ ਅੰਮ੍ਰਿਤ ਛਕਣਾ ਹੈ ਤੇ ਅੱਜ ਤੋਂ ਬਾਅਦ ਸੀਸ ਤੇਰੇ ਗੁਰੂ ਦਾ ਹੈ ਲੋੜ ਪੈਗੀ ਤੇ ਪੰਥ ਲਈ ਸੀਸ ਦੇਂਗਾ ਤੇ ਉਸ ਵਕਤ ਗੁਰੂ ਦੀ ਹਜ਼ੂਰੀ ਦੇ ਵਿੱਚ ਅਸੀਂ ਬਚਨ ਕਰਦੇ ਹਾਂ ਕਰਾਰ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ ਜੇ ਲੋੜ ਪਈ ਤੇ ਮੈਂ ਪੰਥ ਲਈ ਕੌਮ ਲਈ ਸੀਸ ਵੀ ਦੇ ਦਿਆਂਗਾ ਉਸ ਵਕਤ ਅਸੀਂ ਸੀਸ ਭੇਟਾ ਨਹੀਂ ਕਰਦੇ ਪਰ ਬਚਨ ਤੇ ਕੌਲ ਕਰਦੇ ਹਾਂ ਗੁਰੂ ਦੇ ਨਾਲ ਤੇ ਯਾਦ ਰੱਖਿਆ ਜੇ ਜਿਨ੍ਹਾਂ ਨੇ ਜੂਨ 84 ਦੇ ਅੰਦਰ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਆਪਣੇ ਸੀਸ ਦਿੱਤੇ ਨੇ ਉਹਨਾਂ ਨੇ ਉਹ ਗੁਰੂ ਦੇ ਖੰਡੇ ਬਾਟੇ ਦੀ ਪੌਲ ਵੇਲੇ ਕੀਤਾ ਹੋਇਆ ਬਚਨ ਪੁਗਾਇਆ ਹੈ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਮਰਿਆਦਾ ਰਹੀ ਹੈ ਭਾਈ ਪੰਜ ਪਿਆਰੇ ਸਹਬਾਨ ਜਦੋਂ ਸਾਜੇ ਸਨ ਤੇ ਮਹਾਰਾਜ ਨੇ ਭਰੇ ਦੀਵਾਨ ਦੇ ਅੰਦਰ ਪੰਜ ਸੀਸ ਲੈ ਕਰਕੇ ਖੰਡੇ ਦੀ ਪੌਲ ਦਿੱਤੀ ਸੀ ਤੇ ਅੱਗੇ ਵਾਸਤੇ ਸਤਿਗੁਰ ਨੇ ਇਹ ਮਰਿਆਦਾ ਦ੍ਰਿੜ ਕਰਵਾ ਦਿੱਤੀ ਕਿ ਭਾਈ ਅੱਜ ਤੇ ਪੰਜ ਸੀਸ ਲੈ ਕੇ ਅੰਮ੍ਰਿਤ ਦਿੱਤਾ ਏ ਪਰ ਇੰਨੀ ਕੁ ਤੈਨੂੰ ਛੋਟ ਦੇ ਦਿੱਤੀ ਅੱਗੇ ਤੈਨੂੰ ਸੀਸ ਨਹੀਂ ਲਵਾਂਗੇ ਪਰ ਜੇ ਪੰਥ ਨੂੰ ਤੇ ਕੌਮ ਨੂੰ ਲੋੜ ਪਈ ਤੇ ਸੀਸ ਦੇਣਾ ਪਏਗਾ ਤੇ ਯਾਦ ਰੱਖਿਓ ਖਾਲਸਾ ਜੀ ਜਿਹੜਾ ਗੁਰੂ ਦੇ ਬਚਨਾਂ ਤੋਂ ਭਗੌੜਾ ਪੰਥ ਲਈ ਕੌਮ ਲਈ ਕੁਰਬਾਨੀ ਕਰਨ ਤੋਂ ਪਘੌੜਾ ਉਹ ਗੁਰੂ ਸੱਚੇ ਪਾਤਸ਼ਾਹ ਜੀ ਨੇ ਖੁਸ਼ੀਆਂ ਤੋਂ ਮਹਿਰੂਮ ਹੈ ਜਦ ਬਚਨ ਕੀਤਾ ਹੈ ਜਦ ਕੌਲ ਕੀਤਾ ਹੈ ਇਕਰਾਰ ਕੀਤਾ ਹੈ ਗੁਰੂ ਦੇ ਨਾਲ ਤੇ ਉਹਨਾਂ ਬਚਨਾਂ ਤੋਂ ਫਿਰ ਜਾਣ ਵਾਲਾ ਕਦੇ ਵੀ ਗੁਰੂ ਕੀ ਖੁਸ਼ੀ ਪ੍ਰਾਪਤ ਨਹੀਂ ਜੇ ਕਰ ਸਕਦਾ ਸੋ ਉਹਨਾਂ ਸਿੰਘਾਂ ਨੇ ਸਤਗੁਰੂ ਜੀ ਦੀ ਬਾਣੀ ਅਤੇ ਬਾਣੀ ਦੇ ਧਾਰਨੀ ਹੋ ਕਰਕੇ ਕੀਤੇ ਕੌਲ ਨੂੰ ਪਗਾਇਆ ਹੈ ਸਰਕਾਰਾਂ ਚੜ੍ਹ ਕੇ ਆਈਆਂ ਨੇ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਦਾਮਦੇਮੀ ਟਕਸਾਲ ਦੇ ਉਸ ਸਮੇਂ ਦੇ ਮੁਖੀ ਬਾਬਾ ਠਾਰਾ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਜਰਨਲ ਸੁਬੇਕ ਸਿੰਘ ਜੀ ਕਿੰਨੇ ਕ ਯੋਧਿਆਂ ਦੇ ਮੈਂ ਨਾਮ ਲਵਾਂ ਜਿਨ੍ਹਾਂ ਨੇ ਗੁਰੂ ਕੀ ਬਾਣੀ ਨੂੰ ਪੜ੍ਹਿਆ ਤੇ ਆਪਣੇ ਮਨ ਨੂੰ ਇੰਨਾ ਤਕੜਾ ਕਰ ਲਿਆ ਕਿ ਭਾਈ ਅਸੀਂ ਸ਼ਹਾਦਤ ਦੇ ਜਾਮ ਪੀਵਾਂਗੇ ਸੰਗਤ ਜੀ ਅੱਜ ਵੀ ਸਮਾਖਿਤੇ ਕਰੜਾ ਬਣ ਜਾਵੇ ਤੇ ਸਭ ਤੋਂ ਪਹਿਲਾਂ ਮਨੁੱਖ ਆਪਣੀ ਜਾਨ ਬਚਾਉਂਦਾ ਹੈ ਤੇ ਇੱਕ ਪੁੱਠੀ ਜੀ ਕਹਾਵਤ ਪਤਾ ਨਹੀਂ ਕਿੰਨੇ ਬਣਾ ਦਿੱਤੀ ਹੈ ਭਾਈ ਜਾਨ ਹੈ ਤੇ ਜਹਾਨ ਹੈ ਜੇ ਕਿਰਦਾਰ ਨਹੀਂ ਜਿਹਰਾਇਤ ਨਹੀਂ ਤੇਰਾ ਜੀਵਨ ਨਹੀਂ ਤੇ ਐਸੀ ਜਾਨ ਨੂੰ ਲੁਕੋ ਕੇ ਵੀ ਕੀ ਕਰੇਗਾ ਦਰਦਰ ਤੇ ਠੋਕਰਾ ਖਾਂਦਾ ਫਿਰੇ ਦੁਸ਼ਵਾਰੀਆਂ ਹੁੰਦੀਆਂ ਫਿਰਨ ਤਾਂ ਕਈ ਐਸੇ ਪੁੱਠੇ ਦਿਮਾਗ ਵਾਲੇ ਫਿਰਦੇ ਨੇ ਨਾ ਜਿਹੜੇ ਲੱਗਦੇ ਸਾਡੇ ਵਰਗੇ ਨੇ ਪਰ ਗੁਰੂ ਕੀ ਨਿੰਦਿਆ ਕਰਕੇ ਬਚਨ ਐਸੇ ਕਰਦੇ ਨੇ ਤੇ ਉਹਨਾਂ ਦੀ ਬਚੀ ਹੋਈ ਜਾਨ ਭਾਈ ਕਿਹੜੇ ਲੇਖੇ ਆ ਜਿਹੜੇ ਨਿਤ ਗਾਲਾਂ ਸੁਣਦੇ ਨੇ ਲੋਕਾਂ ਕੋਲੋਂ ਤੋ ਸਤਿਗੁਰੂ ਕਿਰਪਾ ਕਰੇ ਜੀਵਨ ਭਾਵੇਂ ਥੋੜਾ ਹੋਵੇ ਪਰ ਤੇਰੇ ਜੀਵਨ ਦੇ ਵਿੱਚੋਂ ਕੁਝ ਸਿੱਖਿਆ ਲੈਣ ਵਾਸਤੇ ਮਿਲੇ ਉਸ ਦਾ ਜੀਵਨ ਯਾਦਗਾਰ ਬਣ ਜਾਂਦਾ ਏ ਤੇ ਜਿਹੜੇ ਗੁਰੂ ਨਾਲ ਧਰੋਕ ਮਾ ਜਾਂਦੇ ਨੇ ਭਾਈ ਉਹ ਜਾਣ ਤੋਂ ਬਾਅਦ ਵੀ ਦੁਸ਼ਵਾਰੀਆਂ ਦੇ ਖੁਆਰੀਆਂ ਦੇ ਨਾਲ ਉਹ ਯਾਦ ਕੀਤੇ ਜਾਂਦੇ ਉਹਨਾਂ ਸਿੰਘਾਂ ਸ਼ਹੀਦਾਂ ਨੇ ਗੁਰੂ ਕੀ ਬਾਣੀ ਪੜ੍ਹੀ ਤੇ ਜਿਹੜਾ ਮੈਂ ਬਚਨ ਕੱਲ ਆਪ ਨਾਲ ਸਾਂਝਾ ਕੀਤਾ ਸੀ ਭਾਈ ਸ਼ਹਾਦਤ ਐਵੇਂ ਨਹੀਂ ਦਿੱਤੀ ਜਾਂਦੀ ਜਿਹੜਾ ਵਿਅਕਤੀ ਜਿਹੜਾ ਗੁਰੂ ਕਾ ਪਿਆਰਾ ਸ਼ਹਾਦਤ ਦਿੰਦਾ ਏ ਪਹਿਲਾਂ ਅੰਦਰੋਂ ਤਿਆਰ ਹੁੰਦਾ ਏ ਜਦੋਂ ਦਿਸਦਾ ਏ ਕਿ ਸਾਹਮਣੇ ਮੌਤ ਖੜੋਤੀ ਐ ਹੁਣ ਸ਼ਹੀਦੀ ਦੇਣੀ ਪਵੇਗੀ ਇਹਦੇ ਬਗੈਰ ਹੱਲ ਕੋਈ ਨਹੀਂ ਫੇਰ ਵੀ ਹੱਸ ਕੇ ਮੌਤ ਨੂੰ ਗਲੇ ਲਾ ਲੈਂਦਾ ਏ ਸੱਚੇ ਪਾਤਸ਼ਾਹ ਮੇਰੀ ਕੰਡ ਤੇ ਆਪਣਾ ਥਾਪੜਾ ਰੱਖੀ ਮੈਂ ਤੇਰੇ ਬਚਨਾਂ ਤੇ ਪੂਰਾ ਉੱਤਰ ਕੇ ਆਪਣਾ ਸਵਾਸ ਸਵਾਸ ਤੇਰੀ ਸਿੱਖੀ ਦੇ ਲੇਖੇ ਇਲਾਵਾ ਉਹਨੂੰ ਸ਼ਹਾਦਤ ਕਿਹਾ ਜਾਂਦਾ ਏ ਕਿਸੇ ਨੂੰ ਜ਼ਬਰੀ ਫੜ ਕੇ ਕਤਲ ਕਰ ਦੇਣਾ ਕਿਸੇ ਦਾ ਐਕਸੀਡੈਂਟ ਹੋ ਜਾਣਾ ਕਿਸੇ ਨੂੰ 5-7 ਬੰਦੇ ਜ਼ਬਰਦਸਤੀ ਫੜ ਕੇ ਹਲਾਕ ਕਰ ਦੇਣ ਉਹ ਸ਼ਹੀਦ ਨਹੀਂ ਜੇ ਹੁੰਦਾ ਸ਼ਹੀਦ ਉਹ ਹੈ ਜਿਹੜਾ ਆਪਣੀ ਮਰਜ਼ੀ ਦੇ ਨਾਲ ਖਿੜੇ ਮੱਤੇ ਮੌਤ ਨੂੰ ਪ੍ਰਵਾਨ ਕਰਦਾ ਹੈ ਜਿਹਨੂੰ ਪਤਾ ਹੈ ਕਿ ਮੇਰੀ ਜਾਨ ਮੇਰੇ ਪ੍ਰਾਣ ਹੁਣ ਨਹੀਂ ਰਹਿਣਗੇ ਪਰ ਮੈਂ ਆਪਣੇ ਸਿਧਾਂਤ ਤੇ ਗੁਰੂ ਦੀ ਦਿੱਤੀ ਹੋਈ ਸਿੱਖੀ ਤੇ ਕਾਇਮ ਰਹਿਣਾ ਹੈ ਉਹ ਸ਼ਹੀਦ ਕਹਾਉਂਦਾ ਹੈ ਤੇ ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਹੋਣ ਵਾਲੇ ਸਿੰਘ ਸੰਗਤ ਜੀ ਬਾਣੀ ਦੇ ਧਾਰਨੀ ਸਨ ਗੁਰੂ ਕੇ ਰਹਿਤ ਦੇ ਮਾਲਕ ਸਨ ਤੇ ਸਤਗੁਰ ਨੇ ਕਿਰਪਾ ਕੀਤੀ ਕਿ ਅੰਦਰੋਂ ਇੰਨੇ ਤਕੜੇ ਸਨ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ 'ਚ ਫੌਜ ਚੜ੍ਹ ਕੇ ਆਈ ਹੈ ਹਥਿਆਰ ਨਹੀਂ ਛੁੱਟੇ ਸ਼ਹਾਦਤ ਪ੍ਰਵਾਨ ਕਰ ਲਈ ਹੈ ਤੇ ਦੁਨੀਆ ਦੇ ਵੱਡੇ ਵੱਡੇ ਜਰਨਲ ਇਸ ਗੱਲ ਨੂੰ ਦੱਸਦੇ ਨੇ ਹਾਰ ਉਦੋਂ ਮੰਨੀ ਜਾਂਦੀ ਹੈ ਜਦੋਂ ਹਥਿਆਰ ਸੁੱਟ ਦਿੱਤੇ ਜਾਣ ਹਾਰਿਆ ਉਦੋਂ ਜਾਂਦਾ ਹੈ ਜਦੋਂ ਲੜਾਈ ਛੱਡ ਦਿੱਤੀ ਜਾਵੇ ਜੇ ਲੜਦਿਆਂ ਲੜਦਿਆਂ ਆਖਰੀ ਸਵਾਸ ਤੱਕ ਪ੍ਰਾਣ ਦੇ ਦਿੱਤੇ ਜਾਣ ਉਹ ਹਾਰ ਨਹੀਂ ਹੁੰਦੀ ਉਹ ਜਿੱਤ ਮੰਨੀ ਜਾਂਦੀ ਹੈ ਕਿ ਦੁਸ਼ਮਣ ਕਦੇ ਵੀ ਤੈਨੂੰ ਜਿੱਤ ਨਹੀਂ ਸਕਿਆ ਤੇਰੇ ਆਖਰੀ ਸਵਾਸਾਂ ਤੱਕ ਤੂੰ ਆਜ਼ਾਦ ਸੀ ਆਜ਼ਾਦ ਰਹਿ ਆਏ ਤੇ ਆਜ਼ਾਦ ਹੀ ਇਹ ਜੇ ਸੰਸਾਰ ਤੋਂ ਗਿਆ ਤੇ ਜਿਨ੍ਹਾਂ ਦੇ ਮਨ ਵਿੱਚ ਭੁਲੇਖਾ ਹੋਵੇ ਕਿ ਸਰਕਾਰਾਂ ਨੇ ਦਬਾ ਲਿਆ ਸਰਕਾਰਾਂ ਨੇ ਸ਼ਹੀਦ ਕਰ ਦਿੱਤਾ ਭਾਈ ਸਿੰਘ ਹਾਰੇ ਨਹੀਂ ਸਿੰਘ ਜਿੱਤੇ ਨੇ ਪਹਿਲਾ ਘੱਲੂ ਘਾਰਾ ਵਾਪਰਿਆ ਏ ਕੌਮ ਮਰੀ ਨਹੀਂ ਕੌਮ ਉੱਠ ਖਲੋਤੀ ਦੂਜਾ ਘੱਲੂ ਘਾਰਾ ਵਾਪਰਿਆ ਏ ਕੌਮ ਮਰੀ ਨਹੀਂ ਕੌਮ ਉੱਠ ਖਲੋਤੀ ਤੀਜਾ ਘੱਲੂ ਘਾਰਾ ਵਾਪਰਿਆ ਕੌਮ ਮਰੀ ਨਹੀਂ ਕੌਮ ਜਾਗਦੀ ਹੈ ਤੇ ਯਾਦ ਰੱਖਿਓ ਅੱਜ ਵੀ ਗੁਰੂ ਕੇ ਸਿੰਘ ਕਦੇ ਸਰਕਾਰਾਂ ਅੱਗੇ ਹਾਰੇ ਨਹੀਂ ਜੇ ਦਾ ਸਬੂਤ ਹੈ ਕਿ ਜ਼ਿਲਾਂ ਦੇ ਅੰਦਰ ਬੰਦੀ ਸਿੰਘ ਆਪਾਂ ਜਿਨ੍ਹਾਂ ਦੀ ਰਿਹਾਈ ਦੀ ਅਰਦਾਸ ਕਰਦੇ ਹਾਂ ਅੱਜ ਵੀ ਬੈਠੇ ਨੇ ਆਜ਼ਾਦ ਸੋਚ ਦੇ ਮਾਲਕ ਨੇ ਤੇ ਇਹ ਪਿਰਤਾ ਪਾਈਆਂ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਦੇ ਬਾਰੇ ਵੀ ਆਪਾਂ ਥੋੜਾ ਕੁਝ ਆਨਣ ਪਾ ਲਈਏ ਸਤਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਯਤਨ ਕਰ ਲਈਏ ਕਿ ਭਾਈ ਸ਼ਹਾਦਤ ਦੇ ਦੇਵਾਂਗੇ ਪਰ ਈਨ ਨਹੀਂ ਮੰਨਾਂਗੇ ਗੁਰੂ ਦੇ ਬਾਣੇ ਦੇ ਵਿੱਚ ਰਹਿਣਾ ਹੈ ਤੇ ਸਤਗੁਰੂ ਸੱਚੇ ਪਾਤਸ਼ਾਹ ਕੀ ਨਹੀਂ ਸੰ ਕਰ ਸਕਦੇ ਧਰਤੀ ਦਾ ਪਲਟਾ ਦੇ ਦਿੰਦੇ ਦੁਸ਼ਮਣ ਦੀਆਂ ਅੱਖਾਂ ਦੇ ਵਿੱਚ ਹਨੇਰਾ ਛਾ ਜਾਂਦਾ ਪਰ ਗੁਰੂ ਨੇ ਇਹ ਪੂਰਨੇ ਪਾ ਦਿੱਤੇ ਕਿ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਮੇਰਾ ਗੁਰੂ ਠੰਡਾ ਸੀਸ ਦੇ ਵਿੱਚ ਤੱਤੀ ਰੇਤਾ ਪੈ ਜਾਏ ਤਦ ਵੀ ਮੇਰਾ ਸੱਚੇ ਪਾਸ਼ਾ ਤਪਦਾ ਨਹੀਂ ਭਾਵ ਜ਼ਾਲਮ ਆਪਣੀ ਹੱਦ ਮੁਕਾ ਲੈ ਤੇ ਗੁਰੂ ਦਾ ਸਿੱਖ ਆਪਣੀ ਹੱਦ ਦੱਸ ਦੇਗਾ ਕਿ ਭਾਈ ਤੇਰੀ ਹੱਦ ਵੱਡੀ ਹੈ ਜਾਂ ਮੇਰੇ ਗੁਰੂ ਦਾ ਬਚਨ ਵੱਡਾ ਹੈ ਤੇ ਜੇ ਗੁਰੂ ਸਾਹਿਬ ਸੰਗਤ ਜੀ ਐਸੇ ਪੂਰਨੇ ਨਾ ਪਾਉਂਦੇ ਤਾਂ ਯਾਦ ਰੱਖਿਓ ਅਸੀਂ ਅੱਜ ਵੀ ਕਹਿ ਦੇਣਾ ਸੀ ਕਿ ਭਾਈ ਉਹ ਤੇ ਸ਼ਕਤੀ ਦੇ ਮਾਲਕ ਸਨ ਉਹ ਸ਼ਹਾਦਤਾਂ ਦੇ ਗਏ ਮੈਂ ਤੇ ਆਮ ਇਨਸਾਨ ਨਾ ਮੈਂ ਸ਼ਹਾਦਤ ਕਿੱਥੋਂ ਦੇ ਸਕਦਾ ਐ ਇਸੇ ਕਰਕੇ ਸਰੀਰਕ ਜਾਮੇ ਦੇ ਅੰਦਰ ਪਹਿਲੇ ਜਾਮੇ ਤੋਂ ਲੈ ਕੇ ਦਸਵੇਂ ਜਾਮੇ ਤੱਕ ਚਾਰ ਸਾਹਿਬ ਜਾਦੇ ਸ਼ਹੀਦ ਹੋਣ ਤੱਕ ਸਤਿਗੁਰ ਨੇ ਇਹ ਪੂਰਨੇ ਪਾ ਦਿੱਤੇ ਕਿ ਭਾਈ ਪੁੱਤ ਵੀ ਵਾਰਨੇ ਪੈਣਗੇ ਤੇ ਵਾਰ ਦੇਾਂਗੇ ਆਪਾਂ ਵੀ ਵਾਰਨਾ ਪਏਗਾ ਤੇ ਵਾਰ ਦੇਾਂਗੇ ਪਰ ਗੁਰੂ ਕੇ ਬਚਨਾਂ ਤੋਂ ਫਿਰਨਾ ਸਾਨੂੰ ਮਨਜ਼ੂਰ ਨਹੀਂ ਤੇ ਜਿਹੜੇ ਅੱਜ ਭੁਲੇਖੇ ਚ ਨੇ ਕਿ ਭਾਈ ਜੇ ਗੁਰੂ ਸਮਰੱਥ ਸੀ ਤੇ ਕਰਾਮਾਤ ਕਿਉਂ ਨਹੀਂ ਵਿਖਾਈ ਉਹਦਾ ਕਾਰਨ ਸੰਗਤ ਜੀ ਇਹੋ ਹੀ ਸੀ ਕਿ ਜੇ ਸੱਚੇ ਪਾਤਸ਼ਾਹ ਤਾਕਤ ਅਤੇ ਬਲ ਤੇ ਸ਼ਕਤੀ ਦਾ ਪ੍ਰਯੋਗ ਕਰਦੇ ਤੇ ਅੱਜ ਅਸੀਂ ਡੋਲ ਜਾਣਾ ਸੀ ਕਿ ਭਾਈ ਮੇਰੇ ਤੇ ਪੱਲੇ ਕੁਝ ਨਹੀਂ ਮੇਰੇ ਕੋਲ ਤੇ ਤਾਕਤ ਹੀ ਨਹੀਂ ਮੇਰੇ ਕੋਲ ਤੇ ਸ਼ਕਤੀ ਨਹੀਂ ਉਹ ਤੇ ਗੁਰੂ ਸੀ ਜਿਹੜਾ ਸ਼ਕਤੀ ਦੇ ਨਾਲ ਪਾਰ ਉਤਾਰਾ ਕਰ ਗਿਆ ਇਸੇ ਕਰਕੇ ਸਤਗੁਰ ਨੇ ਸਰੀਰਕ ਜਾਮੇ ਦੇ ਅੰਦਰ ਕਸ਼ਟ ਸਹਾਰ ਕੇ ਤੈਨੂੰ ਦੱਸ ਦਿੱਤਾ ਕਿ ਜੇ ਮੈਂ ਕਰ ਸਕਦਾ ਤਾਂ ਸਿੱਖਾ ਇਸ ਬਾਣੀ ਦੇ ਆਸਰੇ ਤੂੰ ਵੀ ਕਰ ਸਕਦਾ ਹੈ। ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਦਿਆਲਾ ਜੀ ਕਿੰਨੇ ਕੁ ਸ਼ਹੀਦਾਂ ਦੇ ਮੈਂ ਨਾਮ ਲਵਾਂ। ਗੁਰੂ ਦੇ ਪੂਰਨਿਆਂ ਤੇ ਚੱਲਦਿਆਂ ਹੋਇਆਂ ਉਹਨਾਂ ਗੁਰਸਿੱਖਾਂ ਨੇ ਵੀ ਆਪਣੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਦਿੱਤੀ। ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਇੱਕ ਵਾਰ ਗੱਜ ਕੇ ਕਹ ਦਿਓ ਸਤਨਾਮ ਸ੍ਰੀ ਵਾਹਿਗੁਰੂ। ਸੋ ਸਮਝਣ ਵਾਲਾ ਨੁਕਤਾ ਸੰਗਤ ਜੀ ਇਹ ਹੈ ਕਿ ਇਹ ਬਲ ਮਿਲਿਆ ਕਿੱਥੋਂ? ਇਹ ਤਾਕਤ ਆਈ ਕਿੱਥੋਂ? ਗੁਰੂ ਕੀ ਗੁਰਬਾਣੀ ਐਸੀ ਹੈ ਜਿਹੜੀ ਮਨੋਬਲ ਨੂੰ ਤਕੜਾ ਕਰ ਦਿੰਦੀ ਹੈ ਤੇ ਸੀਸ ਤਲੀ ਤੇ ਰੱਖਣ ਵਾਸਤੇ ਵੀ ਸਤਿਗੁਰੂ ਫਿਰ ਕਿਰਪਾ ਕਰ ਦਿੰਦਾ ਹੈ ਤੇ ਅੱਜ ਉਸੇ ਗੁਰੂ ਕੀ ਗੁਰਬਾਣੀ ਤੋਂ ਦੂਰ ਹੋ ਕਰਕੇ ਸ਼ਹਾਦਤਾਂ ਦੀ ਗੱਲ ਤੇ ਬਹੁਤ ਦੂਰ ਰਹੀ ਆਪਣੇ ਜੀਵਨ ਦੀਆਂ ਵੀਆਂ ਕਠਿਨਾਈਆਂ ਆਪਾਂ ਤਵੇ ਝੱਲ ਰਹੇ ਆ ਸੋ ਰੋ ਵਿਚਾਰ ਮੈਂ ਕੇਵਲ ਸੰਖੇਪ ਰੂਪ ਦੇ ਵਿੱਚ ਹੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀਆਂ ਰੱਖੀਆਂ ਨੇ ਕਿਉਂਕਿ ਪ੍ਰਸੰਗ ਆਪਣੇ ਕੋਲ ਕਾਫੀ ਵੱਡਾ ਹੈ ਸ਼ਹੀਦ ਕੌਣ ਨੇ ਕੀ ਕਰਾਮਾਤ ਹੁੰਦੀ ਹੈ ਕਿਉਂ ਸ਼ਹੀਦਾਂ ਨੂੰ ਯਾਦ ਕਰਦੇ ਆ ਸਤਿਗੁਰੂ ਜੀ ਕੀ ਬਚਨ ਕਰਦੇ ਨੇ ਆਓ ਆਪਾਂ ਸਰਵਣ ਦਾ ਕਰਨ ਦਾ ਯਤਨ ਕਰੀਏ ਤੇ ਨਾਲ ਦੀ ਨਾਲ ਭਾਈ ਜਿਹੜੇ ਭੁਲੇਖੇ ਪਾਉਂਦੇ ਨੇ ਕਿ ਜੀ ਉਹਨਾਂ ਨੂੰ ਕੀ ਯਾਦ ਕਰਨਾ ਸ਼ਹੀਦੀ ਪਹਿਰੇ ਤੇ ਹੁੰਦੇ ਹੀ ਨਹੀਂ ਸ਼ਹੀਦ ਸਿੰਘ ਹੁੰਦੇ ਹੀ ਨਹੀਂ ਸਭ ਝੂਠ ਹੈ ਸਭ ਕੁਫਰ ਹੈ ਉਹਨਾਂ ਦੇ ਸ਼ੰਕਿਆਂ ਦੇ ਜਵਾਬ ਮੈਂ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਆਪ ਦੇ ਦੇਣਗੇ ਆਓ ਮਨ ਬਿਰਤੀਆਂ ਇਕਾਗਰ ਕਰੀਏ ਤੇ ਸਰਵਣ ਕਰੀਏ ਜੀ ਵਾਹਿਗੁਰੂ ਸਾਹਿਬ ਜੀਓ ਇੱਕ ਦਿਨ ਕਲਗੀ ਧਰਥਲੇ ਸਿੱਧ ਕੀ ਸਿੱਖ ਤੀਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਧ ਕੀ ਸਿੱਖਾਂ ਦੇ ਅੰਦਰ ਆ ਕਰਕੇ ਬਿਰਾਜਮਾਨ ਹੋਏ ਨੇ ਜਿਵੇਂ ਦੀਵਾਨ ਸਜਿਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਜੀ ਆ ਕਰਕੇ ਬਿਰਾਜਬਾਨ ਹੋਏ ਹਨ ਜੀ ਮੋਹਕਮ ਸਿੰਘ ਅਰਦਿਆ ਸਿੰਘ ਹਿੰਮਤ ਸਿੰਘ ਧੀਰਾ ਭਾਈ ਮੋਹਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਅਨੇਕਾਂ ਗੁਰੂ ਕੇ ਪਿਆਰੇ ਸਿੱਖ ਜਿਹੜੇ ਸਤਗੁਰੂ ਸੱਚੇ ਪਾਤਸ਼ਾਹ ਦੇ ਨਿਕਟਵਰਤੀ ਸਿੱਖ ਸਨ ਉਹ ਵੀ ਦੀਵਾਨ ਦੇ ਵਿੱਚ ਹਾਜ਼ਰ ਨੇ ਸਤਗੁਰੂ ਦੇ ਸਨਮੁਖ ਬੈਠੇ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਆਪਾਂ ਹਾਜ਼ਰੀਆਂ ਭਰ ਰਹੇ ਹਾਂ ਇਤਿਆਜਕ ਕਰ ਜੋ ਰਕੇ ਅਸ ਗਿਰਾ ਬਖਾਨੀ ਹੱਥ ਜੋੜ ਕਰਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਗੁਰਸਿੱਖਾਂ ਨੇ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਨੂੰ ਇਹ ਸਮਝਾਉਣਾ ਕਰੋ ਇਹ ਗੱਲ ਸਮਝਾਓ ਜੀ ਸ੍ਰੀ ਪ੍ਰਭ ਹਮੈ ਬਤਾਈਏ ਜਿਸ ਤੇ ਅਣਜਾਨੀ ਸਤਗੁਰੂ ਜੀ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ ਜਿਹੜੀ ਗੱਲ ਤੋਂ ਅਸੀਂ ਅਣਜਾਣ ਹਾਂ ਜਿਹਦਾ ਅਸੀਂ ਭੇਦ ਨਹੀਂ ਜਾਣਦੇ ਜਿਵੇਂ ਅੱਜ ਵੀ ਮਨ ਦੇ ਸ਼ੰਕੇ ਹੁੰਦੇ ਨੇ ਨਾ ਮਨ ਦੇ ਅੰਦਰ ਸਵਾਲ ਹੁੰਦੇ ਨੇ ਪਰ ਸਾਡੀ ਇਹ ਬਿਰਤੀ ਨਹੀਂ ਕਿ ਅਸੀਂ ਕੇਵਲ ਤੇ ਕੇਵਲ ਮੱਥਾ ਟੇਕਣ ਤੱਕ ਸੀਮਤ ਰਹਿ ਗਏ ਕਦੇ ਸਾਖਸ਼ਾਤ ਹਾਜ਼ਰ-ਨਾਜ਼ਰ ਹਜ਼ੂਰ ਮੰਨਿਆ ਨਹੀਂ ਕਦੇ ਮੰਨ ਕੇ ਦੇਖੋ ਮਨ ਦਾ ਫੁਰਨਾ ਲੈ ਕੇ ਆਓ ਕਿ ਸੱਚੇ ਪਾਤਸ਼ਾਹ ਮੈਂ ਤੇਰੇ ਕੋਲ ਆਇਆ ਮੇਰੇ ਮਨ ਦੀ ਇਹ ਭਾਵਨਾ ਹੈ ਮੇਰੇ ਮਨ ਦਾ ਇਹ ਸਵਾਲ ਹੈ ਮੈਨੂੰ ਇਹਦਾ ਉੱਤਰ ਦਿਓ ਤੇ ਸੰਗਤ ਜੀ ਗੁਰੂ ਤੇ ਭਰੋਸਾ ਰੱਖ ਕੇ ਮੈਂ ਇਹ ਦਾਅਵੇ ਨਾਲ ਗੱਲ ਕਹਿ ਸਕਦਾ ਕਿ ਬਿਨ ਬੋਲਿਆਂ ਸਭ ਕੁਝ ਜਾਣਦਾ ਤੇਰੇ ਜਵਾਬ ਦਾ ਸਵਾਲ ਦਾ ਜਵਾਬ ਮੇਰਾ ਸੱਚੇ ਪਾਤਸ਼ਾਹ ਤੇਨੂੰ ਦੇਵੇਗਾ ਪਰ ਤੂੰ ਪੁੱਛਣ ਵਾਲਾ ਬਣ ਤੂੰ ਜਾਣਨ ਵਾਲਾ ਬਣ ਬਹੁਤ ਐਸੇ ਗੁਰਸਿੱਖ ਮਿਲਣਗੇ ਆਪਦਾ ਵੀ ਸ਼ਾਇਦ ਅਨੁਭਵ ਹੋਇਆ ਹੋਵੇ ਕਿ ਘਰੋਂ ਕੋਈ ਮਨ ਦੇ ਵਿੱਚ ਵਿਚਾਰ ਲੈ ਕੇ ਚੱਲਦੇ ਆ ਜਾਂ ਕੋਈ ਸਵਾਲ ਖੜਾ ਹੋ ਜਾਂਦਾ ਏ ਤੇ ਸਧਾਰਨ ਰੂਪ ਦੇ ਵਿੱਚ ਹੀ ਜਦੋਂ ਦਰਬਾਰ ਚ ਆ ਕੇ ਮੱਥਾ ਟੇਕੀਦਾ ਹੈ ਗੁਰੂ ਕੀ ਗੁਰਬਾਣੀ ਚੱਲ ਰਹੀ ਹੁੰਦੀ ਏ ਜਾਂ ਸ਼ਬਦ ਕੀਰਤਨ ਚੱਲ ਰਿਹਾ ਹੁੰਦਾ ਏ ਤੇ ਆਪਾਂ ਸੋਚਦੇ ਆ ਕਿ ਜੀ ਮੈਂ ਘਰੋਂ ਚੱਲਦਿਆਂ ਹਜੇ ਇਹ ਗੱਲ ਮਨ 'ਚ ਵਿਚਾਰੀ ਸੀ ਕੁਦਰਤੀ ਜਾਂਦਿਆਂ ਨੂੰ ਮੇਰੀ ਗੱਲ ਦਾ ਉੱਤਰ ਮੈਨੂੰ ਮਿਲ ਗਿਆ ਜਦੋਂ ਭਰੋਸਾ ਹੋਵੇ ਜਦੋਂ ਵਿਸ਼ਵਾਸ ਹੋਵੇ ਫਿਰ ਸਤਿਗੁਰੂ ਭਾਵਨਾ ਨੂੰ ਜਾਣਦੇ ਆ ਆਪਣੇ ਆਪ ਵਿਧ ਬਣਾ ਦਿੰਦੇ ਨੇ ਤੇ ਤੈਨੂੰ ਤੇਰੇ ਸਵਾਲ ਦਾ ਉੱਤਰ ਉਹ ਬਖਸ਼ਿਸ਼ ਕਰ ਦਿੰਦੇ ਹਨ ਤੇ ਉਸ ਵਕਤ ਵੀ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਿੱਥੋਂ ਅਸੀਂ ਅਣਜਾਣ ਹਾਂ ਕਿਰਪਾ ਕਰੋ ਸਾਡੀ ਬੇਨਤੀ ਪ੍ਰਵਾਨ ਕਰਕੇ ਉੱਤਰ ਦਿਓ ਜੀ ਕਿਨ ਕੋ ਨਾਮ ਸ਼ਹੀਦ ਹੈ ਕਿਆ ਕਿਰਤ ਕਰਮ ਤੇ ਸੱਚੇ ਪਾਤਸ਼ਾਹ ਸ਼ਹੀਦ ਕਿਹਨਾਂ ਨੂੰ ਕਿਹਾ ਜਾਂਦਾ ਹੈ ਕੀ ਕਿਰਤ ਕਰਦੇ ਨੇ ਕਿਹੋ ਜੇ ਕੰਮ ਕਾਜ ਕਰਦੇ ਹਨ ਕਿਰਪਾ ਕਰਕੇ ਸਾਨੂੰ ਸਮਝਾਓ ਜੀ ਗਤਮਿਤ 인 ਕੀ ਕੌਨ ਹੈ ਕਿਆ ਸ਼ਕਤ ਤਰੰਤੇ ਸੱਚੇ ਪਾਤਸ਼ਾਹ ਕਿਹੜੀ ਗਤਮਿਤ ਦੇ ਮਾਲਕ ਹੁੰਦੇ ਨੇ ਸ਼ਹੀਦ ਸਿੰਘ ਕਿਹੜੇ ਕਰਤੱਬ ਕਰਦੇ ਨੇ ਕਿਵੇਂ ਕਿਵੇਂ ਇਹਨਾਂ ਦਾ ਜੀਵਨ ਹੈ ਕਿਰਪਾ ਕਰਕੇ ਸਾਨੂੰ ਸਮਝਾਓ ਮਹਾਰਾਜ ਕਿਸਥਲ ਵਾਸਾ ਹੈ ਕਿਤਕ ਪਦਵੀ ਇਨਕੇਰੀ ਸੱਚੇ ਪਾਤਸ਼ਾਹ ਕਿੱਥੇ ਵਸਦੇ ਨੇ ਕਿੱਥੇ ਵਾਸ ਕਰਦੇ ਨੇ ਕਿਹੜੀ ਪਦਵੀ ਹੈ ਕਿਹੜਾ ਸਥਾਨ ਹੈ ਸ਼ਹੀਦਾਂ ਸਿੰਘਾਂ ਦੀ ਅਰਦਾਸ ਆਪਾਂ ਰੋਜ਼ਾਨਾ ਕਰਦੇ ਆਂ ਜਾਣਦੇ ਆਂ ਸ਼੍ਰੀ ਦੀ ਫੌਜਾਂ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ ਪਰ ਅਣਜਾਣ ਵਸ ਅਸੀਂ ਇਹਨਾਂ ਗੱਲਾਂ ਨੂੰ ਕੇਵਲ ਭੁਲੇਖਾ ਜਾਣ ਲੈਨੇ ਆ ਤੇ ਜਦੋਂ ਸਤਿਗੁਰੂ ਦੇ ਚਰਨਾਂ 'ਚ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਸਾਨੂੰ ਦੱਸੋ ਸ਼ਹੀਦ ਕੌਣ ਹੁੰਦੇ ਨੇ ਕਿੱਥੇ ਵਸਦੇ ਨੇ ਕਿਹੜੀ ਗਤਮਿਤ ਦੇ ਮਾਲਕ ਹਨ ਕਿਰਪਾ ਕਰਕੇ ਸਮਝਾਓ ਜੀ ਚਲੋ ਗਿਆਤਾ ਕੇ ਤੁਮ ਤਨੀ ਕਹੀਏ ਹਮ ਸੇਤੀ ਸੱਚੇ ਪਾਤਸ਼ਾਹ ਤੁਸੀਂ ਸਭ ਗਿਆਤਾ ਸਭ ਕੁਝ ਜਾਣਦੇ ਹੋ ਸਤਿਗੁਰੂ ਕਿਰਪਾ ਕਰਕੇ ਸਾਨੂੰ ਸਮਝਾਓ ਸੁਣ ਸਿੱਖਣ ਤੇ ਗੁਰ ਹਸੇ ਸ੍ਰੀ ਮੁਖ ਫਰਮਾਇਓ ਸਿੱਖਾਂ ਦੇ ਬਚਨ ਸੁਣ ਕਰਕੇ ਸੱਚੇ ਪਾਤਸ਼ਾਹ ਮੁਸਕਰਾਏ ਨੇ ਅਤੇ ਮੁਸਕਰਾ ਕਰਕੇ ਗੁਰੂ ਕਲਗੀ ਧਰਪਤਾ ਜੀ ਸ਼ਹੀਦ ਸਿੰਘਾਂ ਦੇ ਪਰਸਾਏ ਦੱਸ ਰਹੇ ਹਨ ਗੁਪਤ ਹੁਦੀ ਬੂਜੀ ਤੁਮ ਹੋ ਕਹਿ ਬੇਬਨ ਆਇਓ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਭਾਈ ਇਹ ਬਾARTA ਗੁਪਤ ਹੈ ਸ਼ਹੀਦ ਸਿੰਘਾਂ ਦਾ ਪਹਿਰਾ ਬੜਾ ਗੁਪਤ ਹੈ ਪਰ ਤੁਸੀਂ ਪ੍ਰੇਮ ਦੇ ਨਾਲ ਬੇਨਤੀ ਕੀਤੀ ਹੈ ਇਸ ਕਰਕੇ ਤੁਹਾਨੂੰ ਸਾਰੀ ਵਾਰਤਾ ਸਮਝਾਉਣੀ ਆ ਤੇ ਬੜੇ ਪ੍ਰੇਮ ਨਾਲ ਸਰਵਣ ਕਰੋ ਕਿ ਸ਼ਹੀਦ ਸਿੰਘ ਕੀ ਹੁੰਦੇ ਨੇ ਤੇ ਸਤਿਗੁਰੂ ਮਨ ਦੇ ਅੰਦਰ ਇਸ ਕਰਕੇ ਪ੍ਰਸੰਨ ਵੀ ਹੋਏ ਨੇ ਕਿ ਮੇਰਾ ਖਾਲਸਾ ਸੁਚੇਤ ਹੋ ਗਿਆ ਆਪਣੇ ਸਿੱਖਾਂ ਦੇ ਆਪਣੇ ਸ਼ਹੀਦਾਂ ਦੇ ਪ੍ਰਤੀ ਮਨ ਦੇ ਵਿੱਚ ਭਾਵ ਰੱਖਦਾ ਹੈ ਸੰਗਤ ਜੀ ਪੁੱਛਿਆ ਤੇ ਉਹਦੇ ਬਾਰੇ ਜਾਣਦਾ ਹੈ ਨਾ ਜਿਹਦੇ ਨਾਲ ਸਬੰਧ ਹੋਵੇ ਜਿਹਦੇ ਨਾਲ ਸਾਡਾ ਪਿਆਰ ਹੋਵੇ ਜਿਹਦੇ ਨਾਲ ਸਾਡਾ ਕੋਈ ਸਰੋਕਾਰ ਹੀ ਨਹੀਂ ਤੇ ਆਪਾਂ ਉਹਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਭਾਈ ਮੈਂ ਕੀ ਲੈਣਾ ਹੈ ਮੇਰਾ ਤੇ ਸਬੰਧ ਕੋਈ ਨਹੀਂ ਤੇ ਜੇ ਸ਼ਹੀਦ ਸਿੰਘਾਂ ਬਾਰੇ ਜਾਣਨਾ ਚਾਹੁੰਨੇ ਆ ਸ਼ਹੀਦ ਸਿੰਘਾਂ ਬਾਰੇ ਪੁੱਛਿਆ ਹੈ ਤੇ ਮਹਾਰਾਜ ਬੜੇ ਪ੍ਰਸੰਨ ਹੋਏ ਨੇ ਕਿ ਗੁਰੂ ਕਾ ਖਾਲਸਾ ਆਪਣੇ ਸ਼ਹੀਦਾਂ ਦੇ ਨਾਲ ਉਹ ਪਿਆਰ ਤੇ ਪ੍ਰੇਮ ਰੱਖਦਾ ਹੈ ਇਤਿਆਦਕ ਕਰ ਜੋਰ ਕੈ ਅਸ ਕੀ ਰਬ ਖਾਨੀ ਇਸ ਪ੍ਰਕਾਰ ਹੱਥ ਬੰਨ੍ਹ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀਆਂ ਰੱਖੀਆਂ ਹਨ ਗੁਰੂ ਸਿੱਖਾਂ ਨੇ ਗੁਪਤ ਹੁਤੀ ਬੂਜੀ ਤੁਮ ਹੋ ਕਹਿ ਬੋ ਬਨ ਆਇਓ ਸਤਿਗੁਰੂ ਜੀ ਕਿਰਪਾ ਕਰਕੇ ਗੁਪਤ ਬਾਤਾਂ ਆਪ ਸਿੱਖਾਂ ਦੇ ਨਾਲ ਸਾਂਝੀ ਕਰ ਰਹੇ ਸਮਝਾ ਰਹੇ ਹਨ ਛਟਪੁਰ ਸੰਗਤ ਆਪਣੀ ਸਭ ਰਖੇ ਹਜੂਰੰ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਹਜ਼ੂਰ ਆਿਆਂ ਦੇ ਮਨ ਦੇ ਫੁਰਨਿਆਂ ਨੂੰ ਜਾਣ ਕਰਕੇ ਭਾਈ ਉਹਨਾਂ ਦੀ ਮਨ ਬਿਰਤੀਆਂ ਦੇ ਅਨੁਸਾਰ ਉਹਨਾਂ ਦੀ ਭਾਵਨਾ ਨੂੰ ਫਲ ਦਿੰਦੇ ਨੇ ਆਪਣੇ ਆਏ ਹੋਏ ਹਜ਼ੂਰ ਕਿਸੇ ਵੀ ਸਿੱਖ ਨੂੰ ਨਿਰਾਸ਼ ਨਹੀਂ ਕਰਦੇ ਸਿਵਕਾਂ ਦੀ ਬਾਤ ਆਪ ਕਰਦੇ ਨੇ ਜਿਹੜਾ ਭਾਵਨਾ ਕਰਕੇ ਗੁਰੂ ਦੀ ਸ਼ਰਣ ਆਉਂਦਾ ਏ ਦੋ ਸ਼ਰਣੇ ਆਵੇ ਤਿਸ ਕੰਠ ਲਾਵੇ ਹਰਬਿਰਦ ਸਵਾਮੀ ਸੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲੋਂ ਮੰਗ ਕੇ ਦੇਖੋ ਪੁੱਛ ਕੇ ਦੇਖੋ ਪਰ ਭਾਵਨਾ ਦੇ ਨਾਲ ਫਿਰ ਮਹਾਰਾਜ ਸਮਝਾਉਣਾ ਕਰਦੇ ਹਨ ਸੁਣ ਭਾਈ ਕਲ ਕਾਲ ਇਹੋ ਵਰਤਿਓ ਬਟ ਕੋਰੇ ਤੇ ਸਤਿਗੁਰੂ ਜੀ ਹੁਣ ਬਚਨ ਕਰ ਰਹੇ ਹਨ ਕਿ ਭਾਈ ਇਹ ਦੇਖੋ ਕਿ ਜਦੋਂ ਕਾਲ ਦਾ ਪਹਿਰਾ ਵਧਿਆ ਹੈ ਕਾਲ ਚੱਕਰ ਚੱਲਿਆ ਹੈ ਗੁਰਪਾਲੀ ਸਿੱਖ ਸਭਨ ਕੋ ਭਲ ਕਾਬ ਨ ਭੂਰੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਐਸੇ ਪਹਿਰੇ ਦੇ ਅੰਦਰ ਗੁਰੂ ਆਪਣੇ ਸਿੱਖਾਂ ਦੀ ਪ੍ਰਤਿਪਾਲਣਾ ਕਰਦਾ ਹੈ। ਤਾੜਤ ਹੈ ਬਹੁ ਪਾਤ ਤੇ ਕਰ ਕਰ ਬਹੁ ਭੇਖ ਤਾੜਤ ਹੈ ਬਹੁ ਪਾਤ ਤੇ ਤੇ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਭੇਖ ਬਦਲ ਬਦਲ ਕੇ ਭਾਵ ਸਮੇਂ-ਸਮੇਂ ਅਨੁਸਾਰ ਆਪਣੇ ਗੁਰਸਿੱਖਾਂ ਨੂੰ ਤਾੜਨਾ ਵੀ ਕਰਦੇ ਨੇ। ਕਿ ਜਦੋਂ ਕਾਲ ਦਾ ਪਹਿਰਾ ਵੱਧਦਾ ਏ ਸਿੱਖੀ ਦੇ ਜੀਵਨ ਦੇ ਅੰਦਰ ਕਿਤੇ ਕੋਈ ਟਲਿਹਾਈ ਆਉਣ ਦਾ ਕਾਰਨ ਬਣ ਜਾਂਦਾ ਏ ਕਿਤੇ ਰਹਿਤ ਤੋਂ ਉਖੜਦੇ ਏ ਮਨ ਦੇ ਅੰਦਰ ਭਾਵ ਆਉਂਦੇ ਨੇ ਤਾਂ ਮੇਰਾ ਸਤਿਗੁਰੂ ਵੇਧ ਬਣਾ ਕੇ ਆਪਣੇ ਸਿੱਖਾਂ ਦੀ ਰਾਖੀ ਕਰਨ ਵਾਸਤੇ ਆਪ ਪਹੁੰਚ ਜਾਂਦਾ ਹੈ ਹੁਕਮ ਸਤ ਤਾ ਟਿਕਨ ਮਨ ਸਿੱਖਨ ਗੁਰਦੇਖਾ ਤੇ ਸਤਿਗੁਰੂ ਕਿਰਪਾ ਕਰ ਰਹੇ ਨੇ ਗੁਰੂ ਦਾ ਬਚਨ ਗੁਰੂ ਦਾ ਹੁਕਮ ਸਤ ਕਰਕੇ ਜਿਹੜਾ ਜਾਣਦਾ ਹੈ ਜੋ ਸਾਬਤ ਹੈ ਸਿੱਧਕ ਮੈਂ ਅਰ ਰਣ ਮੈਸੂਰਾ ਜਿਹੜਾ ਸਿੱਧਕ ਦੇ ਵਿੱਚ ਸਾਬਤ ਹੈ ਆਪਣੀ ਰਹਿਤ ਦੇ ਵਿੱਚ ਪੂਰਾ ਹੈ ਰਣ ਮੈਸੂਰਾ ਭਾਵ ਪਿੱਠ ਦੇ ਕੇ ਭੱਜਦਾ ਨਹੀਂ ਆਖਰੀ ਪ੍ਰਾਣਾ ਤੱਕ ਜੂਝ ਕੇ ਸ਼ਹੀਦੀ ਪ੍ਰਾਪਤ ਕਰਦਾ ਹੈ ਸੋ ਪੌਜਲ ਤੇਰ ਗਿਓ ਪਾਇਓ ਪਦ ਰੂਰਾ ਉਹੀ ਸਿੱਖ ਗੁਰੂ ਦੇ ਚਰਨਾਂ ਦੇ ਅੰਦਰ ਪ੍ਰਵਾਨ ਹੈ ਭਾਈ ਇਸ ਸੰਸਾਰ ਸਾਗਰ ਤੋਂ ਉਹੀ ਪਾਰ ਹੋ ਸਕਦਾ ਹੈ ਜਿਹੜਾ ਸਿਦਕ ਦੇ ਵਿੱਚ ਪੂਰਾ ਹੋਵੇ ਗੁਰੂ ਦੀ ਦਿੱਤੀ ਰਹਿਤ ਦੇ ਵਿੱਚ ਪੂਰਾ ਹੋਵੇ ਆਖਰੀ ਸਵਾਸ ਤੱਕ ਗੁਰੂ ਦੇ ਬਚਨਾਂ ਤੇ ਪਹਿਰਾ ਦੇਵੇ ਇੱਕ ਵਾਰ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜਿਨ ਕੇ ਸਿਦਕ ਨ ਸਬਤੀ ਕਾ ਤਰ ਜੰਜਾਲੀ ਜਿਨਾਂ ਦੇ ਸਿਦਕ ਸਾਬਤ ਨਹੀਂ ਨੇ ਭਾਵੇਂ ਚਿਹਰੇ ਕਰਕੇ ਦਾੜਾ ਪ੍ਰਕਾਸ਼ ਕੀਤਾ ਏ ਗਾਤਰਾ ਉੱਪਰ ਦੀ ਪਾਇਆ ਏ ਪਰ ਰਹਿਤ ਨਹੀਂ ਰੱਖੀ ਸੰਸਾਰ ਤੋਂ ਉਲਾ ਰੱਖਿਆ ਏ ਪਰ ਕਰਤਾਰ ਤੋਂ ਉਲਾ ਨਹੀਂ ਭਾਈ ਲੋਕ ਤੇ ਨਹੀਂ ਜਾਣਦੇ ਹੋਣਗੇ ਕਿ ਮੈਂ ਕੀ ਕਰਦਾ ਪਰ ਉਹ ਅਪਕਾਲ ਪੁਰਖ ਪ੍ਰਮਾਤਮਾ ਜਾਣਦਾ ਹੈ ਫਿਰ ਸਤਿਗੁਰੂ ਕਿਰਪਾ ਕਰਦੇ ਨੇ ਜਿਹੜੇ ਰਹਿਤ ਚ ਪੂਰੇ ਨਹੀਂ ਉਹ ਕਾਲ ਵਾਸੋ ਕਰਕੇ ਜਨਮ ਦੇ ਤੇ ਮਰਦੇ ਰਹਿੰਦੇ ਨੇ ਸ਼ਹੀਦਾਂ ਦਾ ਰੁਤਬਾ ਸੱਚਖੰਡ ਦੀ ਉਪਾਧੀ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੀ ਭਟਕਤ ਜਨਮ ਰੋ ਮਰਨ ਮੈਂ ਸੁਖ ਤੇ ਤਿਨ ਖਾਲੀ ਭਟਕਦੇ ਰਹਿੰਦੇ ਨੇ ਜਨਮ ਦੇ ਤੇ ਮਰਦੇ ਰਹਿੰਦੇ ਨੇ 84 ਦੇ ਗੇੜ ਦੇ ਵਿੱਚ ਤੁਰੇ ਫਿਰਦੇ ਰਹਿੰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਅੰਦਰ ਭਾਈ ਉਹ ਪਰਵਾਣ ਨਹੀਂ ਹੁੰਦੇ ਬਚਨ ਮੇਰੇ ਵਰਗਾ ਜਿੰਨੇ ਮਰਜ਼ੀ ਉੱਤੇ ਕਰੀ ਜਾਵੇ ਪਰ ਜੇ ਜੀਵਨ ਦੇ ਵਿੱਚ ਸੁਚਤਾ ਨਹੀਂ ਲਿਆਂਦੀ ਗੁਰੂ ਕੀ ਸਿੱਖੀ ਨਹੀਂ ਲਿਆਂਦੀ ਗੁਰੂ ਕੀ ਰਹਿਤ ਦਾ ਪਾਲਣ ਨਹੀਂ ਕੀਤਾ ਤੇ ਮਹਾਰਾਜ ਕਿਰਪਾ ਕਰਦੇ ਨੇ ਕਿ ਭਾਈ ਬਾਰੰਬਾਰ ਜੰਮਣਾ ਤੇ ਮਰਨਾ ਪਵੇਗਾ ਮੁਕਤੀ ਪ੍ਰਾਪਤ ਨਹੀਂ ਹੈ ਗੁਰੂ ਖਰੇ ਸੰਗਤ ਸਹਤ ਚਿਰਕਾਲ ਉਡੀਕੈ ਤੇ ਸਤਿਗੁਰੂ ਕਿਰਪਾ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖ ਵਾਸਤੇ ਸੰਗਤਾਂ ਨੂੰ ਨਾਲ ਲੈ ਕਰਕੇ ਜਿਹੜੇ ਸਿੰਘ ਸ਼ਹੀਦ ਜਿਹੜੇ ਗੁਰੂ ਕੇ ਪਿਆਰੇ ਰਹਿਤ ਦੇ ਪੂਰੇ ਨੇ ਜਿਨ੍ਹਾਂ ਨੂੰ ਸੱਚਖੰਡ ਦੇ ਵਿੱਚ ਜਗ੍ਹਾ ਮਿਲੀ ਹੈ ਉਹਨਾਂ ਨੂੰ ਨਾਲ ਲੈ ਕਰਕੇ ਚਿਰੰਕਾਲ ਬਹੁਤ ਲੰਬੇ ਸਮੇਂ ਤੱਕ ਆਪਣੇ ਸਿੱਖ ਦੀ ਉਡੀਕ ਕਰਦੇ ਨੇ ਕਿ ਜਦੋਂ ਮੇਰਾ ਸਿੱਖ ਆਵੇ ਤੇ ਮੈਂ ਉਹਦਾ ਪਾਰ ਉਤਾਰਾ ਕਰਾਂ ਕੋੜਸ ਤਤਨ ਦੇਹ ਧਰ ਥਿਰ ਰਹੈ ਸੋ ਨੀਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਬਹੁਤ ਲੰਬਾ ਸਮਾਂ ਕਈ ਸੌ ਸਾਲ ਤੱਕ ਆਪਣੇ ਸਿੱਖ ਦੀ ਉਡੀਕ ਕਰਦਿਆਂ ਹੋਇਆਂ ਸਿੱਖ ਨੂੰ ਤਾਰਨ ਵਾਸਤੇ ਮੇਰੇ ਸੱਚੇ ਪਾਤਸ਼ਾਹ ਆਪ ਅੱਗੇ ਹੋ ਕਰਕੇ ਖੜੋਤੇ ਰਹਿੰਦੇ ਹਨ ਇਤ ਸਹਿਤ ਹਮ ਤਹ ਤਵ ਬਨਹਿ ਸਹਾਈ ਤੇ ਸਤਿਗੁਰੂ ਕਿਰਪਾ ਕਰਦੇ ਨੇ ਕਿ ਜੇਕਰ ਭਾਈ ਕਿਤੇ ਕੋਈ ਅਣਜਾਣ ਵਸ ਉੱਕ ਗਿਆ ਹੋਵੇ ਆਪਣੇ ਜੀਵਨ ਚ ਕਿਤੇ ਕੋਈ ਟਲਿਆਈ ਲੈ ਆਇਆ ਹੋਵੇ ਫੇਰ ਵੀ ਆਪਣੀ ਗਲਤੀ ਨੂੰ ਸੁਧਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਤ ਦੇ ਵਿੱਚ ਵਾਪਸ ਆ ਜਾਵੇ ਤੇ ਸਤਿਗੁਰੂ ਭੁੱਲੇ ਹੋਿਆਂ ਨੂੰ ਵੀ ਬਖਸ਼ ਦਿੰਦੇ ਨੇ ਉਹਨਾਂ ਦੀ ਵੀ ਉਡੀਕ ਕਰਦੇ ਨੇ ਕਿ ਭਾਈ ਇਹ ਮੇਰਾ ਸਿੱਖ ਹੈ ਜੇਕਰ ਅਗਿਆਨਤਾ ਵਕਤੇ ਉੱਕ ਗਿਆ ਏ ਕਿਤੇ ਭੁੱਲ ਗਿਆ ਏ ਫੇਰ ਵੀ ਗੁਰੂ ਸਾਥ ਨਹੀਂ ਜੇ ਛੱਡਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਬਿਰਧੈ ਸੰਗਤ ਜੀ ਸਾਡੇ ਜੀਵਨ ਦੇ ਵਿੱਚ ਦਾਤਾਂ ਲੈਣੀਆਂ ਹੋਣ ਤੇ ਅਸੀਂ ਗੁਰੂ ਨੂੰ ਯਾਦ ਕਰਦੇ ਆਂ ਉਹ ਜੇ ਮੰਗਣਾ ਹੋਵੇ ਤੇ ਗੁਰੂ ਨੂੰ ਯਾਦ ਕਰਦੇ ਆ ਤੇ ਜੇ ਸਤਿਗੁਰੂ ਕਿਤੇ ਕੋਈ ਪਰਚਾ ਪਾ ਦੇਵੇ ਨਾ ਵੀ ਦੋ ਚਾਰ ਵੇਰਾਂ ਆ ਕੇ ਅਰਦਾਸ ਕੀਤੀ ਤੇ ਮਹਾਰਾਜ ਨੇ ਪ੍ਰਵਾਨ ਨਹੀਂ ਕੀਤੀ ਤੇ ਸਿੱਖ ਨਾ ਤੇ ਰੋਟੀ ਖਾਣੀ ਛੱਡਦਾ ਏ ਨਾ ਕੱਪੜੇ ਪਾਉਣੇ ਛੱਡਦਾ ਏ ਕੋਈ ਕਾਰਜ ਨਹੀਂ ਛੱਡਦਾ ਸਭ ਤੋਂ ਪਹਿਲਾਂ ਇਹ ਕਾਰਜ ਛੱਡਦਾ ਹੈ ਕਿ ਜੀ ਹੁਣ ਐਤਵਾਰ ਗੁਰਦੁਆਰੇ ਨਹੀਂ ਜਾਇਆ ਕਰਨਾ ਕਿਉਂਕਿ ਮਹਾਰਾਜ ਨੇ ਤੇ ਮੇਰੀ ਸੁਣੀ ਨਹੀਂ ਭਾਵਨਾ ਬਣ ਜਾਂਦੀ ਹੈ ਨਾ ਕਿ ਜਿੰਨੀ ਦੇਰ ਤੱਕ ਦਿੰਦਾ ਹੈ ਓਨੀ ਦੇਰ ਤੱਕ ਤੇ ਸਤਿਗੁਰੂ ਬੜਾ ਪਿਆਰਾ ਲੱਗਦਾ ਹੈ ਤੇ ਜੇ ਮਹਾਰਾਜ ਨੇ ਨਹੀਂ ਸੁਣੀ ਤੇ ਗੁਰੂ ਦਾ ਦੁਆਰਾ ਛੱਡ ਕੇ ਦੂਜੇ ਤੀਜਿਆਂ ਕੋਲ ਤੁਰ ਪੈਨੇ ਆ ਜੀ ਹੁਣ ਕਿਸੇ ਤੋਂ ਕੋਈ ਫਾਂਡਾ ਪਾਂਡਾ ਕਰਾ ਆਈਏ ਸ਼ਾਇਦ ਉੱਥੇ ਸੁਣੀ ਜਾਵੇ ਪਰਚਾ ਪਾ ਲੈਂਦਾ ਹੈ ਸਤਿਗੁਰੂ ਫਿਰ ਸਤਿਗੁਰੂ ਜੀ ਸਮਝਾ ਰਹੇ ਨੇ ਭਾਈ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਣੇ ਸਿੱਖਾਂ ਦੀ ਉਡੀਕ ਕਰਦੇ ਨੇ ਗੁਰੂ ਕਦੇ ਵੀ ਸਿੱਖ ਨੂੰ ਨਹੀਂ ਜੇ ਛੱਡਦਾ ਜੇ ਛੱਡਦਾ ਹੈ ਤੇ ਸਿੱਖ ਗੁਰੂ ਨੂੰ ਛੱਡ ਦਿੰਦਾ ਹੈ ਤੁਸੀਂ ਭੁੱਲ ਕੇ ਵੀ ਵਾਪਸ ਆ ਕੇ ਅਰਦਾਸ ਕਰ ਦਿੰਨੇ ਹੋ ਕਿ ਸਤਿਗੁਰੂ ਮੈਂ ਭੁੱਲ ਗਿਆ ਸੀ ਮੈਨੂੰ ਭੁੱਲੇ ਨੂੰ ਬਖਸ਼ ਲੈ ਮੇਰਾ ਸਤਿਗੁਰੂ ਚਤਾਰਦਾ ਨਹੀਂ ਤੇ ਨੂੰ ਗਲ ਨਾਲ ਲਾ ਲੈਂਦਾ ਹੈ ਭੁੱਲੇ ਹੋਏ ਨੂੰ ਵਾਪਸ ਆਏ ਹੋਏ ਨੂੰ ਵੀ ਮੁੜ ਕੇ ਆਪਣੇ ਚਰਨਾਂ 'ਚ ਜਗ੍ਹਾ ਦਿੰਦਾ ਹੈ ਪਰ ਇਹ ਸਾਡਾ ਹੀ ਐਸਾ ਸੁਭਾਅ ਹੈ ਕਿ ਅਸੀਂ ਗੁਰੂ ਨੂੰ ਭੁੱਲ ਜਾਂਦੇ ਆ ਪਰ ਅਮਰਤ ਧਾਰੀ ਹੋ ਕਰਕੇ ਕਿਸੇ ਵੀ ਸਿੱਖ ਨੂੰ ਗੁਰੂ ਕਦੇ ਨਹੀਂ ਜੇ ਭੁੱਲਦਾ ਭੁੱਲੇ ਹੋਿਆਂ ਨੂੰ ਵੀ ਉਡੀਕਦਾ ਰਹਿੰਦਾ ਹੈ ਕਿ ਕਦੋਂ ਇਹ ਆਪਣੀ ਬਿਰਤੀ ਨੂੰ ਇਕਾਗਰ ਕਰਕੇ ਵਾਪਸ ਆਵੇ ਤੇ ਮੈਂ ਆਪਣੇ ਪੰਥ ਦੇ ਵਿੱਚ ਇਸ ਨੂੰ ਵਾਪਸ ਲਵਾਂ ਦਸ ਸਹੰਸਰ ਸੰਮਤ ਲਗਾਂ ਦੇਖੋ ਦ੍ਰਿਗ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਦੇ ਨੇ ਕਿ ਅਕਾਲ ਪੁਰਖ ਨੇ ਭਾਈ ਸਾਡੀ ਡਿਊਟੀ ਲਾਈ ਐ ਦਸ ਸਹੰਸਰ ਦਸ ਕਰੋੜ ਸਾਲ ਤੱਕ ਸਿੱਖ ਦੀ ਉਡੀਕ ਅਸੀਂ ਕਰਦੇ ਹਾਂ ਅੰਮ੍ਰਿਤ ਵੇਸ਼ ਕੋ ਸਿੱਖ ਇਹੋ ਚਲ ਆਵੇਂ ਕੈਸੇ ਇੰਨਾ ਲੰਬਾ ਸਮਾਂ ਅਸੀਂ ਸੰਗਤਾਂ ਦੇ ਨਾਲ ਆਪਣੇ ਸਿੱਖ ਨੂੰ ਉਡੀਕਦੇ ਰਹਿੰਦੇ ਹਾਂ ਕਿ ਅੱਜ ਵੀ ਮੁੜੇ ਤੇ ਕੱਲ ਵੀ ਮੁੜੇ ਤੇ ਸਤਿਗੁਰੂ ਦੇ ਬਚਨ ਆਪਾਂ ਸਰਵਣ ਕਰਦੇ ਆ ਨਾ ਭਾਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਤਰ ਕੇ ਕਿ ਇੱਕ ਪੈਂਡਾ ਚੱਲ ਕੇ ਜਾਈਏ ਤੇ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਤੇ ਮਹਾਰਾਜ ਕਿਰਪਾ ਕਰਦੇ ਨੇ ਕਿ ਅਸੀਂ ਭਾਈ ਉਡੀਕਦੇ ਰਹਿੰਦੇ ਹਾਂ ਜੋ ਆਵਤ ਰਲ ਜਾਤ ਹੈ ਸਿੱਖਨ ਮੈਂ ਤੈਸੇ ਤੇ ਜਿਹੜਾ ਭਾਈ ਆਪਣੀ ਰਹਿਤ ਚ ਪੂਰਾ ਹੋ ਕੇ ਵਾਪਸ ਮੁੜ ਆਉਂਦਾ ਹੈ ਤੇ ਉਹ ਸੱਚਖੰਡ ਦੇ ਵਿੱਚ ਬਾਕੀ ਗੁਰਮਖਾਂ ਦੀ ਤਰ੍ਹਾਂ ਜਿਵੇਂ ਜਲ ਅੰਦਰ ਜਲ ਮਿਲ ਜਾਂਦਾ ਏ ਤੇ ਭੇਦ ਨਹੀਂ ਰਹਿ ਜਾਂਦਾ ਇਸੇ ਪ੍ਰਕਾਰ ਗੁਰੂ ਦਾ ਤੇ ਸਿੱਖ ਦਾ ਭੇਦ ਮੁਕਾ ਕਰਕੇ ਸੱਚਖੰਡ ਦੇ ਵਿੱਚ ਜਗ੍ਹਾ ਮਿਲ ਜਾਂਦੀ ਹੈ 56 ਕਰੋੜ ਹੈ ਸੋਪੈ ਗੁਰ ਹਾਥ ਅਕਾਲ ਪੁਰਖ ਨੇ ਸਾਡੀ ਡਿਊਟੀ ਲਾਈ ਐ ਭਾਈ 56 ਕਰੋੜ ਸਿੱਖਾਂ ਦਾ ਉਧਾਰ ਕਰਨ ਵਾਸਤੇ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੱਥ ਡੋਰ ਦਿੱਤੀ ਐ ਕਿ 56 ਕਰੋੜ ਸਿੱਖਾਂ ਦਾ ਤੁਸੀਂ ਉਧਾਰ ਕਰਨਾ ਹੈ ਸੱਚਖੰਡ ਦੀਆਂ उपाਧੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕਰਨੀਆਂ ਹਨ ਤੁਮ ਅਹਕਰਤਾਰ ਕੋ ਸਭ ਕਰ ਹੁਸਨਾਥਾ ਕਰਤਾਰ ਦਾ ਸਾਨੂੰ ਇਹ ਹੁਕਮ ਹੈ ਕਿ ਭਾਈ ਤੁਸੀਂ ਜਿੰਨਾ ਵੀ ਸਮਾਂ ਲੱਗ ਜਾਵੇ ਸਿੱਖ ਦੀ ਉਡੀਕ ਕਰਨੀ ਹੈ ਤੇ ਜਿਹੜਾ ਮੁੜ ਕੇ ਆਵੇ ਉਸ ਕਰਤਾਰਪੁਰਖ ਦੇ ਹੁਕਮ ਦੇ ਦੁਆਰਾ ਉਹਨਾਂ ਸਿੱਖਾਂ ਦਾ ਉਧਾਰ ਕਰਨਾ ਹੈ। ਸ਼ੁੱਧ ਧਰਮ ਕੈ ਇਨੋ ਕਲ ਕਾਲ ਮੁਝਾਰਾ ਇਹਨਾਂ ਦਾ ਧਰਮ ਸ਼ੁੱਧ ਕਰਕੇ ਕਾਲ ਚੱਕਰ ਤੋਂ ਇਹਨਾਂ ਦਾ ਬਚਾਅ ਕਰਨਾ ਹੈ। ਧਰਮ ਦੀ ਸ਼ੁੱਧਤਾ ਕੀ ਹੈ? ਗੁਰੂ ਕੀ ਰਹਿਤ ਦੇ ਵਿੱਚ ਰਹਿੰਦਿਆਂ ਹੋਇਆਂ ਕੁਰਾਇਤਾਂ ਦਾ ਤਿਆਗ ਕਰਨਾ, ਜੀਵਨ ਦੇ ਅੰਦਰ ਗੁਰੂ ਕੇ ਨਾਮ ਕੀ ਗੁਰੂ ਕੀ ਬਾਣੀ ਦੀ ਉਪਾਸਨਾ ਕਰਨੀ ਤੇ ਗੁਰੂ ਦੇ ਬਚਨਾਂ ਤੇ ਪਹਿਰਾ ਦੇਂਦਿਆਂ ਹੋਇਆਂ ਇਸ ਜੀਵਨ ਨੂੰ ਇੱਕ ਮਨੁੱਖ ਦੀ ਤਰ੍ਹਾਂ گزارਣਾ, ਇੱਕ ਪਸ਼ੂ ਦੀ ਤਰ੍ਹਾਂ ਨਹੀਂ ਭਾਈ। ਖਾ ਲਿਆ ਤੇ ਸੌ ਲਿਆ ਇਹ ਕੰਮ ਤੇ ਜਾਨਵਰ ਵੀ ਕਰਦੇ ਨੇ ਤੇ ਮਾਫ ਕਰਿਓ ਮੈਂ ਬਚਨ ਥੋੜਾ ਜਿਆ ਕੜੜਾ ਕਰਨ ਲੱਗਾ ਭਾਈ ਬੱਚੇ ਤੇ ਜਾਨਵਰ ਵੀ ਪੈਦਾ ਕਰੀ ਜਾਂਦੇ ਨੇ ਜੇ ਬੱਚੇ ਪੈਦਾ ਕੀਤੇ ਨੇ ਖਾ ਲਿਆ ਇਹ ਤੇ ਸੌ ਲਿਆ ਇਹ 8-10 ਘੰਟੇ ਕੰਮ ਤੇ ਲਾਏ ਨੇ ਤੇ ਮਤਾ ਖਿਆਲ ਕਰੀ ਤੂੰ ਬੁਰਤਾ ਗੁਰਮੁਖ ਹੈ ਆਪਦੇ ਲਈ ਕਰਦਾ ਹੈ ਗੁਰੂ ਲਈ ਨਹੀਂ ਕਰਦਾ 10-12 ਘੰਟੇ ਲਾ ਕੇ ਮਾਇਆ ਇਕੱਠੀ ਕੀਤੀ ਹੈ ਗੁਰੂ ਲਈ ਨਹੀਂ ਕੀਤੀ ਆਪਣੇ ਜੀਵਨ ਵਾਸਤੇ ਕੀਤੀ ਹੈ ਨਾਮ ਬਾਣੀ ਦਾ ਸਿਮਰਨ ਆਤ ਜ਼ਰੂਰੀ ਹੈ ਕਿਰਤ ਵੀ ਛੱਡਣੀ ਨਹੀਂ ਕਿਰਤ ਕਰ ਪਰਿਵਾਰ ਪਾਲ ਬੱਚਿਆਂ ਦੀ ਦੇਖਭਾਲ ਕਰ ਜਿੰਨਾ ਤੇਰੇ ਵਾਸਤੇ ਉਹ ਕਾਰਜ ਜ਼ਰੂਰੀ ਹੈ ਉਨਾ ਹੀ ਗੁਰੂ ਕੀ ਬਾਣੀ ਗੁਰੂ ਦਾ ਨਾਮ ਸਿਮਰਨ ਵੀ ਜ਼ਰੂਰੀ ਹੈ ਜੇ ਉਹ ਨਹੀਂ ਛੱਡ ਸਕਦਾ ਤੇ ਫਿਰ ਇਹ ਕਿਉਂ ਛੱਡਦਾ ਹੈ ਫਿਰ ਸਤਿਗੁਰੂ ਕਿਰਪਾ ਕਰਦੇ ਹਨ ਇਸ ਪ੍ਰਕਾਰ ਕਾਲ ਚੱਕਰ ਤੋਂ ਤਾਂ ਇਸ ਮਾਇਆ ਦੇ ਪਸਾਰੇ ਤੋਂ ਛੁਡਾ ਕਰਕੇ ਉਹਨਾਂ ਦੇ ਧਰਮ ਨੂੰ ਸ਼ੁੱਧ ਕਰਨਾ ਹੈ ਗੁਰੂ ਕੇ ਬਚਨਾਂ ਤੇ ਪਹਿਰਾ ਦੇ ਕਰਕੇ ਉਹਨਾਂ ਸਿੱਖਾਂ ਦਾ ਉਧਾਰ ਕਰਨਾ ਹੈ ਕਰੋ ਉਧਾਰਨ ਜਗਤ ਤੇ ਲੈ ਸਿੰਧ ਤਨਾਰ ਜਗਤ ਤੋਂ ਉਹਨਾਂ ਦਾ ਉਧਾਰ ਕਰਨਾ ਹੈ ਜਿਵੇਂ ਬੇੜੀ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਪਹੁੰਚਦੀ ਹੈ ਤੇ ਵਿੱਚ ਬੈਠੇ ਸਵਾਰ ਪਾਰ ਹੋ ਜਾਂਦੇ ਨੇ ਇਸੇ ਪ੍ਰਕਾਰ ਇਸ ਸੰਸਾਰ ਸਾਗਰ ਤੋਂ ਗੁਰੂ ਕੇ ਸਿੱਖਾਂ ਨੂੰ ਤਾਰਨ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਦੇ ਹਨ ਉਤ ਤੇ ਲੋਕ ਕਬੇਰ ਲਗ ਇਤ ਪੂ ਪਰਛਾਰੇ ਕੁਬੇਰ ਨਗਰੀ ਤੋਂ ਲੈ ਕਰਕੇ ਜਿਹੜਾ ਧਨ ਦੌਲਤ ਦਾ ਮਾਲਕ ਹੈ ਵਿਸਤਾਰ ਸੰਗਤ ਜੀ ਬਹੁਤ ਹੋ ਜਾਏਗਾ ਸਮਾ ਆਪਣੇ ਕੋਲ ਇੰਨਾ ਨਹੀਂ ਪਰ ਟੂਕ ਮਾਤਰ ਮੈਂ ਜ਼ਿਕਰ ਕਰਦਾ ਜਾਵਾਂ ਕਿ ਆਕਾਸ਼ ਪਾਤਾਲ ਤੋਂ ਲੈ ਕਰਕੇ ਧਰਤੀ ਲੋਕ ਤੱਕ ਕੁਬੇਰ ਨਗਰੀ ਤੋਂ ਲੈ ਕਰਕੇ ਸਤਿਗੁਰੂ ਕਿਰਪਾ ਕਰਦੇ ਨੇ ਕਿ ਇਸ ਧਰਾਤਲ ਤੱਕ ਹਰ ਸਮੇਂ ਹਰ ਸਥਾਨ ਦੇ ਵਿੱਚ ਜਿੱਥੇ ਵੀ ਕੋਈ ਵੀ ਗੁਰਸਿੱਖ ਗੁਰੂ ਕਾ ਪਿਆਰਾ ਹੈ ਬਾਣੀ ਬਾਣੇ ਦਾ ਧਾਰਨੀ ਰਹਤ ਦਾ ਮਾਲਕ ਹੈ ਉਸ ਦਾ ਉਧਾਰ ਸਤਗੁਰੂ ਜੀ ਕਰਨਗੇ ਗੁਰੂ ਉਡੀਕ ਗਏ ਖਰੇ ਸਿੱਖ ਔਰ ਨਿਹਾਰੇ ਗੁਰੂ ਸਿੱਖਾਂ ਦੇ ਨਾਲ ਖੜਾ ਉਡੀਕਦਾ ਰਹਿੰਦਾ ਹੈ ਤੇ ਨਿਹਾਰਦਾ ਹੈ ਭਾਵ ਦੇਖਦਾ ਹੈ ਕਿ ਕਦੋਂ ਮੇਰਾ ਪਿਆਰਾ ਮੇਰੇ ਵੱਲ ਆਵੇ ਤੇ ਮੈਂ ਉਹਨੂੰ ਕੁਲਾਵੇ ਚ ਲੈ ਕਰਕੇ ਉਹਦਾ ਉਧਾਰ ਕਰਦੇ ਆਂ। ਤਨਦ ਲੋਕ ਪਵ ਲੋਗ ਲਗ ਵਿਚਰੈ ਗਨ ਸਾਰੇ। ਤਨਦ ਲੋਕ ਭਵ ਲੋਕ ਹਰ ਲੋਕ ਦੇ ਵਿੱਚ ਧਰਤੀ ਆਕਾਸ਼ ਪਾਤਾਲ ਪਹਿਲਾਂ ਜ਼ਿਕਰ ਕੀਤਾ ਹੈ। ਸਭ ਲੋਕਾਂ ਦੇ ਵਿੱਚ ਗੁਰੂ ਕੀ ਕਿਰਪਾ ਵਰਤਦੀ ਹੈ। ਜਸ ਜਸ ਹੋਏ ਇਨ ਭਾਵਨਾ ਤਸ ਤਸ ਸਿੱਧ ਹੋਵੇ। ਜਿਹੋ ਜਿਹੋ ਜੀ ਕਿਸੇ ਦੀ ਭਾਵਨਾ ਹੋਵੇਗੀ ਤੇਹੋ ਤੇਹੋ ਜਿਆ ਜਸ ਸੰਸਾਰ ਦੇ ਵਿੱਚ ਉਹਦਾ ਹੋਵੇਗਾ। ਤੇ ਜਿਨ੍ਹਾਂ ਨੇ ਨਾਮ ਬਾਣੀ ਦਾ ਭਾਈ ਸਿਮਰਨ ਕੀਤਾ ਕਮਾਈ ਕੀਤੀ ਤੇ ਆਪਾਂ ਬਚਨ ਪੜ੍ਹਦੇ ਆ ਨਾ ਕਿ ਉਹ ਗੁਰਸਿੱਖ ਜਿਨ੍ਹਾਂ ਨੇ ਗੁਰੂ ਕੀ ਬਾਣੀ ਪੜ੍ਹੀ ਜਿਨ੍ਹਾਂ ਨੇ ਜਪਿਆ ਅਤੇ ਜਪਾਇਆ ਸੰਸਾਰ ਵੀ ਉਸਤਤ ਕਰਦਾ ਏ ਤੇ ਕਰਤਾਰ ਵੀ ਆਪਣੇ ਚਰਨਾਂ 'ਚ ਜਗ੍ਹਾ ਦਿੰਦਾ ਏ ਤੇ ਅੱਜ ਮੈਨੂੰ ਗੁਰਮੁਖ ਪਿਆਰੇ ਦੱਸ ਰਹੇ ਸਨ ਕਿ ਸਮਾਗਮ ਰਚਾਏ ਜਾ ਰਹੇ ਨੇ ਜਗਾ ਜਗਾ ਦੇ ਉੱਪਰ ਸੰਤਾਂ ਮਹਾਂਪੁਰਖਾਂ ਦੀਆਂ ਵਰਸੀਆਂ ਮਨਾਇਆਂ ਜਾ ਰਹੀਆਂ ਨੇ ਕਿਉਂ ਮਨਾਇਆਂ ਜਾਂਦੀਆਂ ਨੇ ਕਿਉਂ ਯਾਦ ਕਰਦੇ ਨੇ ਭਾਈ ਜਿਨ੍ਹਾਂ ਨੇ ਆਪ ਜਪਿਆ ਅਤੇ ਲੋਕਾਂ ਨੂੰ ਜਪਾਇਆ ਜਿਹੜੇ ਆਪ ਤਰੇ ਤੇ ਸੰਗਤਾਂ ਨੂੰ ਤਰਾਇਆ ਉਹਨਾਂ ਦਾ ਜਸ ਉਹਨਾਂ ਦੀ ਵਿਡਿਆਈ ਹਰ ਲੋਕ ਦੇ ਵਿੱਚ ਹੁੰਦੀ ਹੈ ਇੱਥੇ ਵੀ ਲੋਕ ਯਾਦ ਕਰਦੇ ਨੇ ਤੇ ਸੱਚਖੰਡ ਦੇ ਵਿੱਚ ਵੀ ਉਹਨਾਂ ਨੂੰ ਸੋਭਾ ਮਿਲਦੀ ਹੈ ਜਿਨ ਕੋ ਨਾਮ ਸ਼ਹੀਦ ਹੈ ਸਭ ਪਰ ਬਲ ਧਾਰੇ ਤੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਕੇ ਦੱਸਦੇ ਨੇ ਕਿ ਭਾਈ ਜਿਨ੍ਹਾਂ ਦਾ ਨਾਮ ਸ਼ਹੀਦ ਹੈ ਜਿਨ੍ਹਾਂ ਨੂੰ ਅਸੀਂ ਸ਼ਹੀਦ ਸਿੰਘ ਕਹਿੰਦੇ ਹਾਂ ਬਹੁਤ ਬਲ ਦੇ ਮਾਲਕ ਹਨ ਬੜੀ ਤਾਕਤ ਦੇ ਮਾਲਕ ਹਨ ਭੂਤ ਪ੍ਰੇਤ ਅਸਰਾਨ ਪਰ ਸਭ ਕੋ ਇਹ ਜੋਵੈ ਭੂਤ ਪ੍ਰੇਤ ਅਸਰਾਨ ਕੋ ਕਿਸੇ ਦੇ ਵੀ ਭਾਈ ਅਧੀਨ ਨਹੀਂ ਹੋ ਸਕਦੇ ਜਿਹੜੇ ਸ਼ਹੀਦ ਸਿੰਘ ਹਨ ਕਿਸੇ ਭੂਤ ਦਾ ਕਿਸੇ ਪ੍ਰੇਤ ਦਾ ਕਿਸੇ ਐਸੇ ਵਿਚਾਸ ਦਾ ਕੋਈ ਵੀ ਸਾਆਯਾ ਸ਼ਹੀਦ ਸਿੰਘਾਂ ਦੇ ਲਾਗੇ ਵੀ ਭਟਕ ਨਹੀਂ ਸਕਦਾ ਐਡੀ ਤਾਕਤ ਐਡੇ ਬਲ ਦੇ ਮਾਲਕ ਹਨ ਸਿੰਘ ਸ਼ਹੀਦ ਬਸ ਪੰਖੀ ਨਗ ਨਾਗ ਨਰ ਜੱਛ ਗੰਧਰਬ ਬ੍ਰਿੰਦਾ ਪਸ਼ੂ ਪੰਖੀ ਜਕਸ਼ ਗੰਧਰਬ ਨਰ ਸੁਰ ਦੇਵੀ ਦੇਵਤੇ ਸਭ ਕੋਈ ਸਿੰਘਾਂ ਸ਼ਹੀਦਾਂ ਦੇ ਅਧੀਨ ਹੈ ਸਿੰਘਾਂ ਸ਼ਹੀਦਾਂ ਦੀ ਤਾਕਤ ਦੇ ਅੱਗੇ ਕਿਸੇ ਦੀ ਵੀ ਤਾਕਤ ਐਡੀ ਪ੍ਰਭਲ ਨਹੀਂ ਕਿ ਸ਼ਹੀਦਾਂ ਦਾ ਬਚਨ ਮੋੜ ਸਕੇ ਤੇ 사드ਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਇਸ ਗੱਲ ਤੇ ਮੋਹ ਰਲਾਉਂਦੀ ਹੈ ਭਾਈ ਮੋਰੀ ਬੰਦੀ ਭਗਤ ਛਡਾਬੇ ਬੰਦੀ ਭਗਤ ਨਾ ਛੁਟਾਏ 모ਹੇ ਜਿਨ੍ਹਾਂ ਨੇ ਗੁਰੂ ਦੀ ਭਗਤੀ ਕਰ ਲਈ ਗੁਰੂ ਕਾ ਬਚਨ ਕਮਾ ਲਿਆ ਮਹਾਰਾਜ ਕਹਿੰਦੇ ਭਾਈ ਮੇਰਾ ਕੀਤਾ ਹੋਇਆ ਬਚਨ ਗੁਰੂ ਕੇ ਪਿਆਰੇ ਗੁਰੂ ਕੇ ਸੰਤ ਮਹਾਂਪੁਰਖ ਗੁਰੂ ਕੇ ਸ਼ਹੀਦ ਬੇਨਤੀ ਕਰਕੇ ਛੁਡਾ ਸਕਦੇ ਨੇ ਪਰ ਸੰਤ ਦਾ ਕੀਤਾ ਬਚਨ ਸ਼ਹੀਦ ਦਾ ਕੀਤਾ ਬਚਨ ਅਸੀਂ ਵੀ ਨਹੀਂ ਮੋੜ ਸਕਦੇ ਸੋ ਸਤਗੁਰੂ ਕਿਰਪਾ ਕਰਦੇ ਨੇ ਕਿ ਕਿਸੇ ਦੀ ਐਸੀ ਤਾਕਤ ਨਹੀਂ ਕਿ ਸ਼ਹੀਦਾਂ ਦੇ ਅੱਗੇ ਅੜ ਸਕੇ ਰਾਕਸ਼ਸ ਆਦਕ ਅਪਸਰਾ ਤਰ ਸ਼ਕਤ ਬਿਲੰਦਾ ਰਾਕਸ਼ਸ ਜਕਸ਼ ਅਪਸਰਾ ਜਿਨ੍ਹਾਂ ਨੂੰ ਸਵਰਗ ਲੋਕ ਨਰਕ ਰੋਕ ਕਿਹਾ ਜਾਂਦਾ ਹੈ ਕੋਈ ਵੀ ਇਹਨਾਂ ਲੋਕਾਂ 'ਚ ਐਡਾ ਤਾਕਤਵੱਲ ਨਹੀਂ ਜਿਹੜਾ ਸਿੰਘਾਂ ਸ਼ਹੀਦਾਂ ਦੇ ਅੱਗੇ ਅੜ ਸਕੇ ਇਹ ਵੀ ਸਿੰਘਾਂ ਸ਼ਹੀਦਾਂ ਦੇ ਵਸ ਹਨ ਹੁਕਮ ਸ਼ਹੀਦਨ ਕੋ ਚਲੇ ਇਨ ਸਭ ਪਰ ਜਾਨੋ ਹੁਕਮ ਸ਼ਹੀਦਨ ਕੋ ਚਲੇ ਇਨ ਸਭ ਪਰ ਜਾਨੋ ਛੀ ਸਿੰਘਾਂ ਦਾ ਹੁਕਮ ਇਹਨਾਂ ਸਭ ਤੇ ਚੱਲਦਾ ਏ ਜਿੱਥੇ ਕਰੜਾਈ ਦੇ ਨਾਲ ਸਿੰਘ ਸ਼ਹੀਦ ਪਹਿਰਾ ਦੇ ਦੇਣ ਭਾਈ ਸਭ ਨੱਠ ਜਾਂਦੇ ਨੇ ਕਿਸੇ ਦੀ ਐਸੀ ਤਾਕਤ ਬਲ ਨਹੀਂ ਕਿ ਸਿੰਘਾਂ ਸ਼ਹੀਦਾਂ ਦੇ ਸਾਹਮਣੇ ਅੜ ਸਕੇ ਆਪਣਣ ਕੀ ਗਿਣਤੀ ਕਹਾ ਜਮਦੂਤ ਮਹਾਨ ਤੇ ਸਤਿਗੁਰੂ ਕਿਰਪਾ ਕਰਦੇ ਨੇ ਕਿ ਭਾਈ ਇਹ ਜਮਦੂਤਾਂ ਵਗੈਰਾ ਦੀ ਤੇ ਗਿਣਤੀ ਕੋਈ ਨਹੀਂ ਸਿੰਘ ਸ਼ਹੀਦਾਂ ਦੇ ਲਾਗੇ ਕਿਸੇ ਦੀ ਕੀ ਮਜ਼ਾਲ ਹੈ ਕਿ ਸਿੰਘਾਂ ਸ਼ਹੀਦਾਂ ਦੇ ਲਾਗੇ ਭਟਕ ਵੀ ਸਕੇ ਤੇ ਅੱਜ ਵੀ ਸੰਗਤ ਜੀ ਕਿਤੇ ਜੀਵਨ ਦੇ ਅੰਦਰ ਕੋਈ ਕਠਿਨਾਈ ਆ ਜਾਏ ਨਾ ਵਰਖ ਕੇ ਦੇਖਿਓ ਪ੍ਰੈਕਟੀਕਲ ਕਰਕੇ ਦੇਖ ਲਿਓ ਸਿੰਘਾਂ ਸ਼ਹੀਦਾਂ ਨੂੰ ਯਾਦ ਕਰਕੇ ਮੂਲ ਮੰਤਰ ਦਾ ਪਾਠ ਕਰ ਲਓ ਕਿੱਡੀ ਵੀ ਵਿਵਪਤਾ ਜੀਵਨ ਤੇ ਆਈ ਹੋਵੇ ਕਿਤੇ ਕੋਈ ਮਨ ਦੇ ਅੰਦਰ ਡਰ ਹੋਵੇ ਕੋਈ ਭਾਅ ਹੋਵੇ ਕਈ ਵਾਰ ਸਾਡੀਆਂ ਭੈਣਾਂ ਮੇਰੇ ਵੀਰ ਇਹ ਵਹਿਮ ਕਰ ਲੈਣੇ ਨਹੀਂ ਰਾਤ ਨੂੰ ਸੁੱਤਿਆਂ ਪਿਆਂ ਦਾਬਾ ਪੈ ਜਾਂਦਾ ਹੈ ਸਾਹ ਨਹੀਂ ਆਉਂਦਾ ਹੋ ਜਾਂਦਾ ਹੈ ਨਾ ਜੀਵਨ ਦੇ ਅੰਦਰ ਬੱਚੇ ਡਰਦੇ ਨੇ ਕਈ ਵਾਰ ਵੜਾਉਂਦੇ ਨੇ ਉੱਠ ਕੇ ਬਹਿ ਜਾਇਆ ਕਰਦੇ ਨੇ ਸੌਣ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਕਰਕੇ ਬੱਚਿਆਂ ਨੂੰ ਸੁਆਓ ਸਿੰਘਾਂ ਸ਼ਹੀਦਾਂ ਦੇ ਚਰਨਾਚਰ ਅਰਦਾਸ ਬੇਨਤੀ ਕਰੋ ਸੱਚੇ ਪਾਤਸ਼ਾਹ ਬਹੁਤਾ ਚੰਗਾ ਹੋਵੇ ਗੁਰੂ ਕੀ ਬਾਣੀ ਦਾ ਜਾਪ ਕਰੋ ਚੌਕੀ ਚੌਗਿਰਦਾ ਹਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਣੇ ਨਾਮ ਦੀ ਕਾਰ ਕਰ ਦਿਓ ਆਪਣੇ ਨਾਮ ਦੀ ਬਾੜ ਕਰ ਦਿਓ ਕਿਸੇ ਦੀ ਕੀ ਮザਲ ਹੈ ਕਿ ਤੇਰੇ ਬੱਚੇ ਤੇ ਤੇਰੇ ਜੀਵਨ ਦੇ ਅੰਦਰ ਕੋਈ ਪਹਿਰਾ ਪਾ ਸਕੇ ਕੋਈ ਦਾਬਾ ਪਾ ਸਕੇ ਕਠਿਨਾਈ ਭਾਈ ਇਹੀ ਹੈ ਕਿ ਅਸੀਂ ਭੁੱਲ ਗਏ ਬਾਣੀ ਅਸੀਂ ਨਹੀਂ ਪੜੀ ਨਿਤਨੇਮ ਅਸੀਂ ਨਹੀਂ ਕੀਤਾ ਅਰਦਾਸ ਅਸੀਂ ਨਹੀਂ ਕੀਤੀ ਤੇ ਇਸੇ ਕਰਕੇ ਇਹ ਵਿਪਤਾਵਾਂ ਜੀਵਨ ਦੇ ਵਿੱਚ ਪੈਂਦੀਆਂ ਨੇ ਫਿਰ ਸਤਿਗੁਰੂ ਕਿਰਪਾ ਕਰਦੇ ਨੇ ਕਿ ਭਾਈ ਸਿੰਘਾਂ ਸ਼ਹੀਦਾਂ ਦੇ ਲਾਗੇ ਇਹ ਜਮਦੂਤ ਤੱਕ ਵੀ ਫਿੱਕੇ ਪੈ ਜਾਂਦੇ ਹਨ ਪੂਜ ਸ਼ਹੀਦਨ ਕੋ ਫਿਰ ਹੈ ਔਰ ਮੈਂ ਡਰ ਧਾਰੇ ਇਹ ਸਭ ਸ਼ਹੀਦਾਂ ਨੂੰ ਪੁੱਛ ਕਰਕੇ ਚੱਲਦੇ ਨੇ ਉਹਨਾਂ ਦੇ ਹੁਕਮ 'ਚ ਚੱਲਦੇ ਨੇ ਜਿੱਥੇ ਸਿੰਘ ਸ਼ਹੀਦ ਹੁਕਮ ਕਰ ਦੇਣ ਬਚਨ ਕਰ ਦੇਣ ਜਮਦੂਤ ਵੀ ਕਿਸੇ ਦੇ ਪ੍ਰਾਣ ਨਹੀਂ ਲੈ ਕੇ ਜਾ ਸਕਦਾ ਸ਼ਹੀਦਾਂ ਦੇ ਹੁਕਮ ਤੋਂ ਸ਼ਹੀਦਾਂ ਦੀ ਆਗਿਆ ਤੋਂ ਬਗੈਰ ਇਸ ਕਰਕੇ ਭਾਈ ਹੀਰਦਾ ਸਿੰਘਾਂ ਦੀ ਐਡੀ ਤਾਕਤ ਹੈ ਲੋਕ ਕਹੈ ਬੈਤਾਲ ਇਨ ਲਖ ਪੇਦ ਉਦਾਰੇ ਮੁਸਲਮਾਨ ਮਤ ਦੇ ਅੰਦਰ ਸ਼ਹੀਦਾਂ ਨੂੰ ਬੈਤਾਲ ਕਿਹਾ ਜਾਂਦਾ ਹੈ ਬੈਤਾਲ ਹੈ ਜਿਹੜਾ ਤਾਲ ਤੋਂ ਰਹਿਤ ਹੋਵੇ ਭਾਵ ਜਿਹੜਾ ਧਰਤੀ ਤੇ ਵਸਾ ਨਹੀਂ ਕਰਦਾ ਹਵਾ 'ਚ ਰਹਿੰਦਾ ਜਿਹੜਾ ਧਰਤੀ ਤੇ ਨਹੀਂ ਟਿਕਦਾ ਉਹਨੂੰ ਬੈਤਾਲ ਕਿਹਾ ਜਾਂਦਾ ਹੈ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਦੂਜੇ ਧਰਮਾਂ ਦੇ ਅੰਦਰ ਜਿਵੇਂ ਆਪਾਂ ਸਿੰਘ ਸ਼ਹੀਦ ਕਹਿੰਨੇ ਆ ਉਹ ਬੈਤਾਲ ਕਰਕੇ ਇਹਨਾਂ ਨੂੰ ਜਾਣਦੇ ਹਨ ਸ਼ਾਸਤਰਨ ਕੋ ਪਠੈ ਜੋ ਸੋ ਇਨਕੇ ਨਾਮੂ ਸ਼ਾਸਤਰਾਂ ਦੇ ਵਿੱਚ ਵੀ ਇਹਨਾਂ ਨੂੰ ਪੜਨ ਵਾਲਿਆਂ ਨੇ ਸਿੰਘਾਂ ਸ਼ਹੀਦਾਂ ਦੇ ਵੱਖੋ-ਵੱਖਰੇ ਨਾਮ ਉਹ ਦਰਜ ਕੀਤੇ ਹਨ ਵਿਦਿਆਧਰ ਭਖਤ ਸਗਲ ਬਿਲਸਤ ਅਬਰਾਮੂ ਵਿਦਿਆਧਰ ਅਬਰਾਮੂ ਦੇ ਨਾਮ ਦੇ ਨਾਲ ਪੁਰਾਤਨ ਸਨਾਤਨ ਗ੍ਰੰਥਾਂ ਦੇ ਵਿੱਚ ਇਹਨਾਂ ਦਾ ਉਲੇਖ ਮਿਲਦਾ ਹੈ ਜਿਵੇਂ ਆਪਾਂ ਸਿੰਘ ਸ਼ਹੀਦ ਕਹਿੰਨੇ ਆ ਮੁਸਲਮਾਨ ਮਤ ਦੇ ਵਿੱਚ ਬਹਿਤਾਲ ਕਿਹਾ ਜਾਂਦਾ ਏ ਤੇ ਸਨਾਤਨ ਪੁਰਾਤਨ ਗ੍ਰੰਥਾਂ ਦੇ ਅੰਦਰ ਅਭਰਾਮੂ ਤੇ ਐਸੇ ਬੁੱਧੀਜੀਵੀ ਲੋਕਾਂ ਦੇ ਵਿੱਚ ਇਹਨਾਂ ਦੇ ਵੱਖੋ ਵੱਖਰੇ ਨਾਮਾਂ ਦੇ ਨਾਲ ਉਹ ਜ਼ਿਕਰ ਆਉਂਦਾ ਹੈ ਜੀ ਲਖੋ ਅਸ਼ੁਭ ਭੀ ਇਨੋ ਮੈਂ ਸ਼ੁਭ ਅਹ ਕਨੇਰੇ ਤੇ ਹੁਣ ਮਹਾਰਾਜ ਬਚਨ ਕਰਦੇ ਨੇ ਕਿ ਪਾਈ ਲਖੋ ਅਸ਼ੁਭ ਭੀ ਇਨ ਮੈਂ ਇਹਨਾਂ ਦੇ ਵਿੱਚ ਕਈ ਸ਼ੁਭ ਵੀ ਹਨ ਤੇ ਕਈ ਅਸ਼ੁਭ ਵੀ ਹਨ ਉਹਨਾਂ ਦਾ ਖੁਲਾਸਾ ਮਹਾਰਾਜ ਅੱਗੇ ਚੱਲ ਕੇ ਕਰਨਗੇ ਕਿ ਸ਼ਹੀਦ ਸਿੰਘ ਵੀ ਬਹੁਤ ਪ੍ਰਕਾਰ ਦੇ ਹਨ ਹੈ ਸੁਭਾਅ ਤੇ ਬ੍ਰਿਧਨ ਗੁਣ ਰਜ ਸਤ ਤਮ ਕੇਰੇ ਤੇ ਜਿਵੇਂ ਸਤੋ ਗੁਣ ਰਜੋ ਗੁਣ ਤੇ ਤਮੋ ਗੁਣ ਤਿੰਨ ਪ੍ਰਕਾਰ ਦੇ ਗੁਣ ਗੁਰਬਾਣੀ ਦੇ ਅੰਦਰ ਸਤਗੁਰ ਨੇ ਦੱਸੇ ਨੇ ਰਜੋ ਗੁਣ ਕਿਹਾ ਜਾਂਦਾ ਹੈ ਸੰਗਤ ਜੀ ਰਾਜਸੀ ਤਾਕਤ ਵਾਸਤੇ ਕਿ ਸਾਨੂੰ ਦੁਨੀਆ ਤੇ ਰਾਜ ਹੋ ਜਾਵੇ ਸਭ ਕੋਈ ਮੇਰੇ ਅਧੀਨ ਹੋ ਜਾਵੇ ਸਾਤ ਕਿਹਾ ਜਾਂਦਾ ਹੈ ਭਗਤੀ ਨੂੰ ਤਾਪ ਨੂੰ ਸੰਜਮ ਨੂੰ ਗੁਰੂ ਕੀ ਸਿੱਖੀ ਕਮਾਉਣ ਨੂੰ ਕਿ ਭਜਨ ਬੰਦਗੀ 'ਚ ਅਸੀਂ ਲੀਨ ਆ ਕਿਸੇ ਦੇ ਨਾਲ ਸਾਡਾ ਸਬੰਧ ਕੋਈ ਨਹੀਂ ਤਮੋ ਗੁਣ ਹੈ ਪਵਨਾ ਮਾ ਰਿੱਧੀਆਂ ਸਿੱਧੀਆਂ ਮੰਗਣੀਆਂ ਕਿ ਮੈਨੂੰ ਇਹ ਤਾਕਤ ਮਿਲ ਜਾਏ ਮੈਨੂੰ ਇਹ ਮੰਤਰ ਮਿਲ ਜਾਏ ਤੇ ਮੈਂ ਮੰਤਰ ਮਾਰ ਕੇ ਦੁਨੀਆ ਦਾ ਪਲਟਾ ਹੀ ਦੇ ਦਿਆਂ ਇਸ ਪ੍ਰਕਾਰ ਇਸ ਦਾ ਉਲੇਖ ਹੋਰ ਵੀ ਵੱਧਦਾ ਹੈ ਪਰ ਸਤਿਗੁਰੂ ਕਿਰਪਾ ਕਰਦੇ ਨੇ ਕਿ ਭਾਈ ਇਸੇ ਪ੍ਰਕਾਰ ਸਿੰਘਾਂ ਸ਼ਹੀਦਾਂ ਦੇ ਸੁਭਾਅ ਵੀ ਵੱਖੋ ਵੱਖਰੇ ਨੇ ਰਜੋ ਗੁਣ ਸਤੋ ਗੁਣ ਤੇ ਤਮੋ ਗੁਣ ਇਹਨਾਂ ਸਭ ਗੁਣਾ ਦੇ ਮਾਲਕ ਉਹ ਸ਼ਹੀਦ ਹਨ ਸੰਗਤ ਤੇਪ ਜਬਾਬਈ ਜੋ ਹੈ ਇਨਕੇਰੀ ਤੇ ਜਿਹੜੀ ਸੰਗਤ ਭਾਈ ਹੱਥ ਜੋੜ ਕਰਕੇ ਸ਼ਹੀਦਾਂ ਨੂੰ ਯਾਦ ਕਰਦੀ ਹੈ ਸ਼ਹੀਦਾਂ ਨੂੰ ਸਿਮਰਦੀ ਹੈ ਪੂਰੀ ਕਰਤ ਸੋਕਾ ਮਨਾ ਜਸ ਜਨ ਹੈ ਕੇਰੀ ਤੇ ਜਿਹੋ ਜਿਹੋ ਦੀ ਕਾਮਨਾ ਲੈ ਕੇ ਤੁਸੀਂ ਆਉਂਦੇ ਹੋ ਸ਼ਹੀਦ ਸਿੰਘਾਂ ਨੂੰ ਜਾਣ ਕਰਕੇ ਯਾਦ ਕਰਕੇ ਅਰਦਾਸ ਕਰਦੇ ਹੋ ਭਾਈ ਤੇ ਸ਼ਹੀਦ ਸਿੰਘ ਭਾਈ ਤੁਹਾਡੀ ਭਾਵਨਾ ਨੂੰ ਫਲ ਲਾਉਂਦੇ ਨੇ ਆਪਾਂ ਵੀ ਸ਼ਹੀਦਾਂ ਦੀ ਯਾਦ ਵਿੱਚ ਜੁੜੇ ਆ ਨਾ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਦੁੱਖ ਸੁੱਖ ਕੇ ਦਾਤਾ ਐਹੇ ਦਿੱਤੇ ਸਭ ਪ੍ਰਾਨੀ ਸੁੱਖਾਂ ਦੇ ਦੁੱਖਾਂ ਦੇ ਸਭ ਦੇ ਦਾਤਾ ਜਿਹੜੇ ਪ੍ਰਾਣੀ ਭਾਵ ਮਨੁੱਖ ਜਿਹੜੀਆਂ ਮੰਗਾਂ ਰੱਖਦੇ ਹਨ ਸ਼ਹੀਦ ਸਿੰਘਾਂ ਦੇ ਅੱਗੇ ਸਰਬ ਕਲਾ ਸਮਰੱਥ ਇਹੋ ਧਰ ਸ਼ਕਤ ਮਹਾਨੀ ਸ਼ਹੀਦ ਸਿੰਘ ਸਰਬ ਕਲਾ ਸਮਰੱਥ ਹਨ ਕੋਈ ਵੀ ਕਾਰਜ ਐਸਾ ਨਹੀਂ ਜਿਹੜਾ ਸ਼ਹੀਦ ਸਿੰਘ ਨਹੀਂ ਕਰ ਸਕਦੇ ਤੇ ਸਤਿਗੁਰੂ ਕਿਰਪਾ ਕਰਦੇ ਨੇ ਸਮਰੱਥ ਮਹਾਨੀ ਬੜੇ ਮਹਾਨ ਤਾਕਤ ਦੇ ਮਾਲਕ ਬਲ ਦੇ ਮਾਲਕ ਹਨ ਹਰ ਪ੍ਰਕਾਰ ਦਾ ਕਾਰਜ ਸਿੰਘ ਸ਼ਹੀਦ ਕਰ ਸਕਦੇ ਹਨ ਦੇਕਰ ਇਨ ਕੋ ਭਰਤ ਖੰਡ ਸੁਰ ਸੁਰਗ ਸੁਧਾਰ ਇਥੋਂ ਤੱਕ ਮਹਾਰਾਜ ਨੇ ਬਚਨ ਕਰ ਦਿੱਤਾ ਭਰਤ ਖੰਡ ਦੇਵਤਿਆਂ ਨੇ ਵੀ ਸ਼ਹੀਦ ਸਿੰਘਾਂ ਦੀ ਆਗਿਆ ਮੰਨ ਕਰਕੇ ਇਸ ਸੰਸਾਰ ਦਾ ਰਾਜ ਸੰਸਾਰ ਦੇ ਅੰਦਰ ਕਾਰਜ ਕਰਨ ਦੀ ਤਾਕਤ ਤੇ ਬਲ ਸ਼ਹੀਦ ਸਿੰਘਾਂ ਨੂੰ ਪ੍ਰਦਾਨ ਕਰ ਦਿੱਤੀ ਹੈ ਤੇ ਆਪ ਸਵਰਗ ਲੋਕ ਚ ਬਹਿ ਗਏ ਨੇ ਜਾ ਕੇ ਏ ਭਾਈ ਸੰਸਾਰ ਦੇ ਅੰਦਰ ਜੇਕਰ ਕੋਈ ਬਲਸ਼ਾਲੀ ਕੋਈ ਤਾਕਤ ਵਾਲਾ ਹੈ ਤੇ ਉਹ ਸ਼ਹੀਦ ਸਿੰਘ ਹੀ ਹਨ ਬੈਠੇ ਜਾਏ ਨਿਚਿੰਤ ਹੋਏ ਸਾੰਭੀ ਸੰਭਕਾਰੇ ਤੇ ਆਪ ਨਿਚਿੰਤ ਹੋ ਕਰਕੇ ਇਸ ਸੰਸਾਰ ਤੋਂ ਚਲੇ ਗਏ ਹਨ ਕਿਉਂਕਿ ਸਾਰਾ ਕਾਰ ਭਾਰ ਜਿਹੜਾ ਉਹ ਸ਼ਹੀਦ ਸਿੰਘਾਂ ਨੇ ਸਾੰਭ ਰੱਖਿਆ ਹੈ ਪਹੁੰਚੇ ਜੋ ਦੇਵਨ ਸਭ ਹੀ ਅਰਪਤ ਜੇ ਪ੍ਰਾਨੀ ਤੇ ਆਪਣੀ ਇੱਛਾ ਅਨੁਸਾਰ ਜੋ ਵੀ ਕੋਈ ਸਿੰਘ ਜੋ ਵੀ ਕੋਈ ਸੇਵਾਦਾਰ ਇਨਾਂ ਨੂੰ ਅਰਪਣ ਕਰਦਾ ਹੈ ਇਨਾਂ ਨੂੰ ਭੇਟਾ ਕਰਦਾ ਹੈ ਹੱਥ ਸ਼ਹੀਦਨ ਹੋਏ ਕਹਿ ਜਹ ਸਭ ਥਾਨੀ ਤੇ ਸ਼ਹੀਦ ਸਿੰਘ ਹਰ ਜਗ੍ਹਾ ਦੇ ਉੱਪਰ ਜਾ ਸਕਦੇ ਨੇ ਭਾਈ ਸਾਡੇ ਵਾਂਗ ਉਹਨਾਂ ਨੂੰ ਬਾਨਾਂ ਦੀ ਲੋੜ ਨਹੀਂ ਸਾਡੇ ਵਾਂਗ ਉਹਨਾਂ ਨੂੰ ਸ਼ਰੀਰ ਦੀ ਲੋੜ ਨਹੀਂ ਜਿੱਥੇ ਚਾਹਣ ਜਦੋਂ ਚਾਹਣ ਪ੍ਰਗਟ ਹੋ ਸਕਦੇ ਨੇ ਤੇ ਆਪਨੇ ਮਹਾਂਪੁਰਖਾਂ ਦੀ ਕਥਾ ਦੇ ਬਚਨ ਸਰਵਣ ਕੀਤੇ ਹੋਣਗੇ ਕਈ ਵਾਰ ਸਾਡੇ ਮਨ ਦੀ ਇਹ ਭਾਵਨਾ ਹੋ ਜਾਂਦੀ ਹੈ ਕਿ ਜੀ ਗੁਰੂ ਘਰ ਗਏ ਤੇ ਸੰਗਤ ਸਵਾਈ ਸੀ ਕੋਈ ਸੁਣਨ ਵਾਲਾ ਨਹੀਂ ਪਰ ਮਹਾਪੁਰਖ ਕਿਰਪਾ ਕਰਿਆ ਕਰਦੇ ਸਨ ਕਿ ਭਾਈ ਤੇਰੇ ਨੇਤਰ ਦੁਨੀਆ ਨੂੰ ਦੇਖ ਰਹੇ ਨੇ ਜਿੱਥੇ ਗੁਰੂ ਦਾ ਆਵਾਸ ਹੈ ਗੁਰੂ ਕੇ ਸ਼ਹੀਦ ਸਿੰਘ ਗੁਪਤ ਫੌਜਾਂ ਹਰ ਵਕਤ ਹਾਜ਼ਰ ਨਾਜ਼ਰ ਰਹਿੰਦੀਆਂ ਨੇ ਤੇ ਜਿਹੜੇ ਗੁਰੂ ਕੇ ਬਾਣੀ ਪੜਨ ਵਾਲੇ ਸਿੱਖ ਨੇ ਜਿਹੜੇ ਨਿਤਨੇਮੀ ਸਿੱਖ ਨੇ ਉਹਨਾਂ ਦੇ ਅਸਵਾਰ ਹੋ ਕਰਕੇ ਇਹ ਪਵਿੱਤਰ ਰੂਹਾਂ ਗੁਰੂ ਦੇ ਦਰਬਾਰ ਚ ਹਾਜ਼ਰੀਆਂ ਭਰਦੀਆਂ ਨੇ ਮਸਕੀਨ ਜੀ ਦੀ ਕਥਾ ਸੁਣ ਲਿਓ ਪਤਾ ਲੱਗ ਜਾਏਗਾ ਇਸੇ ਪ੍ਰਕਾਰ ਇੱਕ ਬੀਬੀ ਦਰਬਾਰ ਸਾਹਿਬ ਕਥਾ ਸੁਣਨ ਆਇਆ ਕਰਦੀ ਸੀ ਤੇ ਉਸ ਬੀਬੀ ਦੇ ਅੰਦਰ ਇੱਕ ਮੁਸਲਮਾਨ ਦਾ ਵਾਸਾ ਸੀ ਰਿਕਾਰਡਿੰਗ ਪਈ ਹੈ ਨਟ ਤੇ ਜਾ ਕੇ ਚੈੱਕ ਕਰ ਲਿਓ ਜਦੋਂ ਮਸਕੀਨ ਜੀ ਨੇ ਪੁੱਛਿਆ ਇਹ ਭਾਈ ਕੌਣ ਹੈ ਤੇ ਉਹਨੇ ਦੱਸਿਆ ਕਿ ਜਿਵੇਂ ਇਸ ਤਰ੍ਹਾਂ ਮੁਸਲਮਾਨ ਹਾਂ ਕਿਉਂ ਆਇਆ ਹੈ ਤੇ ਉਹਨੇ ਦੱਸਿਆ ਕਿ ਗੁਰੂ ਕੀ ਗੁਰਬਾਣੀ ਦੀ ਕਥਾ ਮੈਨੂੰ ਠੰਡ ਦਿੰਦੀ ਹੈ ਇਹ ਬੀਬੀ ਜੀਵਨ ਦੇ ਵਿੱਚ ਉੱਚੇ ਸੁੱਚੇ ਕਿਰਦਾਰ ਵਾਲੀ ਹੈ ਭਜਨ ਬੰਦਗੀ ਵਾਲੀ ਹੈ ਗੁਰੂ ਕੇ ਹਜ਼ੂਰ ਮੈਂ ਆ ਨਹੀਂ ਸਕਦਾ ਇਸ ਕਰਕੇ ਇਸ ਬੀਬੀ ਦਾ ਸਹਾਰਾ ਲੈ ਕਰਕੇ ਇਹਦੇ ਤੇ ਅਸਵਾਰ ਹੋ ਕਰਕੇ ਆਉਣਾ ਪੰਜ ਵਕਤ ਦੀਆਂ ਨਵਾਜਾਂ ਵੀ ਪੜੀਆਂ ਪੁੱਛੀਆਂ ਵੀ ਤੇ ਸੁਣਾਈਆਂ ਸਾਰੀ ਰਿਕਾਰਡਿੰਗ ਪਈ ਹੈ ਕਿਉਂਕਿ ਸਮਾਨਾ ਅੱਜ ਕੱਲ੍ਹ ਭਾਈ ਤਰਕਵਾਨਾਂ ਦਾ ਬਹੁਤਾ ਗਿਆਨੀ ਜੀ ਕਿੱਥੋਂ ਪੜਿਆ ਕਿੱਥੇ ਲਿਖਿਆ ਕਿਹੜਾ ਵਿਦਵਾਨ ਕਹਿੰਦਾ ਸਾਨੂੰ ਦੱਸੋ ਤੇ ਪੜਨਾ ਭਾਵੇਂ ਹੋਵੇ ਨਾ ਜਾ ਕੇ ਪੁੱਛਾਂਗੇ ਜਰੂਰ ਸੋ ਇਸ ਕਰਕੇ ਸ਼ੰਕੇ ਨੂੰ ਨਿਵਿਰਤ ਕਰਨ ਕਰਕੇ ਭਾਈ ਨੈਟ ਤੇ ਜਾ ਕੇ ਸਰਚ ਕਰ ਲਿਓ ਸੋ 사ਧਗੁਰੂ ਕਿਰਪਾ ਕਰਦੇ ਹਨ ਕਿ ਭਾਈ ਸ਼ਹੀਦ ਸਿੰਘ ਜਿੱਥੇ ਚਾਹਣ ਜਦੋਂ ਚਾਹਣ ਉਹ ਪ੍ਰਗਟ ਹੋ ਸਕਦੇ ਹਨ ਮੁਕੇ ਜੋ ਦੇ ਬਨ ਸਭਨ ਅਰਪਤ ਜੇ ਪ੍ਰਾਨੀ ਜੋ ਵੀ ਪ੍ਰਾਨੀ ਭਾਈ ਅਰਪਣ ਕਰਦੇ ਹਨ ਆਤਸ਼ੀਦਨ ਹੋਏ ਕੈ ਜੋ ਹੈ ਸਭ ਥਾਨੀ ਹਰ ਜਗ੍ਹਾ ਤੇ ਹਰ ਸਮੇਂ ਦੇ ਵਿੱਚ ਜਾ ਸਕਦੇ ਹਨ ਪਰਮੇਸ਼ਰ ਕਰਤਾ ਪੁਰਖ ਸਕਾਰ ਲਗਾਏ ਪਰਮੇਸ਼ਰ ਅਕਾਲ ਪੁਰਖ ਨੇ ਇਹਨਾਂ ਨੂੰ ਇਸ ਧੰਦੇ ਤੇ ਲਾਇਆ ਹੈ ਇਸ ਕਾਰਜ ਵਾਸਤੇ ਇਸ ਸੰਸਾਰ ਦੇ ਅੰਦਰ ਭਾਈ ਇਹਨਾਂ ਨੂੰ ਭੇਜਿਆ ਹੈ ਓਏ ਸੁਚੇਤ ਨਿਤਕਰਤ ਹੈ ਕਬ ਨਹਿ ਬਿਸਰਾਏ ਹਰ ਵਕਤ ਸੁਚੇਤ ਰਹਿੰਦੇ ਨੇ ਸਾਡੇ ਵਾਂਗ ਟਲਾਈ ਨਹੀਂ ਕਿ ਭਾਈ ਦਿਨੇ ਜਾਗਦੇ ਆਂ ਤੇ ਰਾਤ ਨੂੰ ਸੁੱਤੇ ਆਂ ਅਠੇ ਪੈਰ 24 ਘੰਟੇ ਹਰ ਘੜੀ ਹਲਪਲ ਸ਼ਹੀਦ ਸਿੰਘ ਸੁਚੇਤ ਰਹਿੰਦੇ ਨੇ ਉਹਨਾਂ ਨੂੰ ਸਾਡੇ ਵਾਂਗ ਥਕਾਵਟ ਮਹਿਸੂਸ ਨਹੀਂ ਹੁੰਦੀ ਭਾਵ ਹਰ ਵਕਤ ਹਾਜ਼ਰ-ਨਾਜ਼ਰ ਮੌਜੂਦ ਹਨ ਹੈ ਸ਼ਹੀਦ ਸਭ ਰੀਤ ਕੇ ਲਗ ਬ੍ਰਿੰਦ ਬਸਾਲਾ ਬਹੁਤ ਪ੍ਰਕਾਰ ਦੇ ਸ਼ਹੀਦ ਹਨ ਭਾਈ ਭੋਜਨ ਅਨੰਤ ਪ੍ਰਕਾਰ ਕੇ ਅਟਵੇ ਸਭ ਕਾਲਾ ਤੇ ਸੱਚੇ ਪਾਤਸ਼ਾਹ ਨੂੰ ਫਿਰ ਪੁੱਛਿਆ ਸੀ ਸਿੰਘਾਂ ਨੇ ਜਿਹੜੇ ਪਹਿਲੇ ਬਚਨ ਆਪਾਂ ਜੇ ਕਰੇ ਇਕਾਗਰਤਾ ਨਾਲ ਸਰਵਣ ਕੀਤੇ ਹੋਣ ਕੇ ਮਹਾਰਾਜ ਖਾਂਦੇ ਕੀ ਨੇ ਰਹਿੰਦੇ ਕਿੱਥੇ ਨੇ ਪਹਿਨਦੇ ਕੀ ਨੇ ਤੇ ਹੁਣ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਭੋਜਨ ਅਨੰਤ ਪ੍ਰਕਾਰ ਕੇ ਅਚਪੇ ਬਹੁਕਾਲਾ ਹਰ ਪ੍ਰਕਾਰ ਦਾ ਭੋਜਨ ਸਿੰਘ ਜੀ ਦੇ ਗ੍ਰਹਿਣ ਕਰਦੇ ਨੇ ਜਿਹੜਾ ਗੁਰਮਤਿ ਦੀ ਰੈਣੀ ਅਨੁਸਾਰ ਹੋਵੇ ਬਾਣੀ ਪੜ੍ਹ ਕੇ ਤਿਆਰ ਕੀਤਾ ਸੁੱਚਤਾ ਦੇ ਨਾਲ ਸ਼ੁੱਧਤਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਲਿਆ ਕੇ ਪ੍ਰਸ਼ਾਦੇ ਨੂੰ ਭੋਗ ਲਵਾਇਆ ਜਾਂਦਾ ਹੈ ਨਾ ਭਾਈ ਤੋਂ ਸਤਿਗੁਰੂ ਕਿਰਪਾ ਕਰਦੇ ਨੇ ਕਿ ਸ਼ਹੀਦ ਸਿੰਘ ਇਹ ਭੋਜਨ ਪ੍ਰਸ਼ਾਦਾ ਹਰ ਪ੍ਰਕਾਰ ਦਾ ਉਹ ਪ੍ਰਵਾਨ ਕਰਦੇ ਨੇ ਤੇ ਯਾਦ ਰੱਖਿਆ ਜੇ ਪ੍ਰਾਤਨ ਸਮੇਂ ਦੇ ਅੰਦਰ ਬਜ਼ੁਰਗ ਬੈਠੇ ਹੋ ਮਾਤਾਵਾਂ ਬੈਠੀਆਂ ਨੇ ਜਿਵੇਂ ਸੀਜ਼ਨ ਬਦਲਦਾ ਏ ਕੋਈ ਬਾਢੀ ਕਣਕ ਦੀ ਹੋ ਕੇ ਹਟੀ ਹੈ ਤੇ ਸਭ ਤੋਂ ਪਹਿਲਾਂ ਪੰਜ ਸਿੰਘ ਸੱਦੇ ਜਾਂਦੇ ਸਨ ਕਿ ਭਾਈ ਨਵੀਂ ਫਸਲ ਆਈ ਹੈ ਪ੍ਰਸ਼ਾਦਾ ਤਿਆਰ ਕਰਕੇ ਪੰਜ ਸਿੱਖਾਂ ਨੂੰ ਪ੍ਰਸ਼ਾਦਾ ਛਕਾਈਏ ਤੇ ਮਹਾਰਾਜ ਕਿਰਪਾ ਕਰਦੇ ਨੇ ਗੁਰੂ ਕੀ ਬਾਣੀ ਨੂੰ ਧਿਆਨ ਧਰਦਿਆਂ ਸ਼ੁੱਧਤਾ ਦੇ ਨਾਲ ਰਹਿਤ ਨਾਲ ਤਿਆਰ ਕੀਤਾ ਪ੍ਰਸ਼ਾਦਾ ਸਿੰਘ ਸ਼ਹੀਦ ਉਹਨਾਂ ਸਿੱਖਾਂ ਦੇ ਵਿੱਚ ਵਰਤ ਕੇ ਭਾਈ ਛਕਦੇ ਨੇ ਅੱਜ ਤੇ ਇਹ ਵੀ ਵਹਿਮ ਪਾ ਦਿੱਤਾ ਜੀ ਪ੍ਰਸ਼ਾਦਾ ਛਕਾਉਣ ਦੀ ਲੋੜ ਹੀ ਨਹੀਂ ਤੇ ਇੱਕ ਸੌਖਾ ਜਿਹਾ ਪੈਮਾਨਾ ਲੈ ਲਿਆ ਜੀ ਇਹ ਵੀ ਬ੍ਰਾਹਮਣ ਬਾਦ ਹੈ ਜਿਹੜੀ ਗੱਲ ਦੀ ਸਮਝ ਨਾ ਆਵੇ ਉਹਨੂੰ ਬ੍ਰਾਹਮਣ ਦਾ ਠੱਪਾ ਲਾ ਦਿਓ ਪਰ ਸਤਿਗੁਰੂ ਕਿਰਪਾ ਕਰਦੇ ਹਨ ਕਿ ਭਾਈ ਸਿੰਘ ਸ਼ਹੀਦ ਹਰ ਪ੍ਰਕਾਰ ਦਾ ਭੋਜਨ ਗ੍ਰਹਿਣ ਕਰਦੇ ਨੇ ਭਾਵਾਂ ਦੇ ਨਾਲ ਤਿਆਰ ਕੀਤਾ ਹੋਇਆ ਅਰਦਾਸ ਬੇਨਤੀ ਦੇ ਨਾਲ ਕੱਲ ਆਪਾਂ ਬਚਨ ਸਰਵਣ ਕੀਤੇ ਸੀ ਕਿ ਪ੍ਰਸ਼ਾਦ ਦੇਗ ਤਿਆਰ ਕੀਤੀ ਜਾਵੇ ਤੇ ਪੰਜ ਸਿੰਘਾਂ ਫੱਕੜਿਆ ਜਾਵੇ ਆਪਨੇ ਸਰਪ੍ਰਸਤ ਕੀਤਾ ਸੀ ਤੇ ਸਤਿਗੁਰੂ ਕਿਰਪਾ ਕਰਦੇ ਨੇ ਇਸੇ ਪ੍ਰਕਾਰ ਪ੍ਰਸ਼ਾਦਾ ਤੇ ਜੇਕਰ ਭਾਈ ਖਜਾਨੇ ਮਸਤਾਨੇ ਨੇ ਕੋਈ ਫਲ ਆਦਿਕ ਭਾਵੇਂ ਕੁਝ ਵੀ ਸਾਡੇ ਕੋਲ ਥੋੜੇ ਤੋਂ ਵੀ ਥੋੜਾ ਹੈ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਦੇ ਨਿਮਿਤ ਅਰਦਾਸ ਕਰੀਏ ਤੇ ਉਹ ਪ੍ਰਵਾਨ ਕਰਦੇ ਹਨ ਪਰ ਭੋਜਨ ਗੁਰਮਤਿ ਦੀ ਰਹਿਣੀ ਅਨੁਸਾਰ ਹੋਵੇ ਦੁਖਮ ਵਸਤਰਨ ਬਰਣ ਬਹੁ ਨਿਜ ਤਨ ਪਰ ਧਾਰੇ ਬੜੇ ਸੂਖਮ ਵਸਤਰ ਜਿਹੜੇ ਨੇ ਸਰੀਰ ਤੇ ਧਾਰਨ ਕਰਦੇ ਨੇ ਬੜੇ ਪਤਲੇ ਵਸਤਰ ਤੇ ਚਾਰ ਰੰਗ ਖਾਲਸੇ ਦੇ ਹਨ ਭਾਈ ਸਫੇਦ ਨੀਲਾ ਪੀਲਾ ਅਤੇ ਕਾਲਾ ਰੰਗ ਆਪਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਕੀ ਰੰਗਾਂ ਤੋਂ ਮਨਾਹੀ ਨਹੀਂ ਕੀਤੀ ਪਰ ਗੂੜਾ ਲਾਲ ਤੇ ਹਰਾ ਰੰਗ ਗੁਰਮਤ ਅਨੁਸਾਰ ਵਰਜਿਤ ਹੈ ਆਪੋ ਆਪਣੇ ਧਰਮ ਦੀ ਰੀਤ ਹੋਇਆ ਕਰਦੀ ਹੈ ਫਿਰ ਸਤਿਗੁਰੂ ਕਿਰਪਾ ਕਰਦੇ ਨੇ ਕਿ ਭਾਈ ਵਸਤਰ ਬੜੇ ਸੂਖਮ ਬੜੇ ਪਤਲੇ ਵਸਤਰ ਸ਼ਹੀਦ ਸਿੰਘ ਧਾਰਨ ਕਰਦੇ ਨੇ ਤੇ ਜੇਕਰ ਸਤਿਗੁਰੂ ਕਿਰਪਾ ਕਰਦੇ ਕਿਸੇ ਦੀ ਅਵਸਥਾ ਬਣ ਜਾਏ ਵੈਸੀ ਇਹ ਗੱਲਾਂ ਸੰਗਤ ਦੇ ਵਿੱਚ ਦਸੀਆਂ ਨਹੀਂ ਜਾ ਸਕਦੀਆਂ ਹੁੰਦੀਆਂ ਪਰ ਟੂਕ ਮਾਤਰਮੇ ਜ਼ਿਕਰ ਕਰਦੇ ਆਂ ਕਈ ਵਾਰ ਭੁਲੇਖਾ ਪੈਂਦਾ ਹੈ ਨਾਮ ਬਾਣੀ ਪੜਨ ਵਾਲੇ ਦੇਖਦੇ ਨੇ ਕਿ ਇੱਕ ਤਰ੍ਹਾਂ ਦੀ ਕੋਈ ਚਿੱਟੀ ਰੋਸ਼ਨੀ ਦਿਖਾਈ ਦਿੱਤੀ ਹੈ ਸਫੇਦ ਵਸਤਰਾਂ ਦੇ ਅੰਦਰ ਕੋਈ ਸਿੰਘ ਸ਼ਹੀਦ ਦਿਖਾਈ ਦਿੱਤੇ ਨੇ ਸੋ ਕਹਿਣ ਤੋਂ ਭਾਵ ਜਿਨ੍ਹਾਂ ਤੇ ਸਤਿਗੁਰੂ ਕਿਰਪਾ ਕਰ ਦਿੰਦਾ ਹੈ ਰਹਿਮਤ ਕਰ ਦਿੰਦਾ ਹੈ ਉਹਨਾਂ ਨੂੰ ਨਜ਼ਰੀਂ ਵੀ ਪੈ ਜਾਂਦਾ ਹੈ ਤੇ ਜਿਨ੍ਹਾਂ ਦੀਆਂ ਅੱਖਾਂ ਦੇ ਉੱਪਰ ਦੁਨੀਆ ਦੀਆਂ ਕਿਤਾਬਾਂ ਦੀ ਪੱਟੀ ਬੱਧੀ ਹੋਈ ਹੈ ਉਹਨਾਂ ਨੂੰ ਕੇਵਲ ਤੇ ਕੇਵਲ ਪਖੰਡੀ ਦਿਸਦਾ ਹੈ ਉਹਨਾਂ ਨੂੰ ਹੋਰ ਕੁਝ ਨਜ਼ਰ ਨਹੀਂ ਆਉਂਦਾ ਕਿਉਂਕਿ ਭਾਈ ਸੱਚੇ ਪਾਤਸ਼ਾਹ ਜਿਨਹੀਂ ਪਾਇਆ ਤੇ ਨਹੀਂ ਛਪਾਇਆ ਵਾਲੀ ਗੱਲ ਹੈ ਤੇ ਜਿਨੇ ਗੁੜ ਖਾਦਾ ਇਹ ਮਿੱਠਾ ਉਹਨੂੰ ਪਤਾ ਹੋਵੇਗਾ ਤੇ ਦੂਜਾ ਮੇਰੇ ਵਰਗਾ ਆਵੇਂ ਰੌਲਾ ਪਾਈ ਜਾਂਦਾ ਨਾ ਭਾਈ ਹੱਥ ਨਾਲ ਨਹੀਂ ਸ਼ੂਗਰ ਬੜੀ ਐ ਸ਼ੂਗਰ ਹੋ ਜਾਏਗੀ ਪਚਦਾ ਤੇ ਤੈਨੂੰ ਨਹੀਂ ਬਿਮਾਰੀ ਤੇ ਤੈਨੂੰ ਐ ਖਾਣ ਵਾਲੇ ਨੂੰ ਹਜਮ ਹੋ ਰਿਹਾ ਉਹਨੂੰ ਕੋਈ ਨੁਕਸਾਨ ਨਹੀਂ ਤੈਨੂੰ ਦੇਖ ਕੇ ਨੁਕਸਾਨ ਹੋਈ ਜਾਂਦਾ ਇਸੇ ਪ੍ਰਕਾਰ ਜਿਹੜੇ ਮੰਦੇ ਨਹੀਂ ਜਿਨ੍ਹਾਂ ਦੀ ਭਾਵਨਾ ਨਹੀਂ ਉਹਨਾਂ ਨੂੰ ਇਹ ਗੱਲਾਂ ਹਜਮ ਨਹੀਂ ਹੁੰਦੀਆਂ ਪਰ ਜਿਹੜੇ ਗੁਰੂ ਤੇ ਭਾਵਨਾ ਰੱਖ ਕੇ ਕਿਰਪਾ ਕਰਕੇ ਗੁਰੂ ਦੇ ਬਚਨ ਮੰਨਦੇ ਨੇ ਇਸ ਪ੍ਰਕਾਰ ਸ਼ਹੀਦ ਸਿੰਘ ਭਾਈ ਉਹਨਾਂ ਤੇ ਕਿਰਪਾ ਵੀ ਕਰਦੇ ਨੇ ਤੇ ਕੱਲ ਭਾਈ 1947 ਦੀ ਵੰਡ ਵੇਲੇ ਦਾ ਇੱਕ ਬਚਨ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਉਸ ਬੀਬੀ ਨੇ ਗੁਰੂ ਦਾ ਧਿਆਨ ਧਰ ਕੇ ਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ ਸਤਿਗੁਰੂ ਪ੍ਰਗਟ ਹੋਏ ਤੇ ਉਹਨਾਂ ਸ਼ਹੀਦ ਸਿੰਘਾਂ ਦਾ ਪਹਿਰਾ ਲੱਗਾ ਤੇ ਇਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹਨ ਕਿ ਸੂਖਮ ਵਸਤਰ ਪਹਿਨਦੇ ਹਨ ਸਿੰਘ ਸ਼ਹੀਦ ਅਸਵਾਰੀ ਸਭ ਰੀਤ ਕੀ ਆ ਰੋਏ ਵਿਹਾਰੇ ਹਰ ਪ੍ਰਕਾਰ ਦੀ ਸਵਾਰੀ ਸਿੰਘ ਸ਼ਹੀਦ ਕਰ ਸਕਦੇ ਨੇ ਜਿੱਥੇ ਵੀ ਜਾਣਾ ਹੈ ਬੱਖੋ ਵੱਖਰੇ ਸਾਧਨ ਬੱਖੋ ਵੱਖਰੇ ਵਾਹਨ ਤੇ ਅਸਵਾਰ ਹੋ ਸਕਦੇ ਹਨ ਤੈ ਸਿੰਘ ਸ਼ਹੀਦਾਂ ਦੇ ਨਿਮਿਤ ਜੇਕਰ ਕਾਈ ਕੋਈ ਸੇਵਾ ਭਾਵਨਾ ਦੇ ਨਾਲ ਕੋਈ ਵਾਹਨ ਵੀ ਭੇਟਾ ਕਰਦਾ ਏ ਕੋਈ ਗੁਰਮੁਖ ਪਿਆਰੇ ਗੁਰਦੁਆਰਿਆਂ ਸਹਿਬਾਨਾਂ ਚ ਸੇਵਾ ਕਰਦੇ ਨੇ ਨਾ ਕਾਰ ਸੇਵਾ ਵਾਲੇ ਮਹਾਂਪੁਰਖ ਆਪਨੇ ਦੇਖੇ ਹੋਣਗੇ ਭਾਈ ਗੱਡੀਆਂ ਮੋਟਰਾਂ ਵੀ ਕੋਈ ਐਸੇ ਵਾਹਨ ਜਿਹੜੇ ਗੁਰੂ ਘਰ ਦੀ ਸੇਵਾ ਚ ਲਾਏ ਜਾਂਦੇ ਨੇ ਟਰੈਕਟਰ ਟਰਾਲੀਆਂ ਨਾਲ ਆਪਾਂ ਭਰਤੀ ਵੀ ਪਾਉਂਦੇ ਆ ਗੁਰੂ ਘਰਾਂ ਦਾ ਕੰਮ ਜਦੋਂ ਚੱਲਦਾ ਏ ਸੋ ਹਰ ਪ੍ਰਕਾਰ ਦੇ ਵਾਹਨ ਸ਼ਹੀਦ ਸਿੰਘਾਂ ਦੀ ਸੇਵਾ ਨਿਮਿਤ ਉਹ ਵਰਤੇ ਜਾਂਦੇ ਹਨ ਤੇ ਸਿੰਘ ਸ਼ਹੀਦ ਭਾਈ ਪ੍ਰਸੰਨ ਹੁੰਦੇ ਹਨ ਸੇਵਾ ਦੇ ਉੱਪਰ ਸਭੇ ਮੁਹਾਬ ਸ਼ਹੀਦ ਗਨ ਜਿਮ ਕਿਮ ਕਹਉਦੇ ਹਨ ਤੇ ਹਰ ਪ੍ਰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਸਿੰਘ ਸ਼ਹੀਦਾਂ ਦੇ ਨਿਮਿਤ ਕੀਤੀ ਬੇਨਤੀ ਸਿੰਘ ਸ਼ਹੀਦ ਪ੍ਰਵਾਨ ਕਰਦੇ ਹਨ ਜਿਵੇਂ ਜਿਵੇਂ ਭਾਵਨਾ ਦੇ ਨਾਲ ਕੋਈ ਦੇਵੇ ਸਭ ਦੀਪਕ ਸਭ ਖੰਡ ਕੋ ਸਭ ਸੈਲਨ ਸੈਲਾ ਸਭ ਦੀਪਾਂ ਚ ਸਭ ਲੋਆਂ ਦੇ ਵਿੱਚ ਹਰ ਜਗ੍ਹਾ ਦੇ ਉੱਪਰ ਜਾ ਸਕਦੇ ਨੇ ਸਿੰਘ ਸ਼ਹੀਦ ਕਿਤੇ ਕੋਈ ਬੰਧਨ ਨਹੀਂ ਕੋਈ ਰੋਕ ਨਹੀਂ ਸਕਦਾ ਜਿੱਥੇ ਚਾਹਣ ਪਹੁੰਚ ਸਕਦੇ ਹਨ ਤੇ ਖਾਸ ਰੂਪ ਦੇ ਵਿੱਚ ਭਾਈ ਪਵਿੱਤਰ ਜਲ ਦੇ ਸੋਮੇ ਨਦੀਆਂ ਤਲਾਬਾਂ ਦੇ ਕਿਟਾਰੇ ਕਿਨਾਰੇ ਦੇ ਉੱਪਰ ਸਿੰਘ ਸ਼ਹੀਦ ਭਾਈ ਸੈਰ ਕਰਦੇ ਨੇ ਤੇ ਆਪ ਜੀ ਨੇ ਦੇਖਿਆ ਹੋਵੇਗਾ ਕਦੇ ਮਨ ਚ ਵਿਚਾਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿੰਨੇ ਅਸਥਾਨ ਨੇ ਸਭ ਜਲ ਦੇ ਸੋਮੇ ਦੇ ਲਾਗੇ ਮਿਲਣਗੇ ਤੁਹਾਨੂੰ ਤਾਹੇ ਤਖਤਾਂ ਦੀ ਗੱਲ ਕਰ ਲਈਏ ਤੇ ਭਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਅਸਥਾਨਾਂ ਦੀ ਗੱਲ ਕਰ ਲਈਏ ਮਹਾਰਾਜ ਦੇ ਅਸਥਾਨ ਮਿਲਣਗੇ ਜਿੱਥੇ ਹਮੇਸ਼ਾ ਜਲ ਦਾ ਸੋਮਾ ਹੋਵੇਗਾ ਭਾਵੇਂ ਉਹ ਗੋਦਾਵਰੀ ਨਦੀ ਦੀ ਗੱਲ ਹੋਵੇ ਤੇ ਭਾਵੇਂ ਹੋਰ ਦਰਿਆਵਾਂ ਦੀਆਂ ਦੀ ਗੱਲ ਹੋਵੇ ਭਾਵੇਂ ਪਤਲੋ ਜੀਆਂ ਬਾਕਲ ਕਰਨਾ ਸੋਸਤ ਦੇ ਨੇ ਕਿਤੇ ਵਾਤਾਵਰਣ ਸ਼ੁੱਧ ਹੈ ਜਿੱਥੇ ਸਵੱਛਤਾ ਹੈ ਤੇ ਪਵਿੱਤਰਤਾ ਹੈ 这都是。 ਨਿਮਿਤ ਵਸਤਰ ਆਦਿਕ ਆਪਾ দান ਕਰਦੇ ਆ ਨਾ ਕਿ ਭਾਈ ਗਿਆਨੀ ਜੀ ਨੂੰ ਵਸਤਰ ਦੇ ਦਿੱਤੇ ਜਾਂ ਸ਼ਹੀਦਾਂ ਦੀ ਯਾਦ ਦੇ ਅੰਦਰ ਕਿਸੇ ਗੁਰਮੁਖ ਪਿਆਰੇ ਨੂੰ ਵਸਤਰ ਪਹਿਨਾ ਦਿੱਤੇ ਤੇ ਭਰਮ ਨਹੀਂ ਕਰਨਾ ਭਾਈ ਜੇਕਰ ਕੋਈ ਲੋੜਵੰਦ ਹੈ ਸਿੰਘਾਂ ਸ਼ਹੀਦਾਂ ਦੇ ਚਰਨਾਂ 'ਚ ਅਰਦਾਸ ਕਰਕੇ ਵਸਤਰ ਉਹਨੂੰ ਵੀ দান ਕੀਤੇ ਜਾ ਸਕਦੇ ਨੇ ਇਸੇ ਪ੍ਰਕਾਰ ਭੋਜਨ ਪ੍ਰਸ਼ਾਦਾ ਹੈ ਬੜਾ ਚੰਗਾ ਹੈ ਕਿ ਗੁਰਸਿੱਖਾਂ ਨਿਤ ਨੇਮੀਆਂ ਨੂੰ ਛਕਾਇਆ ਜਾਵੇ ਤੇ ਜੇਕਰ ਕੋਈ ਲੋੜਵੰਦ ਮਿਲਦਾ ਹੈ ਭਾਈ ਪ੍ਰਸ਼ਾਦਾ ਉਹਨੂੰ ਵੀ ਛਕਾਓ ਪਰ ਅਰਦਾਸ ਸਿੰਘਾਂ ਸ਼ਹੀਦਾਂ ਦੇ ਚਰਨਾਂ 'ਚ ਕਰਨੀ ਬਣਦੀ ਹੈ ਕਿ ਸੱਚੇ ਪਾਤਸ਼ਾਹ ਤੇਰੇ ਸ਼ਹੀਦਾਂ ਦੇ ਨਿਮਿਤ ਮੈਂ ਸੇਵਾ ਕਰ ਰਿਹਾ ਤੇ ਉਹ ਸਿੰਘ شهید ਪ੍ਰਵਾਨ ਕਰਦੇ ਨੇ ਤੇ ਅੱਜ ਤੇ ਭਾਈ ਜਿਹੜੇ ਬਹੁਤੇ ਮੇਰੇ ਵਰਗੇ ਸਿਆਣੇ ਬਣੇ ਨੇ ਆਪ ਮੈਂ ਬਾਕੀ ਕਾਫੀਆਂ ਤੇ ਕਾਫੀਆਂ ਵੀ ਪੀ ਲੈਣਗੇ ਤੇ ਪੀਜੇ ਵੀ ਖਾ ਲੈਣਗੇ ਤੇ ਜੇਕਰ ਕੋਈ ਗਰੰਤੀ ਸਿੰਘ ਕਿਸੇ ਦੇ ਘਰੇ ਚਲੇ ਗਿਆ ਪ੍ਰਸ਼ਾਦਾ ਛਕਣ ਤੇ ਉਹਦਾ ਰੌਲਾ ਪਾਈ ਜਾਣਗੇ ਜੀ ਇਹ ਹੱਥ ਵੜੇ ਧੁੰਦੇ ਨੇ ਤੇ ਐਂ ਆਉ ਪ੍ਰਸ਼ਾਦਾ ਛਕਦੇ ਨੇ ਤੇ ਇਹਨਾਂ ਨੂੰ ਐਂ ਕੀਤਾ ਜੀ ਇਹ ਤੇ ਲੋੜਵੰਦਾਂ ਨੂੰ ਛਕਾਓ ਖਾਸ ਕਰਕੇ ਪਾਠੀਆਂ ਦਾ ਬਹੁਤਾ ਦੁੱਖ ਲੱਗਦਾ ਹੈ ਜੀ ਇਹਨਾਂ ਨੂੰ ਨਾ ਛਕਾਓ ਉੱਥੇ ਜਾ ਕੇ ਕੇਰਲਾ ਚ ਲੰਗਰ ਲਾਈ ਦਿਓ ਤੇ ਆਪਦੇ ਭਾਵੇਂ ਭੁੱਖੇ ਮਰਦੇ ਰਹਿਣ ਸੋ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਈ ਸਿੰਘਾਂ ਸ਼ਹੀਦਾਂ ਦੀ ਸੇਵਾ ਕਰਨੀ ਹੈ ਤੇ ਸੇਵਾ ਉਹ ਫਲਦੀ ਹੈ ਜਿਹੜੀ ਪੂਰਨ ਹੋਵੇ ਅੰਮ੍ਰਿਤ ਧਾਰੀ ਸਿੱਖ ਨੂੰ ਸੇਵਾ ਇਸ ਕਰਕੇ ਕੀਤੀ ਜਾਂਦੀ ਹੈ ਕਿ ਉਹ ਬਾਣੀ ਪੜਨ ਵਾਲਾ ਹੈ ਜੀਵਨ ਵਾਲਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਇਸ ਗੱਲ ਦੇ ਉੱਪਰ ਮੋਹਰ ਲਾਉਂਦੇ ਨੇ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ ਕਿ ਜਿਹੜਾ ਰਹਿਣੀ ਚ ਪੂਰਾ ਹੈ ਅੰਮ੍ਰਿਤ ਧਾਰੀ ਹੈ ਸਾਡਾ ਉਹਦੇ ਚ ਵਾਸਾ ਹੈ ਇਸ ਕਰਕੇ ਸਿੱਖਾਂ ਦੇ ਨਿਮਿਤ ਕੀਤੀ ਸੇਵਾ ਉਸ ਅਕਾਲ ਪੁਰਖ ਦੀ ਸੇਵਾ ਦੇ ਬਰਾਬਰ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹਨ ਭਾਈ দান ਦਿਆ ਇਨਹੀ ਕੋ ਜਾਵਤ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਨਾ ਭਾਵਤ ਮੋਕ ਕਿ ਭਾਈ ਜੇ ਕਿਸੇ ਨੇ ਸੇਵਾ ਕਰਨੀ ਹੈ ਅਮਰਤਾਰੀ ਸਿੱਖਾਂ ਦੀ ਸੇਵਾ ਕਰੋ ਪਰ ਹੁਣ ਪੂਰੇ ਪਖੰਡੀ ਨਾ ਹੋਣ ਵੀ ਕੇਵਲ ਪ੍ਰਸ਼ਾਦਾ ਛਕਣ ਵਾਲੇ ਹੀ ਹੋਣ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਰਹਿਤ ਬਾਣੀ ਦੇ ਪੂਰਿਆਂ ਦੀ ਸੇਵਾ ਉਹ ਸਿੰਘ ਸ਼ੀਦਾਂ ਦੀ ਸੇਵਾ ਦੇ ਬਰਾਬਰ ਹੈ ਮਾਇਆ ਕੋ ਦੇਖਣ ਗयो ਚੌਕੁੰਟ ਮਝਾਰਾ ਚੌਹ ਕੁੰਟਾਂ ਦੇ ਵਿੱਚ ਮਾਇਆ ਦਾ ਤਮਾਸ਼ਾ ਦੇਖਦੇ ਹੋਏ ਸਿੰਘ ਸ਼ੀਦ ਵਿਚਰਦੇ ਹਨ ਦੇਖਤ ਦੇਖਤ ਨੈ ਮਰਿਓ ਨੈ ਅੰਤ ਨਿਹਾਰਾ ਇਸੇ ਪ੍ਰਕਾਰ ਇੱਕ ਰਾਜਾ ਸੀ ਜਿਹੜਾ ਮਾਇਆ ਦੇ ਲਾਲਚ ਦੇ ਵਿੱਚ ਮਾਇਆ ਇਕੱਠੀ ਕਰਨ ਵਾਸਤੇ ਪਹੁੰਚਾ ਸੀ ਕਿ ਮੈਂ ਜਗਤ ਦੇ ਵਿੱਚ ਘੁੰਮ ਕੇ ਪੈਸਾ ਇਕੱਠਾ ਕਰਾਂ ਤੇ ਇਕੱਠਾ ਕਰਦਾ ਕਰਦਾ ਹੀ ਭਾਈ ਆਪਣੇ ਆਖਰੀ ਸਵਾਸਾਂ ਤੱਕ ਪਹੁੰਚ ਗਿਆ ਮਾਇਆ ਇਕੱਠੀ ਨਹੀਂ ਹੋਈ ਸੰਸਾਰ ਤੋਂ ਚਲਾ ਗਿਆ ਇਸੇ ਪ੍ਰਕਾਰ ਜਿਵੇਂ ਉਹ ਮਾਇਆ ਇਕੱਠੀ ਕਰਦਾ ਕਰਦਾ ਸਾਰੇ ਪਾਸੇ ਫਿਰਦਾ ਸੀ ਸਿੰਘ ਸ਼ਹੀਦ ਮਾਇਆ ਦਾ ਪਸਾਰਾ ਦੇਖਦੇ ਦੇਖਦੇ ਫਿਰਦੇ ਹਨ ਤਿਮਹੀ ਸਕਲ ਸ਼ਹੀਦ ਇਹੋ जग ਪਿਖੈ ਤਮਾਸ਼ਾ ਇਸੇ ਪ੍ਰਕਾਰ ਸਿੰਘ ਸ਼ਹੀਦ ਹੁਣ ਇਹਨਾਂ ਭੁਲੇਖਾ ਖਾ ਜਾਓ ਵੀ ਸਿੰਘ ਸ਼ਹੀਦ ਵੀ ਮਾਇਆ ਇਕੱਠੀ ਕਰਦੇ ਫਿਰਦੇ ਨੇ ਨਹੀਂ ਭਾਈ ਉਹ ਸਤਗੁਰ ਨੇ ਇੱਕ ਉਦਾਹਰਣ ਦਿੱਤੀ ਹੈ ਕਿ ਜਿਵੇਂ ਭਾਈ ਆਪਾਂ ਕਹਿੰਦੇ ਆ ਨਾ ਕਿ ਕੁਬੇਰ ਦੇ ਖਜ਼ਾਨੇ ਬੜੇ ਵੱਡੇ ਨੇ ਤੇ ਐਡੇ ਐਡੇ ਖਜ਼ਾਨਿਆਂ ਦੇ ਮਾਲਕ ਮਾਇਆ ਇਕੱਠੀ ਕਰਦੇ ਕਰਦੇ ਸੰਸਾਰ 'ਚ ਫਿਰਦੇ ਰਹੇ ਪਰ ਪ੍ਰਭੂ ਦਾ ਨਾਮ ਨਹੀਂ ਜਪਿਆ ਇਸੇ ਪ੍ਰਕਾਰ ਉਹਨਾਂ ਮਾਇਆ ਧਾਰੀਆਂ ਦੇ ਤਮਾਸ਼ੇ ਨੂੰ ਦੇਖਦੇ ਹੋਇਆਂ ਸਿੰਘ ਸ਼ਹੀਦ ਵੀ ਸਭ ਪਾਸੇ ਭਾਈ ਵਿਚਰਦੇ ਹਨ ਤਨ ਜੋਨੀ ਅਪਰਨਾ ਤਰੈ ਜਮ ਜੀਵ ਸੁਆਸਾ ਤੇ ਸਿੰਘਾਂ ਸ਼ਹੀਦਾਂ ਨੂੰ ਭਾਈ ਤਨ ਦੀ ਸ਼ਰੀਰ ਦੀ ਜ਼ਰੂਰਤ ਨਹੀਂ ਪੈਂਦੀ ਤੇ ਸਾਡੇ ਵਾਂਗ ਬਾਰੰਬਾਰ ਜੰਮਦੇ ਤੇ ਮਰਦੇ ਨਹੀਂ ਇਹ ਨਾ ਭੁਲੇਖਾ ਖਾਯੋ ਕਿ ਸ਼ਾਇਦ ਸਿੰਘ ਸ਼ਹੀਦ ਜਿਹੜੇ ਨੇ ਉਹ ਭਾਈ ਬਾਰੰਬਾਰ ਜੰਮਦੇ ਨੇ ਅਤੇ ਮਰਦੇ ਨੇ ਪ੍ਰਸਾਦ ਗੁਰੂ ਕਿਰਪਾ ਕਰਦੇ ਨੇ ਉਹਨਾਂ ਨੂੰ ਸ਼ਰੀਰਾਂ ਦੀ ਜ਼ਰੂਰਤ ਨਹੀਂ ਪੈਂਦੀ ਤੇ ਨਾਲ ਇਹ ਵੀ ਗੱਲ ਦਾ ਧਿਆਨ ਰੱਖਣਾ ਹੈ ਕਿ ਭਾਈ ਹੁਣ ਤਰਕਵਾਣ ਇਹ ਵੀ ਗੱਲ ਕਹਿ ਦੇਣਗੇ ਜੀ ਫਿਰ ਉਹ ਪਟਕਦੇ ਰਹਿੰਦੇ ਨੇ ਉਹਨਾਂ ਦੀ ਮੁਕਤੀ ਨਹੀਂ ਹੋਈ 사ਤਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ ਕਿ ਭਾਈ ਉਹ ਜੀਵਨ ਮੁਕਤ ਹਨ ਆਪਣੀ ਮਰਜ਼ੀ ਦੇ ਮਾਲਕ ਹਨ ਸੁਤੰਤਰ ਹਨ ਇਸੇ ਕਰਕੇ ਜਿੱਥੇ ਚਾਹਣ ਜਦੋਂ ਚਾਹਣ ਸੱਚਖੰਡ ਜਾ ਸਕਦੇ ਨੇ ਕਿਸੇ ਦੀ ਭਾਵਨਾ ਪੂਰੀ ਕਰਨ ਵਾਸਤੇ ਪ੍ਰਗਟ ਹੋ ਸਕਦੇ ਨੇ ਤੇ ਸੰਸਾਰ ਦੇ ਅੰਦਰ ਕਿਸੇ ਵੀ ਜੀਵ ਤੇ ਅਸਵਾਰ ਹੋ ਕਰਕੇ ਜਿਹੋ ਜੀ ਕਲਾ ਵਰਤੌਣੀ ਹੋਵੇ ਸਿੰਘ ਸ਼ਹੀਦ ਵਰਤਾ ਸਕਦੇ ਹਨ ਉਹ ਸਾਡੇ ਵਾਂਗ ਬੰਦਨਾ ਦੇ ਮਹਤਾਜ ਨਹੀਂ ਹਨ ਸਭ ਸਮੂਹ ਸ਼ਹੀਦ ਕੀ ਗਤ ਮਿਤ ਲਖ ਐਸੇ ਸਭ ਸ਼ਹੀਦਾਂ ਦੀ ਗਤ ਮੇ ਤੇ ਇਸ ਪ੍ਰਕਾਰ ਹੈ ਤੂੰ ਮੇਰੇ ਪ੍ਰੇਸੇ ਬੁੱਜੀ ਕਹਿ ਤੈਸੇ ਤੁਸੀਂ ਪ੍ਰਿਆ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਹੈ ਇਸ ਕਰਕੇ ਅਸੀਂ ਸਮਝਾ ਰਹੇ ਹਾਂ ਅਹ ਨਾਥ ਜੇ ਸ਼ਕਤ ਧਾਰ ਤਿੰਨ ਸੰਗਤ ਜੋਈ ਇਸੇ ਪ੍ਰਕਾਰ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਿਵੇਂ ਸੰਗਤਾਂ ਨੇ ਸ਼ਕਤੀ ਧਾਰ ਕਰਕੇ ਉਹਨਾਂ ਸਿੰਘਾਂ ਸ਼ਹੀਦਾਂ ਦੇ ਬਾਰੇ ਵਚਨ ਕੀਤੇ ਹਨ ਤੇ ਉਹਨਾਂ ਸਿੰਘਾਂ ਸ਼ਹੀਦਾਂ ਦੀ ਤਾਕਤ ਉਹਨਾਂ ਦਾ ਬਲ ਤੁਹਾਨੂੰ ਸਮਝਾਉਂਦੇ ਹਾਂ ਸਿੱਧ ਅਹ ਸਮਦਾਏ ਜੋ ਸਿੱਧੀ ਤਰ ਸੋਈ ਇਸੇ ਪ੍ਰਕਾਰ ਤਾਕਤ ਦੇ ਸ਼ਕਤੀ ਦੇ ਮਾਲਕ ਉਹਨਾਂ ਦੇ ਉੱਪਰ ਕਿਰਪਾ ਕਰਨ ਵਾਲੇ ਸਿੱਧਾਂ ਨੂੰ ਸਿੱਧੀਆਂ ਦੇਣ ਵਾਲੇ ਰਿੱਧੀਆਂ ਸਿੱਧੀਆਂ ਦੇ ਮਾਲਕ ਉਹ ਸਿੰਘ ਸ਼ਹੀਦ ਹਨ ਭਾਈ ਕਹੇ ਦੀਨ ਵਾਲੀ ਜਿਸੈ ਬਹੁ ਦੀਨ ਕਮਾਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਦੀਨ ਵਾਲੀ ਉਹ ਪ੍ਰਮਾਤਮਾ ਉਹ ਰਾਖਾ ਜੀ ਦੀ ਕਿਰਪਾ ਦੇ ਦੁਆਰਾ ਸਭ ਇਹ ਦੀਨ ਦੀ ਕਾਰ ਕਮਾਉਂਦੇ ਹਨ ਲਖੋ ਮੁਹੰਮਦ ਕੀ ਅਹ ਤਹ ਨਿਕਟ ਰਹਾਵੇ ਇਸੇ ਪ੍ਰਕਾਰ ਮੁਹੰਮਦ ਦੇ ਮੰਨਣ ਵਾਲੇ ਮੁਸਲਮਾਨ ਧਰਮ ਦੇ ਮਤ ਦੇ ਮੰਨਣ ਵਾਲੇ ਉਹ ਮੰਨਦੇ ਹਨ ਕਿ ਜਿਵੇਂ ਮੁਹੰਮਦ ਨੇ ਆਪਣਾ ਦੀਨ ਆਪਣਾ ਪੰਥ ਚਲਾਇਆ ਉਹਦੇ ਮੰਨਣ ਵਾਲੇ ਉਹਨੂੰ ਪ੍ਰਵਾਨ ਹੋ ਗਏ ਇਸੇ ਪ੍ਰਕਾਰ ਅਕਾਲ ਪੁਰਖ ਦੇ ਇਹ ਸਿੰਘ ਸ਼ਹੀਦ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪ੍ਰਵਾਨਿਤ ਹਨ ਨਾਮ ਜਨਾਇਤ ਤਾਹੇ ਕੋ जग ਬਿਖੇ ਕਹਾਵੇ ਤੇ ਜਿਨ੍ਹਾਂ ਨੇ ਭਾਈ ਉਸ ਧਰਮ ਦਾ ਨਾਮ ਜਹਾ ਕਰਕੇ ਕਹਾ ਕਰਕੇ ਆਪਣੇ ਸੰਸਾਰ ਦੇ ਵਿੱਚ ਪ੍ਰਸਿੱਧੀ ਲਈ ਹੈ ਦੂਸਰੇ ਧਰਮਾਂ ਦੀ ਉਦਾਹਰਣ ਸਤਿਗੁਰੂ ਜੀ ਦੇ ਰਹੇ ਨੇ ਇਸੇ ਪ੍ਰਕਾਰ ਸਿੰਘ ਸ਼ਹੀਦਾਂ ਦਾ ਵੀ ਵਰਤਾਰਾ ਹੈ ਨਿਗਰੇ ਬੇਮੁਖ ਹੋਤ ਜੇ ਕਰਤੇ ਮਨ ਪਾਇਆ ਜਿਨ੍ਹਾਂ ਨੇ ਬੇਮੁਖ ਹੋ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਪਾਸਾ ਵਟਿਆ ਹੈ ਤਨ ਤਿਆਗਤ ਹੋਏ ਭੂਤਨ ਤਨ ਪ੍ਰੇਤ ਕੋ ਪਾਇਆ ਜਿਨ੍ਹਾਂ ਨੇ ਮਨ ਦੇ ਪਿੱਛੇ ਲੱਗ ਕਰਕੇ ਗੁਰੂ ਦਾ ਬਚਨ ਨਹੀਂ ਮੰਨਿਆ ਉਹਨਾਂ ਨੇ ਤਨਵੀ त्यागਿਆ ਤੇ ਮਰਨ ਤੋਂ ਬਾਅਦ ਮੁਕਤੀ ਨਹੀਂ ਭੂਤਾਂ ਪ੍ਰੇਤਾਂ ਦੀਆਂ ਜੂਨੀਆਂ ਦੇ ਵਿੱਚ ਭਟਕਣਾ ਪੈਂਦਾ ਹੈ ਭਾਈ ਸੰਕਟ ਵਿਖੇ ਬਤਾਪ ਤੇ ਨਿਜ ਬੈਸ ਮਹਾਨੀ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਈ ਉਹਨਾਂ ਦੇ ਸੰਕਟ ਹਰੇ ਜਾਂਦੇ ਹਨ ਗੁਰ ਬਿਨ ਕਿੰ ਸੁਖ ਕੋ ਲਹੋ ਅੰਦੇ ਅਗਿਆਨੀ ਕਿ ਜਿਹੜੇ ਇਸ ਭਾਵਨਾ ਦੇ ਵਿੱਚ ਰਹਿੰਦੇ ਨੇ ਕਿ ਸ਼ਾਇਦ ਸਾਡੀ ਮੁਕਤੀ ਹੋ ਜਾਣੀ ਹੈ ਗੁਰੂ ਤੋਂ ਬਗੈਰ ਉਹ ਪੁੱਤਾਂ ਬ੍ਰੇਤਾਂ ਦੀਆਂ ਜੂਨਾਂ ਦੇ ਵਿੱਚ ਭਟਕਣਗੇ ਗੁਰੂ ਦੀ ਕਿਰਪਾ ਗੁਰੂ ਦੀ ਮਹਾਨਤਾ ਤੋਂ ਬਗੈਰ ਛਟਕਾਰਾ ਨਹੀਂ ਸੱਚਖੰਡ ਦੇ ਵਿੱਚ ਭਾਈ ਆਸਰਾ ਨਹੀਂ ਹੈ ਸੁਣ ਸਿੱਖਣ ਗੁਰ ਕੋ ਬਚਨ ਮਨ ਬਖੈ ਵਸਾਇਓ ਗੁਰ ਸਿੱਖਾਂ ਨੇ ਗੁਰੂ ਦੇ ਬਚਨ ਸੁਣ ਕਰਕੇ ਆਪਣੇ ਮਨ ਦੇ ਵਿੱਚ ਭਾਵਨਾ ਧਾਰੀ ਵਸਾਏ ਹਨ ਧੰ ਪ੍ਰਭੂ ਪੂਰਨ ਕਲਾ ਤੁਮ ਸਕਲ ਬਤਾਇਓ ਤੇ ਸੱਚੇ ਪਾਤਸ਼ਾਹ ਜੀ ਤੁਸੀਂ ਧੰ ਹੋ ਤੁਹਾਡੀ ਕਲਾ ਪੂਰਨ ਹੈ ਤੁਸੀਂ ਸਮਰੱਥ ਹੋ ਬਚਨ ਸੁਣ ਕਰਕੇ ਸੰਗਤਾਂ ਆਨੰਦਤ ਹੋ ਰਹੀਆਂ ਹਨ ਜੀ ਮੇਂ ਸ਼ਰਨ ਤੁਮਰੀ ਮਲਨ ਲਿਓ ਆਪ ਸੁਧਾਰੀ ਸੱਚੇ ਪਾਤਸ਼ਾਹ ਅਸੀਂ ਮਲੀਨ ਹਾਂ ਮਨ ਮੈਲਾ ਹੈ ਤੇਰੀ ਸ਼ਰਨ ਚ ਆਏ ਆ ਕਿਰਪਾ ਕਰੋ ਆਪ ਹੀ ਸਾਡੇ ਮਨ ਨੂੰ ਧੋ ਕਰਕੇ ਆਪਣੇ ਚਰਨਾਂ 'ਚ ਪ੍ਰਵਾਨ ਕਰੋ ਜੀ ਕਿਆ ਜਾਣ ਨਰਮੰਦ ਮਤ ਗਤ ਅਗਮ ਅਪਾਰੀ ਸੱਚੇ ਪਾਤਸ਼ਾਹ ਅਸੀਂ ਮੰਦ ਬੁੱਧੀ ਆ ਆਪਣੀ ਦੁਨੀਆਵੀ ਬੁੱਧੀ ਦੇ ਨਾਲ ਤੇਰਾ ਲੇਖਾ ਨਹੀਂ ਕਰ ਸਕਦੇ ਤੇਰੀ ਕਿਰਪਾ ਨੂੰ ਸਮਝ ਨਹੀਂ ਸਕਦੇ ਆਪ ਕਿਰਪਾ ਕਰਕੇ ਸਾਡੇ ਤੇ ਤਰਸ ਕਰੋ ਜੀ ਸਤਿਗਦੇਉਸ਼ ਦੁਰ ਪਿਛ ਰਹਿ ਦਿਉ ਗਤ ਅਗਮ ਅਪਾਰੀ ਸੱਚੇ ਪਾਤਸ਼ਾਹ ਹੁਣ ਦੁਰ ਪਿਛ ਜਿਹੜਾ ਕਾਲ ਪਿਆ ਹੋਇਆ ਹੈ ਕਿੰਨਾ ਕ ਸਮਾਂ ਰਹੇਗਾ ਕਿਰਪਾ ਕਰਕੇ ਦੱਸੋ ਜੀ ਅਨ ਥੁਰਿਓ ਸਭ ਦੇਸ਼ ਤੇ ਡੁੱਲ ਗਈ ਲੁਕਾਈ ਸੱਚੇ ਪਾਤਸ਼ਾਹ ਅਨ ਦਾ ਘਾਟਾ ਪੈ ਰਿਹਾ ਹੈ ਦੁਨਿਆਵੀ ਜਿਹੜੀ ਹੈ ਲੋਕ ਤਰਸ ਰਹੇ ਹਨ ਉਸ ਸਮੇਂ ਦਾ ਪ੍ਰਸੰਗ ਹੈ ਜਦੋਂ ਮਹਾਰਾਜ ਵਿਚਰ ਰਹੇ ਸਨ ਕਾਲ ਪਿਆ ਹੋਇਆ ਸੀ ਸੋ ਉਹ ਬਚਨ ਨਾਲ ਦੀ ਨਾਲ ਕਰਦੇ ਨੇ ਕਿ ਮਹਾਰਾਜ ਕਿਰਪਾ ਕਰਕੇ ਇਹ ਵੀ ਦੱਸੋ ਕਿ ਇਹ ਵਿਪਤਾ ਕਦੋਂ ਟਲੇਗੀ। ਸ੍ਰੀ ਮੁਖਤੇ ਕਹਿ ਬਾਕੋ ਦੁੱਖ ਕਾਲ ਬਤਾਇਓ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਭਾਈ ਹੁਣ ਕਾਲ ਦਾ ਦੁੱਖ ਦਾ ਸਮਾਂ ਬੀਤ ਚੁੱਕਾ ਹੈ। ਵਰਖੈ ਕਨਸਵ ਭੂਮ ਪਰ ਅਬ ਸ਼ਮਸੋ ਆਇਓ। ਕਿ ਹੁਣ ਸਮਾਂ ਆ ਗਿਆ ਹੈ ਬਹੁਤ ਭਾਰੀ ਵਰਖਾ ਹੋਵੇਗੀ ਤੇ ਬਹੁਤ ਹਰਿਆਵਲ ਛਾ ਜਾਵੇਗੀ। ਲੋਹਰਾ ਸੁ ਸੰਗਨ ਕਰ ਜੋਰ ਕਰ ਤਰ ਪਰ ਪੰਕਜ ਸੀਸ। ਸਿੱਖਾਂ ਨੇ ਹੱਥ ਜੋੜ ਕਰਕੇ ਸਤਗੁਰ ਦੇ ਚਰਨਾਂ ਦੇ ਅੰਦਰ ਸ਼ੀਸ਼ ਨਵਾ ਕਰਕੇ ਸਤਗੁਰ ਨੂੰ ਨਮਸਕਾਰ ਕੀਤੀ ਹੈ ਤਨ ਤਨ ਸਗਰੇ ਪਨੇ ਜਾਨ ਰੂਪ ਜਗਦੀਸ਼ ਸੱਚੇ ਪਾਤਸ਼ਾਹ ਤੁਸੀਂ ਜਗਦੀਸ਼ ਹੋ ਤੁਸੀਂ ਸਭ ਕੁਝ ਗਿਆਨ ਸਰੂਪ ਹੋ ਜਾਣੀ ਜਾਨ ਹੋ ਮਿਹਰ ਕਰੋ ਦਾਤਾ ਜੀ ਤੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਸਮਾਪਤ ਇਸ ਪ੍ਰਕਾਰ ਉਹਨਾਂ ਸਿੰਘਾਂ ਸ਼ਹੀਦਾਂ ਦਾ ਪ੍ਰਸੰਗ ਉਹ ਸਰਵਣ ਕਰਵਾਇਆ ਹੈ ਤੇ ਨਾਲ ਜਿਹੜੀ ਵਿਪਤਾ ਉਸ ਸਮੇਂ ਪਈ ਹੋਈ ਸੀ ਉਸ ਵਿਪਤਾ ਦੇ ਬਾਰੇ ਸਤਿਗੁਰ ਨੇ ਜਾਣੂ ਕਰਵਾਇਆ ਸੋ ਸਤਿਗੁਰੂ ਕਿਰਪਾ ਕਰਨ ਇਤਿਹਾਸ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਤੇ ਆਪਾਂ ਇੱਥੇ ਹੀ ਇਸ ਪ੍ਰਸੰਗ ਦੀ ਸਮਾਪਤੀ ਕਰਾਂਗੇ ਤੇ ਜਿਨ੍ਹਾਂ ਸ਼ਹੀਦਾਂ ਦੇ ਪਰਥਾਏ ਜਿਨ੍ਹਾਂ ਦੇ ਨਿਮਿਤ ਆਪਾਂ ਇਕੱਤਰ ਹੋਏ ਆ ਜਿਨ੍ਹਾਂ ਨੂੰ ਯਾਦ ਕੀਤਾ ਹੈ ਤੇ ਇੱਕ ਬਚਨ ਸਤਿਗੁਰੂ ਜੀ ਦਾ ਆਇਆ ਸੀ ਕਿ ਭਾਈ ਉਹ ਭੂਤ ਨੇ ਬਣਨਗੇ ਉਹ ਫਿਰਦੇ ਰਹਿਣਗੇ ਜਿਹੜੇ ਗੁਰੂ ਦੀ ਕਿਰਪਾ ਤੋਂ ਮਹਿਰੂਮ ਰਹਿਣਗੇ ਇਸ ਬਚਨ ਨੂੰ ਸਮਝਣਾ ਹੋਵੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਕੋਲ ਸਿੱਖ ਸੰਗਤਾਂ ਨੇ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਨਗਰ ਵਸਾ ਰਹੇ ਆ ਨਗਰ ਵਸਦਾ ਨਹੀਂ ਜਿੰਨਾ ਦਿਨ ਵੇਲੇ ਬਣਾਈਦਾ ਹੈ ਰਾਤ ਵੇਲੇ ਟਹਿ ਜਾਂਦਾ ਹੈ ਕੀ ਖੇਡ ਵਰਤਦੀ ਹੈ ਸਾਨੂੰ ਸਮਝਾਓ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਕਿਰਪਾ ਕੀਤੀ ਭਾਈ ਭੂਤਾਂ ਦਾ ਪ੍ਰੇਤਾਂ ਦਾ ਵਾਸਾ ਹੈ ਜਿਹੜੇ ਟਿਕਣ ਨਹੀਂ ਦਿੰਦੇ ਜਿਹੜੇ ਸਭ ਢਾ ਦਿੰਦੇ ਨੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਹੁਕਮ ਕਰਕੇ ਭੇਜਿਆ ਕਿ ਆ ਛਿਟੀ ਲੈ ਜਾਓ ਤੇ ਜਾ ਕਰਕੇ ਨਗਰ ਦੇ ਦਿਵਾਲੇ ਕਾਰ ਕੱਢ ਦਿਓ ਸੋ ਦਾਸ ਨੂੰ ਹੁਣ ਨਾਮ ਵਿਸਰ ਗਿਆ ਜੇ ਮੈਂ ਗਲਤ ਨਾ ਹੋਵਾਂ ਤੇ ਗੋਇੰਦਵਾਲ ਸਾਹਿਬ ਦਾ ਨਗਰ ਹੈ ਜੀ ਹਾਂਜੀ ਗੋਇੰਦਵਾਲ ਸਾਹਿਬ ਨਗਰ ਦੀ ਹੈ ਗੱਲ ਹੈ ਤੇ ਸਤਗੁਰ ਨੇ ਭੇਜਿਆ ਕਿ ਭਾਈ ਲਾਓ ਬਾਣੀ ਪੜ੍ਹਨੀ ਹੈ ਤੇ ਛੋਟੀ ਦੇ ਨਾਲ ਕਾਰ ਕੱਢ ਦੇਣੀ ਹੈ ਕਿਸੇ ਵੀ ਭੂਤ ਪ੍ਰੇਤ ਦਾ ਵਸ ਨਹੀਂ ਕਿ ਨਗਰ ਦੇ ਉੱਪਰ ਉਹ ਸਾਹਾ ਪਾ ਸਕੇ ਗੁਰੂ ਅਮਰਦਾਸ ਮਹਾਰਾਜ ਨੇ ਜਾ ਕੇ ਕਿਰਪਾ ਕੀਤੀ ਕਾਰ ਕੱਢੀ ਤੇ ਉਸ ਵਕਤ ਉਸ ਸਮੇਂ ਦੇ ਵਿੱਚ ਇੱਕ ਐਸੀ ਉਹ ਪ੍ਰੇਤ ਦੀ ਮਾਤਾ ਜਿਹੜੀ ਗਰਭਵਤੀ ਸੀ ਬਹੁਤਾ ਤੰਗ ਕਰਦੀ ਸੀ ਤੇ ਮਹਾਰਾਜ ਨੇ ਸੋਟੀ ਮਾਰੀ ਹੈ ਤੇ ਉਹ ਡਿੱਗੀ ਹੈ ਤੇ ਡਿੱਗਦੇ ਅਸਾਰ ਜਿਹੜਾ ਪੇਟ ਦੇ ਅੰਦਰ ਉਹਦੇ ਪਲਣ ਵਾਲਾ ਬੱਚਾ ਸੀ ਉਹਦੇ ਸੱਟ ਲੱਗੀ ਹੈ ਉਹਦੀ ਅੱਖ ਤੇ ਅਸਰ ਪਿਆ ਹੈ ਉਥੋਂ ਛੱਡਿਆ ਇਸਾ ਉਸ ਨਗਰ ਨੂੰ ਤੇ ਮਹਾਰਾਜ ਨੂੰ ਪੁੱਛਿਆ ਕਿ ਹੁਣ ਜਾਈਏ ਕਿੱਥੇ ਤੇ ਖਾਈਏ ਕਿੱਥੇ ਤੇ ਉਹਨਾਂ ਨੇ ਹੱਥ ਕਰਕੇ ਇਸ਼ਾਰਾ ਕੀਤਾ ਹੈ ਭਾਈ ਇਧਰ ਟਿੱਬਿਆਂ ਵਾਲੇ ਪਾਸੇ ਨੂੰ ਨਿਕਲ ਜਾਓ ਦੁਨੀਆ ਦੇ ਵਿੱਚ ਤੁਹਾਡਾ ਇੱਥੇ ਸੰਸਾਰ ਦੇ ਲੋਕਾਂ ਦੇ ਵਿੱਚ ਕੋਈ ਰਹਿਣ ਦਾ ਮਤਲਬ ਨਹੀਂ ਸੋ ਮੈਂ ਟੂਕਾ ਮਾਤਰ ਜ਼ਿਕਰ ਕਰਕੇ ਤੁਹਾਡਾ ਧਿਆਨ ਜੋੜਾਂ ਇਸੇ ਪ੍ਰਕਾਰ ਸਮਾਂ ਆਇਆ ਹੈ ਉਹੀ ਕਾਣਾ ਦਿਓ ਜਿਹੜਾ ਬਠਿੰਡੇ ਦੇ ਕਿਲੇ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੱਢਿਆ 10ਵੇਂ ਜਾਮੇ ਦੇ ਅੰਦਰ ਜਦੋਂ 사ਤਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ ਤੇ ਜਾ ਕਰਕੇ ਸਿੱਖਾਂ ਨੇ ਦੱਸਿਆ ਕਿ ਮਹਾਰਾਜ ਕਿਲੇ ਦੇ ਅੰਦਰ ਇੱਕ ਦਿਓ ਰਹਿੰਦਾ ਹੈ ਫਸਲਾਂ ਉਜਾੜ ਦਿੰਦਾ ਹੈ ਫਸਲਾਂ ਦਾ ਖਰਾਬਾ ਕਰ ਦਿੰਦਾ ਹੈ ਕਿਰਪਾ ਕਰੋ ਤਰਸ ਕਰੋ ਖੜੇ ਖੇਤਾਂ ਨੂੰ ਅੱਗ ਲੱਗ ਜਾਂਦੀ ਹੈ ਅੰਨ ਸੜ ਕੇ ਸੁਆਹ ਹੋ ਜਾਂਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾ ਕਰਕੇ ਕਿਲੇ ਦੇ ਅੰਦਰ ਚਰਨ ਪਾਏ ਨੇ ਤੇ ਜਦੋਂ ਉਸ ਕਾਣੇ ਦਿਓ ਨੂੰ ਕੱਢਿਆ ਏ ਤੇ ਸਤਿਗੁਰ ਨੇ ਪੁੱਛਿਆ ਕਿ ਭਾਈ ਕੌਣ ਐ 10 ਸੰਗਤਾਂ ਨੂੰ ਤੇ ਉਸ ਦਿਓ ਨੇ ਫਿਰ ਦੱਸਿਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਤੋਂ ਭਟਕਦਾ ਆ ਰਿਆਂ ਇਸੇ ਕਰਕੇ ਜਦੋਂ ਮੇਰੀ ਗਰਭਵਤੀ ਮਾਤਾ ਡਿੱਗੀ ਸੀ ਤੇ ਮੇਰੇ ਅੱਖ ਦੇ ਉੱਪਰ ਸੱਟ ਵੱਜੀ ਸੀ ਕਾਣਾ ਦਿਓ ਉਸ ਸਮੇਂ ਦਾ ਮੈਂ ਉਸ ਮਾਤਾ ਦਾ ਬੱਚਾ ਹਾਂ ਗੁਰੂ ਅਮਰਦਾਸ ਨੇ ਉੱਥੋਂ ਕੱਢਿਆ ਸੀ ਤੇ ਅੱਜ 10ਵੇਂ ਜਾਮੇ 'ਚ ਆ ਕੇ ਤੁਸੀਂ ਉਧਾਰ ਕਰਨ ਆ ਗਏ ਹੋ ਤੇ ਜਿਹੜੇ ਕਹਿੰਦੇ ਭਾਈ ਭੂਤ ਪ੍ਰੇਤ ਹੁੰਦੇ ਨਹੀਂ ਗੁਰੂ ਕੀ ਗੁਰਬਾਣੀ ਜ਼ਿਕਰ ਕਰਦੀ ਹੈ ਚੰਗੀਆਂ ਤੇ ਮਾੜੀਆਂ ਰੂਹਾਂ ਹੁੰਦੀਆਂ ਨੇ ਸੰਸਾਰ 'ਚ ਵਿਚਰਦੀਆਂ ਨੇ ਪਰ ਜਿਹੜੇ ਗੁਰਮੁਖ ਨੇ ਜਿਹੜੇ ਗੁਰਸਿੱਖ ਨੇ ਬਾਣੀ ਪੜਨ ਵਾਲੇ ਨੇ ਉਹਨਾਂ ਦੇ ਉੱਪਰ ਇਹਨਾਂ ਦਾ ਭਾਈ ਕੋਈ ਪ੍ਰਭਾਵ ਨਹੀਂ ਪੈਂਦਾ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੂੰ ਸ਼ਹੀਦੀ ਦੇਣ ਵਾਸਤੇ ਦਿੱਲੀ ਵਿਖੇ ਜਦੋਂ ਜਾਣਾ ਸੀ ਤੇ ਸਤਿਗੁਰੂ ਨੂੰ ਹਵੇਲੀ ਦੇ ਵਿੱਚ ਠਹਿਰਾਇਆ ਗਿਆ ਸੀ ਜਿਹਨੂੰ ਭੂਤਾਂ ਦੀ ਹਵੇਲੀ ਕਿਹਾ ਜਾਂਦਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਵੀ ਉਸ ਭੂਤ ਦਾ ਉਧਾਰ ਕੀਤਾ ਹੈ ਸੋ ਮੈਂ ਐਸਾ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਰੱਖ ਰਿਹਾ ਕਿ ਕੋਈ ਸ਼ੰਕਾ ਨਾ ਕਰ ਲਵੇ ਜੀ ਭੂਤਾਂ ਪ੍ਰੇਤਾਂ ਦੀਆਂ ਕਿਹੜੀਆਂ ਕਹਾਣੀਆਂ ਸੁਣਾ ਦਿਤੀਆਂ ਇਹ ਤੇ ਹੈ ਹੀ ਨਹੀਂ ਤੇ ਸਤਿਗੁਰੂ ਕਿਰਪਾ ਕਰਕੇ ਫਿਰ ਆਪ ਦੱਸਦੇ ਨੇ ਕਿ ਚੰਗੀਆਂ ਤੇ ਮਾੜੀਆਂ ਜੂਨਾ ਹੁੰਦੀਆਂ ਨੇ ਤੇ ਉਹਨਾਂ ਤੇ ਅਸਰ ਕਰਦੀਆਂ ਨੇ ਜਿਨ੍ਹਾਂ ਦੇ ਜੀਵਨ 'ਚ ਟਿਹਲਾਈ ਹੋਵੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਬਾਣੀ ਦਾ ਆਸਰਾ ਨਹੀਂ ਜਿਵੇਂ ਇੱਕ ਖਾਣ ਪੀਣ ਵਾਲਾ ਵਿਅਕਤੀ ਕਦੇ ਵੀ ਗੁਰਮੁਖ ਦੇ ਕੋਲ ਨਹੀਂ ਬੈਠੇਗਾ ਉਹਦੀ ਸੰਗਤ ਕਰੇਗਾ ਜਿਹੜਾ ਉਹਦੇ ਵਰਗਾ ਹੋਵੇਗਾ ਤੇ ਜਿਹਨੂੰ ਪਤਾ ਹੋਵੇ ਕਿ ਭਾਈ ਇਹ ਮੇਰੇ ਨਾਲ ਸਾਥ ਨਿਭਾ ਦੇਗਾ ਤੇ ਉਹਦੇ ਲਾਗੇ ਲਾਗੇ ਫਿਰਦਾ ਰਹੇਗਾ ਕਿ ਚਲੋ ਸਮਾਂ ਬਣੇ ਤੇ ਆਪਾਂ ਆਪਣਾ ਕਾਰਜ ਕਰੀਏ ਚੱਲ ਕੇ ਇਸੇ ਪ੍ਰਕਾਰ ਗੁਰਸਿੱਖ ਬਾਣੀ ਪੜਨ ਵਾਲਿਆਂ ਵਾਸਤੇ ਸ਼ਹੀਦ ਸਿੰਘਾਂ ਦਾ ਪਹਿਰਾ ਰਹਿੰਦਾ ਏ ਸ਼ਹੀਦ ਸਿੰਘਾਂ ਦੀਆਂ ਕਿਰਪਾ ਵਰਤਦੀ ਹੈ ਤੇ ਜਿਹੜੇ ਭਾਈ ਮਨਮੁੱਖ ਹਨ ਦੁਰਾਚਾਰੀ ਹਨ ਉਤੋਂ ਭਾਵੇਂ ਸਰੂਪ ਕਿਹੋ ਜਿਹਾ ਹੋਵੇ ਪਰ ਮਨ ਮੈਲਾ ਏ ਦੂਜਿਆਂ ਦੇ ਪ੍ਰਤੀ ਨਫ਼ਰਤ ਰੱਖਦੇ ਨੇ ਬੀਬੀਆਂ ਨੂੰ ਮਾੜੀ ਅੱਖ ਦੇ ਨਾਲ ਦੇਖਦੇ ਨੇ ਕਾਮ ਵਸ ਗਰਸੇ ਹੋਏ ਨੇ ਤੇ ਐਸੀਆਂ ਭੂਤ ਪ੍ਰੇਤਾਂ ਦੀਆਂ ਜੂਨਾ ਦਾ ਪ੍ਰਭਾਵ ਉਹਨਾਂ ਤੇ ਪੈਂਦਾ ਏ ਆ ਜੋ ਕੁਝ ਦੇਖਦੇ ਆ ਨਾ ਦੁਨੀਆ 'ਚ ਇਸ ਵਕਤ ਹੋ ਰਿਹਾ ਏ ਕਿ ਜਿਹੋ ਜਿਹਾ ਦੇਖਿਆ ਜਾਂਦਾ ਹੈ ਜਿਹੋ ਜਿਹਾ ਸੁਣਿਆ ਜਾਂਦਾ ਹੈ ਫਿਰ ਛੋਟੀਆਂ-ਛੋਟੀਆਂ 4-4 ਸਾਲ ਦੀਆਂ ਬੱਸੀਆਂ ਬੱਚੀਆਂ ਦੇ ਨਾਲ ਜੋ ਕੁਝ ਵਾਪਰ ਰਿਹਾ ਹੈ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਇਹ ਉਹ ਮਾੜੀਆਂ ਰੂਹਾਂ ਦਾ ਅਸਰ ਹੈ ਮਨੁੱਖ ਦੇ ਅੰਦਰ ਉਹ ਵਾਸ਼ਨਾ ਪੈਦਾ ਹੋ ਗਈ ਉਹ ਵਿਕਾਰ ਪੈਦਾ ਹੋ ਗਏ ਗੁਰਸਿੱਖੀ ਦਾ ਰਾਹ ਛੱਡ ਕੇ ਕੁਰਾਹੇ ਪੈ ਗਏ ਭੂਤਨਾ ਕੌਣ ਹੈ ਜਿਹੜਾ ਭਾਈ ਪੁੱਠੇ ਕਾਰਜਾਂ ਦੇ ਵਿੱਚ ਲੱਗਾ ਹੋਇਆ ਹੈ ਤੇ ਸਤਗੁਰੂ ਕਿਰਪਾ ਕਰਕੇ ਦੱਸਦੇ ਨੇ ਆਪਣੇ ਕੋਲ ਇਨਾ ਸਮਾਂ ਨਹੀਂ ਮੈਂ ਪੂਰਾ ਵਿਸਥਾਰ ਕਰਾਂ ਪਰ ਤੁਹਾਡੇ ਗਿਆਤ ਵਸ ਬੇਨਤੀ ਕਰ ਦੇਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਿਰਾਜਮਾਨ ਸਨ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਬੜਾ ਸੁਣਦੇ ਆਂ ਭੂਤਾਂ ਪ੍ਰੇਤਾਂ ਬਾਰੇ ਇਹ ਵਾਕਈ ਹੁੰਦੇ ਨੇ ਕਿ ਐਵੇਂ ਝੂਠ ਹੀ ਗੱਲਾਂ ਨੇ ਤੇ ਮਹਾਰਾਜ ਨੇ ਭਾਈ ਮੁਸਕਰਾ ਕੇ ਕਿਹਾ ਕਿ ਭਾਈ ਇਹ ਜੂਨਾ ਹੁੰਦੀਆਂ ਨੇ ਤੇ ਸਿੱਖਾਂ ਨੇ ਫਿਰ ਬੇਨਤੀ ਕੀਤੀ ਮਹਾਰਾਜ ਇਹ ਹੁੰਦੀਆਂ ਨੇ ਤੇ ਫਿਰ ਸਾਨੂੰ ਵੀ ਦਿਖਾਓ ਸਾਨੂੰ ਤੇ ਦਿਖਦਾ ਕੁਝ ਨਹੀਂ ਤੇ ਮਹਾਰਾਜ ਨੇ ਕਿਰਪਾ ਕੀਤੀ ਕਲਾ ਵਰਤਾਈ ਉਸੇ ਵਕਤ ਅੱਖਾਂ ਮੀਟੀਆਂ ਨੇ ਤੇ ਸਿੱਖਾਂ ਨੂੰ ਕਿਹਾ ਭਾਈ ਦੇਖੋ ਦਰਸ਼ਨ ਕਰੋ ਦੂਰ ਕੀ ਜਾਣਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਤੁਹਾਨੂੰ ਵਿਖਾ ਦਿੰਨੇ ਆ ਤੇ ਜਦੋਂ ਸਿੱਖਾਂ ਨੇ ਨਜ਼ਰ ਮਾਰੀ ਜਿਹੜੇ ਰਸਤੇ ਆਨੰਦਪੁਰ ਨੂੰ ਚਲੇ ਆ ਰਹੇ ਨੇ ਭਾਈ ਰਸਤੇ ਦੇ ਰਸਤੇ ਭਰੇ ਪਏ ਨੇ ਭੂਤਾਂ ਪ੍ਰੇਤਾਂ ਦੇ ਨਾਲ ਐਸੇ ਐਸੇ ਕਰੂਪ ਸਰੂਪ ਐਸੀਆਂ ਐਸੀਆਂ ਵਿਕਲਪ ਰੂਹਾਂ ਐਸੇ ਐਸੇ ਟੇਡੀਆਂ ਮੇਡੀਆਂ ਜੂਨਾ ਜਦੋਂ ਸਿੱਖਾਂ ਨੇ ਵੇਖੀਆਂ ਤੇ ਹੈਰਾਨ ਪਰੇਸ਼ਾਨ ਹੋ ਗਏ ਮਹਾਰਾਜ ਐਨੇ ਰਸਤੇ ਦੇ ਰਸਤੇ ਭਰੇ ਆ ਰਹੇ ਨੇ ਇੰਨੇ ਏਡੀ ਗਿਣਤੀ ਕਿਦਾਂ ਤੇ ਮਹਾਰਾਜ ਨੇ ਭਾਈ ਬਚਨ ਕੀਤੇ ਸਨ ਕਿ ਗੁਰਸਿੱਖੋ ਜਿਹੜਾ ਗੁਰਸਿੱਖ ਤੇ ਜਿਹੜੀ ਬੀਬੀ ਬੇਅਮਰਤੀਏ ਨੇ ਗੁਰੂ ਦੀ ਹਜ਼ੂਰੀ ਚ ਆਨੰਦ ਕਾਰਜ ਕਰਦੇ ਨੇ ਉਸ ਵਕਤ ਇਹਨਾਂ ਪ੍ਰੇਤਾਂ ਦਾ ਇਹ ਵਾਸਾ ਹੋਇਆ ਕਰਦਾ ਹੈ ਉਹਨਾਂ ਦੇ ਸਰੀਰ ਦਾ ਰੋਮ ਤੋੜ ਲਿਆ ਕਰਦੇ ਨੇ ਤੇ ਜੇਕਰ ਆਪਣੇ ਜੀਵਨ ਦੇ ਅੰਦਰ ਇੰਗਰੂਰ ਦੇ ਮਤ ਰਹਿਤ ਮਰਿਆਦਾ ਦੇ ਵਿੱਚ ਅੰਮ੍ਰਿਤ ਛਕ ਕੇ ਜੀਵਨ ਦੇ ਵਿੱਚ ਨਹੀਂ ਆਏ ਤੇ ਜੀਵਨ ਤੋਂ ਉਪਰੰਤ ਇਹਨਾਂ ਦੀ ਗਿਣਤੀ ਉਹਨਾਂ ਭੂਤਾਂ ਪ੍ਰੇਤਾਂ ਦੇ ਵਿੱਚ ਹੁੰਦੀ ਹੈ ਤੇ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਅਸੀਂ ਆਪਣਾ ਵਾਅਦਾ ਇਸ ਪ੍ਰਕਾਰ ਕਰਦੇ ਹਾਂ ਕਿ ਜਿਹੜੇ ਤੇਰੀ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਤੇ ਕਰਦੇ ਨੇ ਪਰ ਗੁਰੂ ਵਾਲੇ ਨਹੀਂ ਬਣਦੇ ਉਹਨਾਂ ਨੂੰ ਅਸੀਂ ਆਪਣੇ ਨਾਲ ਰਲਾ ਲਿਆ ਕਰਦੇ ਹਾਂ ਤੇ ਹੁਣ ਇਹਨੂੰ ਭਾਈ ਕੋਈ ਭਰਮ ਭੁਲੇਖਾ ਨਾ ਸਮਝਿਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਆਪ ਦੇ ਬਚਨ ਨੇ ਕਿਉਂਕਿ ਜਿਹੜੇ ਤੇ ਅੰਮ੍ਰਿਤਧਾਰੀ ਸਿੰਘ ਹਨ ਉਹ ਤੇ ਸਮਝਣਗੇ ਤੇ ਜਿਹੜੇ ਹਜੇ ਨਹੀਂ ਜਾਜੇ ਚੜੇ ਉਹ ਕਹਿਣਗੇ ਵਿਗਿਆਨੀ ਜੀ ਹੁਣ ਨਵਾਂ ਪੰਗਾ ਪਾ ਚੱਲੇ ਆ ਵੀ ਹੁਣ ਆਨੰਦਕਾਰਜ ਤੇ ਕਰਾਏ ਨੇ ਤੇ ਹੁਣ ਜਾਈਏ ਕਿੱਥੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਭਾਈ ਸੋ ਸਤਿਗੁਰੂ ਕਿਰਪਾ ਕਰਦੇ ਨੇ ਕਿ ਖੰਡੇ ਬਾਟੇ ਦੀ ਪੌਲ ਛੱਕ ਕੇ ਜੀਵਨ ਦੇ ਵਿੱਚ ਆਵੇ ਤਦ ਹੀ ਮੁਕਤੀ ਹੈ ਨਹੀਂ ਤੇ ਇਹੋ ਜੀਆਂ ਟੇਡੀਆਂ ਜੂਨਾਂ ਦੇ ਵਿੱਚ ਭਾਈ ਭਟਕਣਾ ਭਵੇਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਇਹ ਵੀ ਦੱਸਦੇ ਨੇ ਸਭ ਤੋਂ ਨਖਿੱਧ ਜੁਨੀ ਪ੍ਰੇਤ ਦੀ ਹੈ ਸਵਾਮਣ ਖੂਨ ਪੀ ਕੇ ਰੱਜਦਾ ਇਨਸਾਨ ਦਾ ਸੂਈ ਦੇ ਨੱਕੇ ਦੇ ਬਰਾਬਰ ਮੂੰਹ ਹੋਇਆ ਕਰਦਾ ਹੈ ਸਾਨੂੰ ਨਜ਼ਰੀ ਨਹੀਂ ਆਉਂਦਾ ਪਰ ਐਸੀ ਨਖਿੱਧ ਜੁਨੀ ਹੈ ਜਿਹਨੂੰ ਹੱਥ ਲਾ ਦੇਵੇ ਉਹ ਵੀ ਪਿੱਟਿਆ ਜਾਂਦਾ ਹੈ ਉਹ ਵੀ ਭ੍ਰਿਸ਼ਟ ਹੋ ਜਾਂਦਾ ਹੈ ਤੇ ਸੰਗਤ ਜੀ ਅੱਜ ਜੇ ਦੇਖਿਆ ਜਾਵੇ ਸੰਸਾਰ ਦੇ ਅੰਦਰ ਜਿਹੜਾ ਪਸਾਰਾ ਚੱਲਿਆ ਹੋਇਆ ਹੈ ਸੰਸਾਰ ਦੇ ਅੰਦਰ ਜਿਹੜਾ ਇਹ ਕੂੜ ਕਬਾੜੇ ਦਾ ਰੌਲਾ ਪੈ ਰਿਹਾ ਹੈ ਇਸੇ ਕਾਰਨ ਵੱਸ ਹੈ ਕਿ ਗੁਰੂ ਕੀ ਗੁਰਬਾਣੀ ਗੁਰੂ ਕੀ ਰਹਿਤ ਤੋਂ ਟੁੱਟੇ ਹੋਏ ਆਂ ਤੇ ਐਸੀਆਂ ਐਸੀਆਂ ਟੇਡੀਆਂ ਮੇਡੀਆਂ ਜੂਨਾ ਦੇ ਪ੍ਰਭਾਵ ਅਧੀਨ ਇਹ ਸਾਰੇ ਕਾਰਜ ਵਰਤਦੇ ਨੇ ਤੇ ਸੰਗਤ ਦੀ ਯਾਦ ਰੱਖਿਓ ਕਿਸੇ ਦੀ ਨਿੰਦਿਆ ਨਹੀਂ ਕਿਸੇ ਦੇ ਨਾਲ ਮੇਰਾ ਕੋਈ ਵੈਰ ਵਿਰੋਧ ਨਹੀਂ ਪਰ ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ ਗੁਰੂ ਕੇ ਨਿਮਿਤ ਸਵਾਹ ਕਰਦਿਆਂ ਹੋਇਆ ਭਾਈ ਅੰਨ ਦਾ ਦਾਨ ਕਰਨਾ ਕਦੇ ਪ੍ਰਾਤਨ ਸਮੇਂ 'ਚ ਕੋਈ ਬਜ਼ੁਰਗ ਇੱਥੇ ਬੈਠੇ ਹੋ ਦੱਸਿਓ ਕਿਸੇ ਨੇ ਕਦੇ ਦੇਖਿਆ ਹੋਵੇ ਕਿ ਭਾਈ ਖੇਤਾਂ ਨੂੰ ਅੱਗ ਲੱਗ ਗਈ ਤੇ ਖੇਤ ਸੜ ਕੇ ਸੁਆਹ ਹੋ ਗਏ ਪ੍ਰਾਤਨ ਸਮੇਂ 'ਚ ਕੋਈ ਘਟਨਾ ਵਾਪਰੀ ਉਸ ਸਮੇਂ ਅੰਨ ਵੀ ਥੋੜਾ ਸੀ ਸੇਵਾ ਵੀ ਸਾਡੇ ਕੋਲ ਥੋੜੀ ਸੀ ਸਾਧਨ ਵੀ ਥੋੜੇ ਸੀ ਪਰ ਫਿਰ ਵੀ ਮਾਈਆਂ ਬੀਬੀਆਂ ਇੱਕ ਕੌਲੀ ਆٹے ਦੀ ਕਿੰਨੀ ਹੁੰਦੀ ਹੈ ਸੰਗਰਾਮ ਤੇ ਲੈ ਕੇ ਜਾ ਕੇ ਤੇ ਗੁਰਦੁਆਰਾ ਸਾਹਿਬ ਦੇ ਕੇ ਆਉਣੀ ਮੇਰਾ ਹਿੱਸਾ ਲੰਗਰਾਂ ਚ ਪੈ ਜਾਏ ਠੰਡੇ ਜਲ ਦੀ ਸ਼ਵੀਲ ਲਗਣੀ ਸਾਦੇ ਪਾਣੀ ਦੀ ਸ਼ਵੀਲ ਲਗਣੀ ਤੇ ਸੰਗਤਾਂ ਨੇ ਘਰੋਂ ਗੁੜ ਅਦਕ ਲਿਆ ਕਰਕੇ ਪਾ ਦੇਣਾ ਕਿ ਮੇਰਾ हिसाब ਆ ਜਾਏ ਉਹ ਤੇਰੀ ਕੱਢੀ ਹੋਈ ਦਸਵੰਦ 10 ਗੁਣਾ ਫਲੀਪੂਤੋ ਕਰਕੇ ਤੈਨੂੰ ਮਿਲਿਆ ਕਰਦੀ ਸੀ ਤੇ ਅੱਜ ਜਿਹੜੇ ਬਹੁਤੇ ਸਿਆਣੇ ਇਹ ਗੱਲ ਕਹਿੰਦੇ ਨੇ ਜੀ ਕਾਰ ਸੇਵਾ ਵਾਲੇ ਪੀਪਾ ਲੈ ਕੇ ਮੰਗਣ ਆ ਗਏ ਤੇ ਇਹਨਾਂ ਨੂੰ ਘਰੇ ਨਾ ਵੜਨ ਦਿਓ ਇਹਨਾਂ ਦੀਆਂ ਬੋਰੀਆਂ ਚਕਾ ਦਿਓ ਤੇ ਜਦੋਂ ਹਜ਼ਾਰਾਂ ਦੇ ਹਜ਼ਾਰਾਂ ਖੇਤਾਂ ਨੂੰ ਅੱਗ ਲੱਗਦੀ ਹੈ ਫਿਰ ਦੇਣ ਵਾਲਾ ਦਾਤਾਰ ਜਦੋਂ ਲੈ ਕੇ ਜਾਂਦਾ ਹੈ ਉਹਦੇ ਤੋਂ ਬਚਾ ਕਿਵੇਂ ਕਰੋਗੇ ਤੇ ਸਤਿਗੁਰੂ ਜੀ ਕਹਿੰਦੇ ਨੇ ਨਾ ਕਿ ਭਾਈ ਜਿਹੜਾ ਗੁਰੂ ਨਾ ਦੇਵੇ ਪਰ ਬਾਬਰ ਕੇ ਲੈ ਜਾਇਆ ਕਰਦੇ ਨੇ ਧੱਕੇ ਦੇ ਨਾਲ ਸੋ ਕੋਈ ਭਰਮ ਭੁਲੇਖਾ ਮਨ 'ਚ ਨਾ ਰੱਖਿਓ ਸੇਵਾ ਕਰਕੇ ਵੇਖ ਲਓ ਗੁਰੂ ਦੇ ਘਰ ਦੇ ਅੰਦਰ ਕੀਤੀਆਂ ਹੋਈਆਂ ਸੇਵਾਵਾਂ 'ਚ ਹਿੱਸਾ ਪਾ ਕੇ ਦੇਖ ਲਓ ਆਪਣੇ ਜੀਵਨ ਚ ਦਾਨ ਕਰਕੇ ਦੇਖ ਲਓ ਕੱਲ ਵੀ ਮਹਾਰਾਜ ਨੇ ਕਿਰਪਾ ਕੀਤੀ ਰਿਹਾ ਆਪਾ ਬਚਨ ਪੜਿਆ ਸੀ ਕਿ ਖੇਤੀ ਦਾ ਬੀਜ ਪਾਉਣ ਲੱਗਿਆਂ ਵੀ ਅਰਦਾਸ ਕਰਨੀ ਹੈ ਮਹਾਰਾਜ ਕਿਰਪਾ ਕਰਕੇ ਆਉਣ ਵਾਲੀਆਂ ਔਕੜਾਂ ਤੋਂ ਤੈਨੂੰ ਬਚਾ ਲੈਂਦਾ ਹੈ ਅੱਜ ਗੁਰੂ ਤੋਂ ਟੁੱਟ ਗਏ ਗੁਰੂ ਦੀ ਸੇਵਾ ਤੋਂ ਟੁੱਟ ਗਏ ਗੁਰੂ ਸਿੱਖਾਂ ਦੇ ਜੀਵਨ ਤੋਂ ਟੁੱਟ ਗਏ ਗੁਰਬਾਣੀ ਤੋਂ ਟੁੱਟ ਗਏ ਅਰਦਾਸ ਤੋਂ ਟੁੱਟ ਗਏ ਅੰਮ੍ਰਿਤ ਵੇਲੇ ਤੋਂ ਵੀ ਟੁੱਟ ਗਏ ਭਾਈ ਨਿੰਦਿਆਂ ਨੂੰ ਆਪਣਾ ਹਥਿਆਰ ਬਣਾ ਲਿਆ ਤੇ ਸੁੱਖ ਕਿੱਥੋਂ ਪ੍ਰਾਪਤ ਹੋਣਗੇ ਸਤਿਗੁਰੂ ਕਿਰਪਾ ਕਰਨ ਰਹਿਮਤ ਕਰਨ ਸਿੰਘ ਆਸ਼ੀਸ਼ਾਂ ਦੇ ਮਨਾਏ ਹੋਏ ਪੁਰਬਤਾ ਦੀ ਸਫਲੇ ਨੇ ਜੇ ਮਨ ਦੇ ਅੰਦਰ ਭਾਵਨਾ ਆਵੇ ਮਨ ਦੇ ਅੰਦਰ ਵਿਚਾਰ ਬਣੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਜੁੜਨ ਦਾ ਤੇ ਜਦੋਂ ਵੀ ਸਮਾਂ ਮਿਲੇ ਗੁਰੂ ਕੇ ਖੰਡੇ ਬਾਟੇ ਦੀ ਪੌਲ ਪਾਈ ਜਰੂਰ ਸ਼ਕੋ ਓਨੀ ਦੇਰ ਤੱਕ ਉਧਾਰ ਨਹੀਂ ਮਹਾਰਾਜ ਕਿਰਪਾ ਕਰਦੇ ਨੇ ਦਾਤਾਂ ਦਿੰਦੇ ਨੇ ਪਰ ਖੁਸ਼ੀ ਉਹਨਾਂ ਤੇ ਹੀ ਹੈ ਜਿਹੜੇ ਗੁਰਸਿੱਖ ਨੇ ਤੇ ਇੱਕ ਬਚਨ ਇਹਨਾਂ ਮੁਲਕਾਂ ਦੇ ਵਿੱਚ ਆਪਾਂ ਵਸਦੇ ਆਂ ਤੁਹਾਡੇ ਨਾਲ ਹੋਰ ਸਾਂਝਾ ਕਰਦੇ ਆਂ ਕਈ ਵਾਰ ਕੰਮ 'ਚ ਕਠਿਨਾਈ ਆਉਂਦੀ ਐ ਅਜੇ ਜੀਵਨ ਚ ਟਿਹਲਾਈ ਐ ਲੱਗਦਾ ਐ ਕਿ ਭਾਈ ਰਹਿਤ ਵਹਿਤ ਦੇ ਵਿੱਚ ਪੂਰੇ ਨਹੀਂ ਹੋ ਸਕਦੇ ਘੱਟ ਤੋਂ ਘੱਟ ਜੇ ਚਾਹੋ ਤੇ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕਰਕੇ ਚੂੜਾ ਜ਼ਰੂਰ ਛਕ ਲਓ ਤੇ ਆਗਿਆ ਲੈ ਲਓ ਕਿ ਅੱਜ ਤੋਂ ਅਸੀਂ ਰਹਿਤ ਰੱਖਣੀ ਐ ਕੁਝ ਸਮਾਂ ਲੱਗੇਗਾ ਖਾਣਾ ਪੀਣਾ ਮੂੰਹ ਤੇ ਸੰਕੋਚ ਕਰੋ ਰਹਿਤवान ਹੋਵੋ ਤੇ ਜਦੋਂ ਸਤਿਗੁਰੂ ਦੀ ਕਿਰਪਾ ਹੋ ਜਾਏ ਤੇ ਖੰਡੇ ਬਾਟੇ ਦੀ ਪੌਲ ਛੱਕ ਕੇ ਅੰਮ੍ਰਿਤ ਧਾਰੀ ਹੋਈਏ ਘੱਟ ਤੋਂ ਘੱਟ ਇੰਨਾ ਕਾਰਜ ਜ਼ਰੂਰ ਕਰੀਏ ਇਹ ਤੇ ਆਪਾਂ ਕਰ ਸਕਦੇ ਹਾਂ ਸੋ ਸਤਿਗੁਰੂ ਰਹਿਮਤ ਕਰਨ ਤਿੰਨ ਦਿਨ ਆਪਜੀ ਦੀ ਸੇਵਾ ਦੇ ਵਿੱਚ ਸਤਿਗੁਰ ਨੇ ਹਾਜ਼ਰੀਆਂ ਭਰਨ ਦਾ ਸਮਾਂ ਬਖਸ਼ਿਸ਼ ਕੀਤਾ ਸੀ ਗੁਰੂ ਕੇ ਬਚਨ ਸਰਵਣ ਕਰਾਉਂਦਿਆਂ ਉੱਠਦਿਆਂ ਬੈਠਦਿਆਂ ਇੱਕ ਨੇ ਅਨੇਕਾਂ ਗਲਤੀਆਂ ਭੁੱਲਾਂ ਦਾਸ ਕੋਲੋਂ ਹੋਈਆਂ ਨੇ ਆਪ ਸੰਗਤ ਗੁਰੂ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ ਤੇ ਗੁਰੂ ਕੇ ਬਚਨਾਂ ਨੂੰ ਆਪਣੇ ਜੀਵਨ ਚ ਧਾਰਨਾ ਤੇ ਜੇਕਰ ਕੋਈ ਬਚਨ ਭਾਈ ਕੌੜਾ ਲੱਗਾ ਹੋਵੇ ਤੇ ਮੇਰੀ ਝੋਲੀ ਵਾਪਸ ਪਾ ਦਿਆ ਜੇ ਗੁਰੂ ਦੇ ਦਰ ਦਾ ਹੁੱਕਾ ਦੇਣ ਦਾ ਸਤਿਗੁਰ ਨੇ ਸੇਵਾ ਲਈ ਹੈ ਤੇ ਮਾਰਾ ਇਹਦੇ ਦਰਦਾ ਹੋਕਾ ਅਸੀਂ ਦੇ ਰਹੇ ਆ ਇਸੇ ਪ੍ਰਕਾਰ ਆਵਾਜ਼ੇ ਕੌਮ ਟੀਵੀ ਉਹ ਵੀ ਆਪ ਜੀ ਦੇ ਸਾਰੇ ਪ੍ਰੋਗਰਾਮ ਕਵਰ ਕਰ ਰਹੇ ਨੇ ਭਾਵੇਂ ਡਿਊਟੀ ਦਾਸ ਦੀ ਲਈ ਆ ਆਪ ਤੇ ਭਾਈ ਰਗਵੀਰ ਸਿੰਘ ਜੀ ਹਾਜ਼ਰ ਨਹੀਂ ਹੋ ਸਕੇ ਸੋ ਉਹਨਾਂ ਨੇ ਵੀ ਦੁਨੀਆ ਦੇ ਸਭ ਮੁਲਕਾਂ ਚ ਆਪ ਜੀ ਦੇ ਇਹ ਸਾਰੇ ਸਮਾਗਮ ਦੇ ਆਉਣੇ ਨੇ ਉਹਨਾਂ ਦਾ ਧੰਨਵਾਦ ਭਾਈ ਪ੍ਰਗਟ ਸਿੰਘ ਉਹਨਾਂ ਦਾ ਇਥੋਂ ਦੇ ਸਾਰੇ ਸੇਵਾਦਾਰਾਂ ਦਾ ਗ੍ਰੰਥੀ ਸਿੰਘ ਸਾਹਿਬਾਂ ਨੇ ਸੇਵਾ ਵੀ ਕੀਤੀ ਹੈ ਡਿਊਟੀਆਂ ਵੀ ਲਾਈਆਂ ਨੇ ਦਾਸ ਦੇ ਨਾਲ ਵੀ ਕਥਾ ਸਿੱਸਾ ਪਾਇਆ ਹੈ ਸਭ ਗੁਰਮਖਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਕੋਟਾਨ ਕੋਟੁ ਸ਼ੁਕਰਾਨਾ ਸਤਿਗੁਰੂ ਜੀ ਦਾ ਫੇਰ ਕਿਤੇ ਸਮਾਂ ਮਿਲਿਆ ਆਪ ਸੰਗਤਾਂ ਦੇ ਦਰਸ਼ਨ ਦੇਦਾਰੇ ਕਰਾਂਗੇ ਅੱਜ ਗੱਲ ਦੀ ਦਿਹਾੜੀ ਆਪ ਜੀ ਦੇ ਕੋਲ ਇੱਥੇ ਹਾਂ ਪੁਰਸੇਕ ਸੰਗਤਾਂ ਦੇ ਇਸੇ ਤਰ੍ਹਾਂ ਦਰਸ਼ਨ ਮਿਲੇ ਹੁੰਦੇ ਰਹਿਣ ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਓ ਆਪ ਸੰਗਤਾਂ ਤੋਂ ਅਗਿਆ ਲਈਏ ਇੱਥੇ ਹੀ ਦਾਸ ਦੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ